ਗੁਰਦਿਆਲ ਸਿੰਘ ਦਾ ਨਾਵਲ ਅਣਹੋਏ ਦਾ 10ਵਾਂ ਅੰਗ। ਬਿਸ਼ਨੇ ਨੂੰ ਭਗਤੇ ਦੇ ਕੰਮ ਅੱਡ ਕਰ ਲੈਣ ਪਿੱਛੋਂ ਇੱਕ ਦੋ ਦਿਨ ਆਪਣਾ ਚਿੱਤ ਇਉਂ ਕੁਝ ਢਿੱਲਾ ਜਿਹਾ ਲੱਗਿਆ, ਜਿਵੇਂ ਹੱਡ ਭੱਖ ਹੋਈ ਹੋਵੇ, ਪਰ ਫਿਰ ਉਹ ਸੁੱਤੇ ਹੀ ਉੱਠ ਕੇ ਕੰਮ ਕਰਨ ਲੱਗ ਪਿਆ। ਇਹ ਕੀ ਬਣਾਉਣ ਲੱਗਿਆ ਸਰਬਣ ਦਾ ਪਿਓ? ਦਿਆਕੁਰ ਨੇ ਉਹਨੂੰ ਨਾਲੇ ਬੁਣਨ ਵਾਲਾ ਚੌਕਟਾ ਜਿਹਾ ਬਣਾਉਂਦਿਆਂ ਵੇਖ ਕੇ ਪੁੱਛਿਆ। ਇਹ ਰਤਾ ਹੱਸ ਕੇ ਬਿਸ਼ਨਾ ਬੋਲਿਆ, ਇਹ ਬੁੱਧਾ ਚਮਿਆਰ। ਦਿਆਕੁਰ ਨੂੰ ਗੱਲ ਸਮਝ ਨਾ ਆਈ ਅਤੇ ਉਹ ਹੈਰਾਨੀ ਨਾਲ ਖੜੋਤੀ ਵੇਖਦੀ ਰਹੀ। ਬਿਸ਼ਨਾ ਆਪਣੀ ਰੌਣ 'ਚ ਦਿਆਕੁਰ ਦੀ ਗੱਲ ਭੁੱਲ ਗਿਆ ਅਤੇ ਸ਼ਬਦ ਗਾਉਂਦਿਆਂ ਚੌਕਟੇ ਦੇ ਸੇਰਵੇ ਦੀ ਚੂਲ ਕੱਢਣ ਲੱਗ ਪਿਆ। ਦਿਆਕੁਰ ਚੁੱਪ ਕਰਕੇ ਆਪਣੇ ਕੰਮ ਜਾ ਲੱਗੀ, ਪਰ ਕੁਝ ਚਿਰ ਪਿੱਛੋਂ ਜਦੋਂ ਬਿਸ਼ਨਾ ਉਸੇ ਚੌਕਟੇ 'ਚ ਫਰਨਾਈ ਦਾ ਘਸਿਆ ਪੱਤ ਪਾ ਕੇ ਲੱਕੜ ਨੂੰ ਕੱਲਾ ਹੀ ਚੀਰਨ ਲੱਗ ਪਿਆ ਤਾਂ ਵੇਖ ਕੇ ਹੈਰਾਨ ਰਹਿ ਗਈ। ਬਿਸ਼ਨੇ ਦੇ ਬਣਾਏ ਸਵੱਲੇ ਚੌਕਟੇ 'ਚ ਫਰਨਾਈ ਦਾ ਪੱਤ ਇੰਝ ਕੱਸਿਆ ਗਿਆ ਸੀ ਕਿ ਬਿਲਕੁਲ ਨਹੀਂ ਸੀ ਡੋਲਦਾ। ਅਗਲੇ ਪਾਸੇ ਖਿੱਚਣ ਵਾਲੇ ਬੰਦੇ ਦੀ ਵੀ ਲੋੜ ਨਹੀਂ ਸੀ। ਪਿਛਲੇ ਪਾਸੇ ਉਹਨੇ ਆਰੇ ਦੀ ਹੱਥੀ ਵਰਗੀ ਅਜਿਹੀ ਹੱਥੀ ਲਾਈ ਸੀ ਜਿਸ ਨਾਲ ਫਰਨਾਈ ਨੂੰ ਧੱਕ ਕੇ ਇਕੱਲਾ ਇਹ ਪੂਰੀ ਚਰਾਈ ਕਰ ਸਕਦਾ ਸੀ। ਆ ਕੀ ਹੋਏ? ਦਿਆਕੁਰ ਨੇ ਬੜੀ ਹੈਰਾਨੀ ਨਾਲ ਆਖਿਆ, ਤੂੰ ਤਾਂ ਤਮਾਸਾ ਹੀ ਬਣਾ ਲਿਆ, ਅਜੇ ਵੇਖੀ ਕੀ ਤਮਾਸ਼ੇ ਕਰਨੇ ਆ। ਇਹ ਤਾਂ ਕੁਛ ਵੀ ਨਹੀਂ, ਬਿਸ਼ਨੇ ਨੇ ਜਵਾਬ ਭਾਵੇਂ ਮੁਸਕਰਾਉਂਦਿਆਂ ਦਿੱਤਾ ਸੀ, ਪਰ ਉਹਦੇ ਬੋਲਾਂ ਦਾ ਵਿਅੰਗਮਈ ਰੌਂ ਦਿਆਕੁਰ ਤਾੜ ਗਈ। ਉਹ ਮੁਸਕਰਾਉਂਦਿਆਂ ਉਹਨੂੰ ਅੱਡੇ 'ਚ ਫਸਾਈ ਲੱਕੜ 'ਚ ਚੀਰ ਪਾਉਂਦਿਆਂ ਵੇਖਦੀ ਰਹੀ। ਫਰਨਾਈ ਇਹ ਡੋਲ ਇਉਂ ਲੱਕੜ 'ਚ ਧੱਸਦੀ ਜਾਂਦੀ ਸੀ ਜਿਵੇਂ ਦੋ ਬੰਦੇ ਅੱਗੇ ਪਿੱਛੇ ਲੱਗ ਕੇ ਚੀਰ ਰਹੇ ਹੋਣ। ਬਿਸ਼ਨਾ ਜਦੋਂ ਮੋਹਰਾਂ ਦਾ ਜ਼ੋਰ ਲਾ ਕੇ ਫਰਨਾਈ ਗਾਂਹ ਤੱਕਦਾ, ਅਗਲੇ ਪਾਸੇ ਬੂਰ ਦੀ ਧਾਰ ਦੁਨਾਲੇ ਮੋਗੇ ਦੇ ਪਾਣੀ ਵਾਂਗ ਪੈਂਦੀ ਸੀ। ਇਹ ਵੇਖ ਕੇ ਦਿਆਕੁਰ ਅਤੇ ਬਿਸ਼ਨੇ ਦੋਹਾਂ ਨੂੰ ਜਿਵੇਂ ਨਸ਼ਾ ਜਿਹਾ ਚੜ੍ਹਨ ਲੱਗ ਪਿਆ। ਦੋਹਾਂ ਦੇ ਮੂੰਹ ਫਰਨਾਈ ਦੇ ਪੱਤ ਵਾਂਗ ਲਿਸ਼ਕਣ ਲੱਗ ਪਏ ਸੀ। ਦੋ ਕੁ ਦਿਨਾਂ ਮਗਰੋਂ ਬਿਸ਼ਨੇ ਨੇ ਦੋਹਾਂ ਬੰਦਿਆਂ ਦੇ ਕੰਮ ਕਰਨ ਵਾਲੇ ਸਾਰੇ ਸੰਦ ਭੰਨ ਤੋੜ ਕੇ ਇਉਂ ਬਣਾ ਲਏ ਵੀ ਉਹਦੇ ਨਾਲ ਇਕੱਲਾ ਹੀ ਕੰਮ ਕਰ ਸਕੇ। ਇਕੱਲੇ ਹੱਥ ਦੇ ਸੰਦ ਪਹਿਲਾਂ ਹੀ ਉਹਦੇ ਆਪਣੇ ਜੋਗੇ ਸੀ। ਖਪਚੂ ਹੋਣ ਕਰਕੇ ਉਹਦਾ ਕੋਈ ਸੰਦ ਕਿਸੇ ਹੋਰ ਤੋਂ ਨਹੀਂ ਸੀ ਚੱਲਦਾ। ਸੰਦ ਤਿਆਰ ਕਰਕੇ ਉਹਨੇ ਪੁਰਾਣੀਆਂ ਲੱਕੜਾਂ 'ਚੋਂ ਕੰਮ ਦਾ ਕਾਠ ਛਾਂਟ ਲਿਆ ਅਤੇ ਅੱਡ ਕੱਢ ਕੇ ਪੱਲੇਦਾਰਾਂ ਲਈ ਇੱਕ ਹੱਥ ਰੇੜੀ ਦਾ ਕਰੰਗਾ ਵਿੱਢ ਲਿਆ। ਦੋ ਦਿਨ ਉਹ ਮੁੱਢੋ ਸੁੱਢੋ ਸਭ ਕੁਝ ਵਿੱਢਣ ਦੇ ਚਾਰਨ ਜਿਹੇ ਨਾਲ ਇਹ ਵੀ ਭੁੱਲ ਗਿਆ ਵੀ ਭਗਤੇ ਅਤੇ ਬੁੱਧੇ ਦਾ ਕੀ ਹਾਲ ਸੀ। ਬੁੱਧਾ ਵੀ ਪਤਾ ਨਹੀਂ ਕਿਉਂ ਪਰਸੋਂ ਦਾ ਇੱਧਰ ਨਹੀਂ ਸੀ ਆਇਆ। ਤੀਜੇ ਦਿਨ ਆਥਣੇ ਉਹਨੇ ਭਗਤੇ ਦਾ ਪਤਾ ਲੈਣ ਦੀ ਸਲਾਹ ਕੀਤੀ, ਪਰ ਜਦੋਂ ਉੱਠ ਕੇ ਤੁਰਨ ਲੱਗਿਆ ਤਾਂ ਉਹਨੂੰ ਕਰਤਾਰੀ ਦੇ ਉਦੋਂ ਦਿੱਤੇ ਮਿਹਣੇ ਯਾਦ ਆ ਗਏ ਅਤੇ ਆਪਣੀਆਂ ਅੱਖਾਂ ਤਪਦੀਆਂ ਲੱਗੀਆਂ। ਉਦੋਂ ਹੀ ਕੰਮ ਤੋਂ ਉੱਠ ਕੇ ਚੁੱਲ੍ਹੇ ਮੂਹਰੇ ਜਾ ਬੈਠਾ। ਦਿਆਕੁਰ ਨੇ ਚੁੱਲ੍ਹੇ ਉੱਤੇ ਸਾਗ ਧਰਿਆ ਸੀ ਅਤੇ ਆਲਣ ਪਾ ਕੇ ਡੋਈ ਨਾਲ ਹਿਲਾਈ ਜਾਂਦੀ ਸੀ। ਤੌੜੀ ਦੇ ਖੁੱਲ੍ਹੇ ਮੂੰਹ 'ਚੋਂ ਗਾੜੀ ਭਾਫ ਉਤਾਂਹ ਚੜ੍ਹ ਰਹੀ ਸੀ ਅਤੇ ਇਸ ਨਾਲ ਛੱਪਰ ਦੇ ਸਰਕੜੇ ਦੇ ਤੀਲੇ ਹਿਲਦੇ ਸੀ। ਬਿਸ਼ਨਾ ਨਿਗਾਹ ਗੱਡ ਕੇ ਹਿਲਦੇ ਤੀਲਿਆਂ ਵੱਲ ਵਹਿੰਦਾ ਰਿਹਾ। ਪਲਕੂ ਮਗਰੋਂ ਉਹਦੇ ਪੀਡੇ ਮੂੰਹ ਦੀਆਂ ਵਰਾਛਾਂ ਆਪੇ ਖਿਲਰ ਗਈਆਂ। ਅੱਖਾਂ ਹੇਠਲੇ ਮਾਤਾ ਦੇ ਦਾਗਾਂ ਦਾ ਰੰਗ ਸੂਹਾ ਦਿਸਣ ਲੱਗ ਪਿਆ ਅਤੇ ਅੱਖਾਂ ਦੇ ਬਾਹਰਲੇ ਕੋਇਆਂ ਦੇ ਪਾਸੇ ਬਰੀਕ ਲੀਕਾਂ ਦਾ ਜਾਲ ਜਿਹਾ ਇੰਜ ਤਣਿਆ ਰਿਹਾ ਜਿਵੇਂ ਕਿਸੇ ਨਿਆਣੇ ਨੇ ਧਾਗੇ ਨੂੰ ਉਂਗਲਾਂ ਨਾਲ ਬੁਣ ਕੇ ਮੋਰ ਪੰਜੇ ਬਣਾਏ ਹੋਣ। ਹੈ ਉਹ ਇਹ ਸਰਬਣ ਦਾ ਪਿਓ, ਜੇ ਆਪਾਂ ਹੁਣ ਉੱਧਰਲੇ ਘਰੇ ਫੇਰ ਜਾ ਬੈਠੀਏ ਆਪਾਂ ਨੂੰ ਸਰਕਾਰ ਕੀ ਕਰ ਦੂ? ਦਿਆਕੁਰ ਨੇ ਸਧਾਰਨ ਨਹੀਂ ਕੁਛ ਉੱਚੀ ਬੋਲ ਕੇ ਪੁੱਛਿਆ ਅਤੇ ਡੋਈ ਰੋਕ ਕੇ ਬਿਸ਼ਨੇ ਦੇ ਮੂੰਹ ਵੱਲ ਝਾਕਣ ਲੱਗ ਪਈ। ਬਿਸ਼ਨੇ ਨੇ ਉਵੇਂ ਮੁਸਕਰਾਉਂਦਿਆਂ ਅਤੇ ਭਾਫ ਵੱਲ ਝਾਕਦਿਆਂ ਬਾਲਣ ਵਿੱਚੋਂ ਦੋ ਕੁ ਸੱਕ ਚੁੱਕ ਕੇ ਚੁੱਲ੍ਹੇ 'ਚ ਸੁੱਟਤੇ ਅਤੇ ਬਿੰਦ ਕੁ ਚੁੱਪ ਕੀਤਾ ਬੈਠਾ ਰਿਹਾ ਜਿਵੇਂ ਕੋਈ ਗੰਭੀਰ ਗੱਲ ਸੋਚਦਾ ਹੋਵੇ। ਫਿਰ ਆਪ ਮੁਹਾਰੇ ਬੋਲਿਆ, ਐਤਕੀ ਕੁੜੀ ਦਾ ਸਾਕ ਦੇ ਦੂ, ਅੱਗੇ ਭੂਆ ਦਾ ਦਿੱਤਾ ਸੀ। ਦਿਆਕੁਰ ਦਾ ਚਿਹਰਾ ਅਡੋਲ ਰਿਹਾ। ਉਹ ਬਿਸ਼ਨੇ ਤੋਂ ਸਪਸ਼ਟ ਸ਼ਬਦਾਂ 'ਚ ਪੁੱਛਣਾ ਚਾਹੁੰਦੀ ਸੀ ਕਿ ਵੱਧ ਤੋਂ ਵੱਧ ਹੋਰ ਕੀ ਹੋ ਸਕਦਾ ਸੀ। ਅੰਦਰੋਂ ਦਿਆਕੁਰ ਦਾ ਚਿੱਤ ਇਉਂ ਕਰਦਾ ਸੀ ਵੀ ਜੇ ਅੱਗੇ ਵਾਂਗ ਉਹਨਾਂ ਨੂੰ ਫੜ ਕੇ ਜ਼ਮਾਨਤ ਉੱਤੇ ਹੀ ਛੱਡ ਦੇਣਾ ਸੀ ਤਾਂ ਇਹ ਕੋਈ ਸਜ਼ਾ ਨਹੀਂ ਸੀ, ਇੱਦੋਂ ਕਈ ਗੁਣਾ ਵੱਧ ਸਜ਼ਾ ਭੁਗਤਣ ਲਈ ਉਹ ਤਿਆਰ ਸੀ। ਪਰ ਬਿਸ਼ਨਾ ਨਹੀਂ ਬੋਲਿਆ, ਉਹ ਹੋਰ ਵਹਿਣਾ 'ਚ ਪਿਆ ਹੋਇਆ ਲੱਗਦਾ ਸੀ। ਕਦੇ ਤੌੜੀ ਦੇ ਮੂੰਹ ਵੱਲ, ਕਦੇ ਭਾਫ਼ ਵੱਲ, ਕਦੇ ਭਾਫ਼ ਨਾਲ ਹਿਲਦੇ ਤੀਲਿਆਂ ਵੱਲ ਝਾਕ ਕੇ ਮੁੜ ਮੁੜ ਨਿਗਾਹ ਅੱਗ ਉੱਤੇ ਗੱਡ ਲੈਂਦਾ ਸੀ ਅਤੇ ਜਦੋਂ ਅੱਗ ਰਤਾ ਮੱਧਮ ਪੈਂਦੀ ਦੋ ਕੁ ਸੱਕ ਹੋਰ ਸੁੱਟ ਦਿੰਦਾ। ਇੱਕ ਵਾਰ ਸੱਕ ਨਾਲ ਅੱਗ ਦਾ ਭਾਂਬੜ ਮੱਧਮ ਪੈਂਦਾ, ਫਿਰ ਧੂੰਏ ਦੇ ਗੁਬਾਰ ਦੇ ਨਾਲ ਨਾਲ ਲੰਮੀਆਂ ਲਾਟਾਂ ਚੁੱਲ੍ਹੇ ਦੇ ਵੱਟਿਆਂ ਵਿੱਚੋਂ ਦੀ ਦਮੂੰ ਹੀ ਸੱਪਣੀ ਦੀਆਂ ਜੀਭਾਂ ਵਾਂਗ ਕਾਲੀ ਤੌੜੀ ਨੂੰ ਗਲਤਾਂ ਹੀ ਚੱਟਣ ਲੱਗ ਪੈਂਦੀਆਂ। ਸਾਗ 'ਚ ਰਹਿੰਦੇ ਰਿੱਝਦੇ ਪਾਣੀ 'ਚ ਇੰਝ ਜ਼ੋਰ ਨਾਲ ਖਦ ਖਦ ਦੀ ਆਵਾਜ਼ ਆਉਣ ਲੱਗ ਪੈਂਦੀ ਕਿ ਜਿਹੜੀ ਭਾਫ਼ ਸੰਘਣੀ ਹੋ ਕੇ ਨਿਕਲਦੀ ਉਹਦੇ ਤਾਂ ਚੜ੍ਹਨ ਦੀ ਚਾਲ ਬਿਸ਼ਨੇ ਨੂੰ ਸਹਿਮੀ ਸਹਿਮੀ ਲੱਗਦੀ। ਛੱਪਰ ਦੇ ਸਰਕੜੇ ਦੇ ਤੀਲੇ ਹੋਰ ਵਧੇਰੇ ਹਿਲਦੇ,
ਪਰ ਚਾਨਚੱਕ ਥੱਲੇ ਲੱਗਣ ਦੇ ਡਰੋਂ ਜਦੋਂ ਦਿਆ ਕੁਰ ਸਾਗ 'ਚ ਕੋਈ ਡੋਈ ਮਾਰਦੀ ਤਾਂ ਪਾਣੀ ਦੀ ਆਵਾਜ਼ ਅਤੇ ਭਾਫ ਹੋਰ ਵੀ ਡਰਾਉਣੇ ਰੂਪ 'ਚੋਂ ਤਾਂ ਚੜ੍ਹਦੀ ਅਤੇ ਉਹਦੇ ਵਰੋਲੇ ਨਾਭ 'ਚ ਸੱਲ ਪਾਉਣ ਵਾਲੇ ਵਰਮੇ ਦੇ ਪੇਚਾਂ ਵਾਂਗ ਮਰੋੜੇ ਖਾਂਦੇ ਦਿਸਦੇ। ਸਭ ਦੁਨੀਆਂ ਜੁੱਤੀ ਦੀ ਯਾਰ ਹੈ। ਅੱਗ ਵੱਲ ਝਾਕਦਿਆਂ ਬਿਸ਼ਨਾ ਖਾਸੇ ਚਿਰ ਪਿੱਛੋਂ ਆਪ ਮੁਹਾਰਾ ਬੋਲਿਆ, ਪੂਛ ਪੂਛ ਕੀਤਿਆਂ ਕੋਈ ਸੂਤ ਨਹੀਂ ਆਉਂਦਾ, ਜਦੋਂ ਸੰਘੀਓ ਫੜੋ ਸਭ ਮੂਹਰੇ ਲੱਗ ਤੁਰਦੇ ਆ ਬਾਪੂ ਕਹਿ ਕੇ। ਬਿਸ਼ਨੇ ਨੂੰ ਇੰਝ ਆਪ ਮੁਹਾਰਾ ਬੋਲਣ ਦੀ ਆਦਤ ਸੀ। ਉਹਦੀਆਂ ਅਜਿਹੀਆਂ ਗੱਲਾਂ ਦੇ ਸਿਰ ਪੈਰ ਦਾ ਦਿਆਕਰ ਨੂੰ ਕੋਈ ਪਤਾ ਨਹੀਂ ਸੀ ਲੱਗਦਾ, ਪਰ ਜਦੋਂ ਇੰਝ ਬੋਲ ਰਿਹਾ ਹੁੰਦਾ ਤਾਂ ਉਹਦੀ ਖਰਵੀ ਆਵਾਜ਼, ਉਹਦੀਆਂ ਅੱਖਾਂ ਦਾ ਰੋਹ ਅਤੇ ਨੱਕ ਦੇ ਨੱਥਣਿਆਂ ਦੇ ਫਰਕਣ ਨਾਲ ਉਹਦੇ ਚਿੱਤ ਨੂੰ ਤਸੱਲੀ ਹੁੰਦੀ ਜਾਪਦੀ। ਬਿੰਦ ਕੁ ਪਿੱਛੋਂ ਬਿਸ਼ਨੇ ਦੀਆਂ ਅੱਖਾਂ 'ਚੋਂ ਜਿਵੇਂ ਲਹੂ ਸਿਮਣ ਵਾਲਾ ਹੋ ਗਿਆ। ਉਹਦੀਆਂ ਮਾਤਾ ਦੇ ਦਾਗਾਂ ਭਰੀਆਂ ਗੱਲਾਂ ਉੱਤੇ ਦਿਆਕਰ ਨੂੰ ਸੂਹੇ ਚਟਾਕ ਪੈ ਗਏ ਲੱਗੇ। ਉਹਨੇ ਬਿਸ਼ਨੇ ਦੇ ਤੌਰ ਤਾੜਨ ਦਾ ਯਤਨ ਕੀਤਾ, ਪਰ ਨਿਗਾਹ ਟਿਕਾਣੋ ਪਹਿਲਾਂ ਹੀ ਉਹ ਸੱਕਾਂ ਦਾ ਰੁੱਗ ਚੁੱਲ੍ਹੇ 'ਚ ਸੁੱਟ ਕੇ ਛੇਤੀ ਦੇਣੇ ਉੱਠ ਖੜੋਤਾ ਅਤੇ ਪਿਛਾਂ ਬਾਹਾਂ ਕਰਕੇ ਤੁਰਦਾ ਵਿਹੜੇ 'ਚ ਆ ਗਿਆ। ਰੁਲਦੂ ਭਗਤ ਦੀ ਹਵੇਲੀ ਉੱਤੋਂ ਦੀ ਅਜੇ ਸੂਰਜ ਦੀ ਚਲਕੋਰ ਪੈਂਦੀ ਸੀ। ਬਿਸ਼ਨਾ ਵਾੜੇ ਦੇ ਮਗਰਲੇ ਖੂੰਜੇ ਵੱਲ ਤੁਰਿਆ ਗਿਆ ਅਤੇ ਉੱਥੇ ਜਾ ਕੇ ਨਿੱਕੀਆਂ ਮੋਟੀਆਂ ਵਾਧੂ ਘਾਟੂ ਲੱਕੜਾਂ ਚੁੱਕ ਚੁੱਕ ਇੱਕ ਪਾਸੇ ਕੰਧ ਵੱਲ ਸੁੱਟਣ ਲੱਗ ਪਿਆ। ਥੋੜ੍ਹੇ ਚਿਰ ਵਿੱਚ ਹੀ ਉਹਨੇ ਸਾਰਾ ਥਾਂ ਵਿਹਲਾ ਕਰ ਲਿਆ। ਹੇਠੋਂ ਰਹੀ ਖਾਧੀ ਕੰਧ ਦੀ ਭਰੀ ਭੂਰੀ ਮਿੱਟੀ ਫਰੋਲਣ ਲੱਗ ਪਿਆ। ਮਿੱਟੀ ਫਰੋਲਦਿਆਂ ਜਰਦੀਆਂ ਖਾਧੀਆਂ ਫੁੱਲੀਆਂ ਅਤੇ ਕਿੰਨੇ ਸਾਰੇ ਕਿੱਲ ਲੱਭੇ ਅਤੇ ਕੱਢ ਕੱਢ ਕੇ ਪਾਸੇ ਇਕੱਠੇ ਕਰੀ ਗਿਆ। ਇੱਥੇ ਬੈਠਿਆਂ ਉਹਨੂੰ ਆਪਣੇ ਸਰੀਰ ਦਾ ਭਖਾ ਕੁਝ ਘੱਟ ਗਿਆ ਲੱਗਿਆ। ਉਹ ਪੀਕ ਵਰਗੀ ਮਿੱਟੀ ਹੋਰ ਥੱਲਿਓਂ ਕਰ ਕਰ ਉਲਟਾਉਣ ਲੱਗ ਪਿਆ। ਕਈ ਕਿੱਲ ਅਤੇ ਫੁੱਲੀਆਂ ਹੋਰ ਲੱਭ ਪਈਆਂ। ਉਹਨੇ ਸਾਰੇ ਇੱਕ ਪਾਸੇ ਢੇਰੀ ਕਰ ਲਾ ਕੇ ਰੱਖ ਦਿੱਤੇ। ਸਤਿ ਸ਼੍ਰੀ ਅਕਾਲ ਬਾਈ, ਬਿਸ਼ਨੇ ਤਾਂ ਨਿਗਾਹ ਕੀਤੀ। ਸਾਹਮਣੇ ਮੋਢੇ 'ਤੇ ਖੇਸ ਧਰੀ ਬੁੱਧਾ ਖੜੋਤਾ ਸੀ। ਉਹਨੂੰ ਵੇਂਦਿਆਂ ਸਾਰ ਬਿਸ਼ਨੇ ਦੇ ਮਨ ਦਾ ਰੌਂ ਬਦਲ ਗਿਆ। ਆਈਏ ਆਈਏ, ਹੋਰ ਸੁਣਾ ਵੀ ਬੁੱਧਿਆ, ਕੀ ਹਾਲ ਆ? ਚੰਗਾ ਬਾਈ। ਬੁੱਧਾ ਬਿਸ਼ਨੇ ਦੇ ਕੋਲ ਇੱਕ ਟੁੱਟੀ ਫੁੱਟੀ ਫੱਟੀ ਉੱਤੇ ਬਹਿੰਦਾ ਬੋਲਿਆ, ਤਿੰਨ ਦਿਨ ਹੋ ਗਏ ਆਪਣੇ ਮਾਂ ਨੂੰ ਮਸਾਂ ਉਠਾਇਆ ਮੰਜੇ 'ਚੋਂ, ਅੱਜ ਮਾੜਾ ਮੋਟਾ ਤੇਸਾ ਚੱਕਣ ਲੱਗਿਆ। ਬਿਸ਼ਨਾ ਉਹਦੀ ਗੱਲ ਸੁਣ ਕੇ ਰਤਾ ਕੁ ਹੱਸਿਆ, ਫਿਰ ਗੰਭੀਰ ਹੋ ਕੇ ਬੁੱਧੇ ਨੂੰ ਸਿਰ ਤੋਂ ਪੈਰਾਂ ਤਾਂ ਹੀ ਤਾੜ ਕੇ ਵੇਖਣ ਲੱਗ ਪਿਆ। ਬੁੱਧਾ ਆਪਣੀ ਘੁਟੱਬੀ ਪੱਗ ਨੂੰ ਦੋਵਾਂ ਹੱਥਾਂ ਨਾਲ ਝਾੜ ਕੇ ਫਿਰ ਲਾਹ ਕੇ ਉਸ 'ਚੋਂ ਮਿੱਟੀ ਘੱਟਾ ਅਤੇ ਬੂਰ ਝਾੜਨ ਲੱਗ ਪਿਆ ਸੀ। ਵੀ ਕਿਹੜਾ ਹੈ ਬੁੱਧ ਰਾਮ ਹੈ? ਅੰਦਰੋਂ ਹੀ ਦਿਆਕੁਰ ਨੇ ਉੱਚੀ ਸਾਰੀ ਆਵਾਜ਼ ਮਾਰ ਕੇ ਪੁੱਛਿਆ। ਆਹੋ, ਬੁੱਧੇ ਨੇ ਪੱਗ ਸਿਰ 'ਤੇ ਵਲੇਟਦਿਆਂ ਜਵਾਬ ਦਿੱਤਾ, ਆਪਣੇ ਘੁੱਗੂ ਦੀਆਂ ਗੱਲਾਂ ਕਰਦੇ ਹਾਂ ਦਿਆਕੁਰੇ। ਪਰ ਬੁੱਧੇ ਦੀ ਗੱਲ ਦਾ ਹੁੰਗਾਰਾ ਦਿਆਕੁਰ ਨੇ ਨਾ ਭਰਿਆ ਅਤੇ ਨਾ ਹੀ ਬਿਸ਼ਨਾ ਕੁਝ ਬੋਲਿਆ। ਬੁੱਧੇ ਨੇ ਵੀ ਗੱਲ ਉੱਥੇ ਹੀ ਛੱਡਤੀ। ਬਾਈ, ਤੇਰੇ ਕੋਲ ਗਜ ਪਏ ਹੋਣਗੇ ਵਾਧੂ? ਉਹਨੇ ਵੀ ਫਿਰ ਗੰਭੀਰ ਹੋ ਕੇ ਪੁੱਛਿਆ। ਹਾਂ ਪਏ ਹੈ, ਇੱਕ ਜੋੜੀ ਦੇ ਲਿਜਾਣੇ ਹੈ ਕਿ ਦੋ ਦੇ? ਇੱਕੋ ਦੇ ਲਿਜਾਵਾਂਗੇ ਅਜੇ ਤਾਂ, ਬਾਕੀ ਫਿਰ ਵੇਖੀ ਜਾਓ। ਲੈ ਜੀ, ਬਿਸ਼ਨੇ ਨੇ ਠਰਮੇ ਨਾਲ ਆਖਿਆ, ਹੁਣੇ ਲਿਜਾਣੇ ਹੈ ਕਿ ਫਿਰ? ਨਹੀਂ, ਕੱਲ੍ਹ ਪਰਸੋਂ ਤਾਂ ਹੀ ਲੋੜ ਪਊ, ਹਾਲੇ ਤਾਂ ਨਾਭਾਂ ਡੋਲੀਆਂ ਵੀ ਨਹੀਂ। ਬੁੱਧਾ ਜਦੋਂ ਉੱਠ ਕੇ ਤੁਰਨ ਲੱਗਿਆ ਤਾਂ ਬਿਸ਼ਨੇ ਨੇ ਜ਼ੋਰ ਦੇ ਕੇ ਉਹਨੂੰ ਆਖਿਆ, ਬੈਠ ਹੁਣ, ਰੋਟੀ ਖਾ ਕੇ ਜਾਈ। ਬਸ ਹੁਣ ਪਿੰਡ ਜਾ ਖਾਨਾ। ਵੇ ਲੱਗਦੇ ਆ ਪਿੰਡ ਦੇ ਆ, ਉੱਥੇ ਗਾਹਾਂ ਤਸ਼ਮਈ ਬਣਾਈ ਬੈਠੀ ਹੋਊ ਤੇਰੀ ਸੀਲੋ, ਦਿਆਕੁਰ ਨੇ ਅੰਦਰੋਂ ਹੀ ਉੱਚੀ ਸਾਰੀ ਉਹਨੂੰ ਘੁਰਕੀ ਦੇਣ ਵਾਲੀ ਆਵਾਜ਼ 'ਚ ਕਿਹਾ। ਚੁੱਪ ਕਰਕੇ ਦੋ ਅੰਦਰ ਨਹੀਂ ਸਿੱਟਦਾ ਕਿਉਂ? ਹੁਣ ਸਾਡੀਆਂ ਰੋਟੀਆਂ 'ਚ ਮੁਸ਼ਕ ਆਉਣ ਲੱਗ ਪਿਆ। ਨਹੀਂ ਦਿਆਕੁਰੇ, ਨਹੀਂ। ਐਂ ਤਾਂ ਬੁੱਧੇ ਨੂੰ ਅੱਗੋਂ ਕੋਈ ਜਵਾਬ ਨਾ ਓੜਿਆ, ਉਹ ਦੰਦੀਆਂ ਕੱਢਦਾ ਛੱਪਰ ਵੱਲ ਤੁਰ ਪਿਆ। ਦਿਆਕੁਰ ਨੇ ਜਿਵੇਂ ਮਗਰਲੀ ਗੱਲ ਆਖੀ ਸੀ ਉਹਦਾ ਬੁੱਧੇ ਨੇ ਬਹੁਤਾ ਧਿਆਨ ਨਹੀਂ ਸੀ ਕੀਤਾ, ਪਰ ਬਿਸ਼ਨੇ ਨੂੰ ਇਹ ਚੰਗੀ ਨਹੀਂ ਸੀ ਲੱਗੀ। ਦਿਆਕੁਰ ਫਿਰ ਵੀ ਤੀਵੀਂ ਸੀ, ਬਿਸ਼ਨੇ ਨੂੰ ਪਤਾ ਸੀ ਉਹ ਤੋਂ ਆਪਣੀ ਗੱਲ ਏਡੇ ਜ਼ੋਰ ਨਾਲ ਅੰਦਰ ਨਹੀਂ ਸੀ ਦੱਬੀ ਜਾਂਦੀ। ਕਈ ਵਾਰ ਮੱਲੋ ਮੱਲੀ ਇੰਝ ਹੋਛੀਆਂ ਗੱਲਾਂ ਕਹਿ ਬਹਿੰਦੀ ਸੀ, ਕਈ ਵਾਰ ਤਾਂ ਅਜਿਹੇ ਵੇਲੇ ਬਿਸ਼ਨੇ ਦੇ ਤੌਰ ਵਿਗੜ ਜਾਂਦੇ ਸੀ, ਪਰ ਕਈ ਵਾਰੀ ਉਹ ਬਿੰਦ ਕੁ ਸੋਚ ਕੇ ਗੱਲ ਆਈ ਗਈ ਕਰ ਛੱਡਦਾ ਸੀ। ਬੁੱਧਿਆ, ਤੂੰ ਹੁਣ ਪਿੰਡ ਜਾ ਕੇ ਕੀ ਕਰਿਆ ਕਰੇਂਗਾ? ਇੱਕ ਛੱਪਰ ਹੋਰ ਪਾ ਲਾ, ਇੱਥੇ ਹੀ ਰਾਤ ਕੱਟ ਲਿਆ ਕਰੀ। ਬਿਸ਼ਨੇ ਨੇ ਬੁੱਧੇ ਦੇ ਮਗਰ ਆਉਂਦਿਆਂ ਗੱਲ ਹੋਰ ਪਾਸੇ ਮੋੜ ਲਈ, ਪਰ ਆਪਦੀ ਛੋਟੀ ਥਾਣੇਦਾਰਨੀ ਨੂੰ ਕੀ ਉੱਤਰ ਦੇਊਂਗਾ? ਹੱਸਦਿਆਂ ਦਿਆਕੁਰ ਨੇ ਮੋੜ ਕੀਤਾ, ਉਹ ਤਾਂ ਸੂਈ ਕੁੱਤੀ ਵਾਂਗੂ ਘਰੇ ਵੜਦੇ ਦੀਆਂ ਹੀ ਲੱਤਾਂ ਪਾੜਨ ਨੂੰ ਪੈਂਦੀ ਹੈ। ਨਹੀਂ ਦਿਆਕੁਰੇ, ਹੁਣ ਤਾਂ ਕਤੂਰਿਆਂ ਨੇ ਕੁਛ ਚੂੰਡ ਚਾਂਡ ਕੇ ਸੂਤ ਕਰਤੀ, ਐਡੀ ਕੌੜ ਨਹੀਂ ਰਹੀ, ਅਤੇ ਉਹ ਤਿੰਨੇ ਹੀ ਹੱਸ ਪਏ। ਬੁੱਧਾ ਛੱਪਰ ਦੇ ਬਾਰ ਬਾਰ ਪਈ ਥੰਮੀ ਦੇ ਕੋਲ ਬਹਿ ਗਿਆ। ਬਿਸ਼ਨੇ ਨੇ ਅੰਦਰੋਂ ਦੋ ਬਾਜਰੇ ਦੀਆਂ ਰੋਟੀਆਂ ਉੱਤੇ ਖਾਸਾ ਸਾਰਾ ਸਾਗ ਧਰ ਕੇ ਰੋਟੀਆਂ ਉਹਦੇ
ਬੁੱਕ 'ਚ ਲਿਆ ਤਰੀਆਂ, ਸਾਗ 'ਚ ਟੋਆ ਕਰਕੇ ਅੱਧੀ ਕੁ ਚਟਾਂਗ ਘਿਓ ਪਾਇਆ ਹੋਇਆ ਸੀ, ਜੋ ਪਾਸਿਆਂ ਤੋਂ ਪੰਘਰ ਕੇ ਤਾਂ ਆ ਗਿਆ ਸੀ। ਘਿਓ ਘਿਓ ਤਾਂ ਹੁਣ ਹੈ ਨਹੀਂ, ਦਿਆਕੁਰ ਨੇ ਆਪੇ ਹੀ ਆਖਿਆ, ਨੱਕ ਜਿਹਾ ਨਾ ਚੜ੍ਹਾਈ, ਨਾਲੇ ਹੁਣ ਜਦੋਂ ਕਿਸੇ ਤਣ ਪੱਤਣ ਲੱਗੇ ਉਦੋਂ ਹੀ ਲਵਾਂਗੇ ਕੋਈ ਖੋਲੀ। ਬਸ ਆਹ ਤਾਂ ਅੰਮ੍ਰਿਤ ਹੈ, ਬੁਰਕੀ 'ਚ ਬੋਲਦਿਆਂ ਬੁੱਧਾ ਬੋਲਿਆ, ਤਣ ਪੱਤਣ ਵਾਂਗਰੂ ਆਪੇ ਲਾਓ, ਬੰਦਿਆਂ ਨੇ ਤਾਂ ਕੋਈ ਕਸਰ ਛੱਡੀ ਨਹੀਂ। ਬੁੱਧਾ ਹੋਰ ਬੜਾ ਕੁਝ ਕਹਿਣਾ ਚਾਹੁੰਦਾ ਸੀ, ਪਰ ਉਹਦੇ ਉੱਤੇ ਦਿਆਕੁਰ ਦੇ ਬਿਸ਼ਨੇ ਦਾ ਕੁਝ ਜਿਹਾ ਛੱਪਾ ਸੀ ਵੀ ਕੋਈ ਅਸੀਸ ਦੇਣੀ, ਉਂਜੀ ਫੋਕੀ ਹਮਦਰਦੀ ਵਾਲੇ ਸ਼ਬਦ ਆਖਣੇ ਜਾਂ ਕੁਛ ਹੋਰ ਸਿਆਣੀ ਜਿਹੀ ਗੱਲ ਕਰਨ ਤੋਂ ਡਰਦਾ ਰਹਿੰਦਾ। ਉਂਝ ਵੀ ਉਹਨੂੰ ਪਤਾ ਸੀ ਵੀ ਬਿਸ਼ਨਾ ਜਿਹੀਆਂ ਫੋਕੀਆਂ ਗੱਲਾਂ ਉੱਤੇ ਗੁੱਸੇ ਹੋਟਦਾ ਸੀ, ਅਤੇ ਉਹਦਾ ਗੁੱਸਾ ਬੁੱਧੇ ਲਈ ਧਰਮਰਾਜ ਦੇ ਕਹਿਰ ਵਰਗਾ ਸੀ, ਜੋ ਇੱਕੋ ਸੈਨਤ ਨਾਲ ਉਹਨੂੰ ਨਰਕ 'ਚ ਸੁਟਾ ਸਕਦਾ ਸੀ। ਬਿਸ਼ਨਾ ਵੀ ਰੋਟੀ ਖਾਣ ਲੱਗ ਪਿਆ ਸੀ। ਦਿਆਕੁਰ ਨੇ ਬੁੱਧੇ ਨੂੰ ਹੋਰ ਰੋਟੀ ਪੁੱਛੀ, ਪਰ ਉਹਨੇ ਨਾ ਕਰਤੀ। ਰੋਟੀ ਖਾਂਦਿਆਂ ਉਹ ਤਿੰਨੇ ਹਾਸੇ ਮਖੌਲ ਦੀਆਂ ਗੱਲਾਂ ਕਰਦੇ ਰਹੇ। ਬੁੱਧੇ ਨੇ ਵੀ ਭਗਤੇ ਬਾਰੇ ਕੋਈ ਗੰਭੀਰ ਗੱਲ ਨਾ ਛੇੜੀ। ਜਦੋਂ ਰੋਟੀ ਖਾ ਕੇ ਤੁਰਨ ਲੱਗਿਆ ਤਾਂ ਉਂਝੀ ਕਹਿਣ ਵਜੋਂ ਕਿਹਾ, ਬਾਈ ਗੱਜ ਫਿਰ ਮੈਂ ਕੱਲ੍ਹ ਨੂੰ ਤੜਕੇ ਲਿਜਾਊਂ, ਜਦੋਂ ਤੇਰੀ ਮਰਜ਼ੀ, ਬਿਸ਼ਨੇ ਨੇ ਸੁੱਤੇ ਹੀ ਕਿਹਾ। ਬੁੱਧਾ ਬੰਦੀਆਂ ਥੰਧੀਆਂ ਉਂਗਲਾਂ ਨਾਲ ਦਾੜੀ ਮਲਦਾ ਮੁੱਛਾਂ ਨੂੰ ਸੂਤ ਕਰਦਾ ਵੱਡਾ ਸਾਰਾ ਡਕਾਰ ਮਾਰ ਕੇ ਤੁਰ ਪਿਆ। ਉਹਦੇ ਸਾਰੇ ਦਿਨ ਦੇ ਥਕੇਵੇਂ ਨਾਲ ਨਿਸਲ ਹੋਏ ਸਰੀਰ 'ਚ ਸਿਰ ਤੋਂ ਪੈਰਾਂ ਤਾਈਂ ਨਿੱਘ ਮਹਿਸੂਸ ਹੋਣ ਲੱਗ ਪਿਆ। ਉਹਨੇ ਜਦੋਂ ਬੂਹੇ ਬਾਹਰ ਨਿਕਲ ਕੇ ਭਗਤੇ ਦੀ ਹਵੇਲ ਵੱਲ ਵੇਖਿਆ, ਪਤਾ ਨਹੀਂ ਕਿਉਂ ਕਰਤਾਰੀ ਦਾ ਖਿਆਲ ਆ ਗਿਆ। ਕੂਲੇ ਸਾਗ ਦੇ ਸਵਾਦ ਨਾਲ ਮਿੱਠਾ ਮਿੱਠਾ ਹੋਇਆ ਮੂੰਹ ਇਉਂ ਹੋ ਗਿਆ ਜਿਵੇਂ ਉਹਨੇ ਮਗਰੋਂ ਰੇਲਣ ਸਰੋਂ ਦੇ ਸਾਗ ਦੀ ਬੁਰਕੀ ਖਾ ਲਈ ਹੋਵੇ। ਫਿਰ ਬਾਹਰਲੇ ਫਾਟਕ ਵੱਲ ਤੁਰ ਪਿਆ। ਬਿੰਦ ਕੁ ਪਹਿਲਾਂ ਤਿੰਨਾਂ ਦਿਨਾਂ ਵਿੱਚੋਂ ਜਿਹੜਾ ਉਹਦਾ ਰੌਂ ਬਦਲਿਆ ਸੀ ਉਹ ਮੁੜ ਉਸੇ ਤਾੜੇ ਆ ਗਿਆ। ਜਦੋਂ ਪਿੰਡ ਨੂੰ ਤੁਰਿਆ ਜਾਂਦਾ ਸੀ ਹੌਲੀ ਹੌਲੀ ਵੱਧ ਰਹੇ ਹਨੇਰੇ 'ਚੋਂ ਮੁੜ ਮੁੜ ਕਰਤਾਰੀ ਦਾ ਮੂੰਹ ਦਿਸਦਾ ਅਤੇ ਉਹਦੇ ਪਿੰਡ 'ਚ ਝਰਨਾਹਟ ਜਿਹੀ ਛਿੜਨ ਲੱਗ ਪੈਂਦੀ। ਪਰ ਪਿੰਡ ਅੱਪੜਦਿਆਂ ਤਾਈਂ ਸਾਰਾ ਸਰੀਰ ਥਕੇਵੇਂ ਨਾਲ ਮੁੜ ਨਿਡਾਲ ਹੋਣ ਲੱਗ ਪਿਆ ਸੀ। ਅੰਗ 11 ਜਿੱਦੇ ਬਾਹਰਲੇ ਘਰ ਦੇ ਕਬਜ਼ੇ ਬਾਰੇ ਪੁਲਿਸ ਮੁਕਾਬਲੇ ਦੇ ਬਣੇ ਮੁਕੱਦਮੇ 'ਤੇ ਸੰਮਣ ਤਾਮੀਲ ਕਨਿੰਦਾ ਦੇ ਕੇ ਗਿਆ, ਉਦੋਂ ਅਗਲੇ ਦਿਨ ਹੀ ਫੂਲ ਵਾਲਾ ਤੋਤੀ ਮੱਲ ਇਉਂ ਆ ਗਿਆ ਜਿਵੇਂ ਉਹ ਨਾ ਦੋਹਾਂ ਨੇ ਪਹਿਲਾਂ ਗੱਲ ਮਿੱਥੀ ਹੋਈ ਹੋਵੇ। ਰਾਜੀ ਖੁਸ਼ੀ ਹੈ ਬਿਸ਼ਨਸਿਆਂ, ਅੰਦਰ ਵੜਦਿਆਂ ਤੀਵੀਆਂ ਵਰਗੀ ਬਰੀਕ ਆਵਾਜ਼ ਨਾਲ ਤੋਤੀ ਨੇ ਪੁੱਛਿਆ। ਬਿਸ਼ਨਾ ਪੱਥਰੀ ਉੱਤੇ ਤੇਸਾ ਤਿੱਖਾ ਕਰੀ ਜਾਂਦਾ ਸੀ। ਬੜੀ ਬੇਧਿਆਨੀ ਨਾਲ ਰਾਜੀ ਖੁਸ਼ੀ ਕਹਿ ਕੇ ਤੋਤੀ ਨੂੰ ਸਿਰ ਤੋਂ ਪੈਰਾਂ ਤਾਈਂ ਗੌਹ ਨਾਲ ਵਹਿੰਦਿਆਂ ਉਹਨੂੰ ਬੈਠਣ ਲਈ ਕਹਿਣਾ ਵੀ ਭੁੱਲ ਗਿਆ। ਤੋਤੀ ਨੇ ਖੁੱਚਾਂ ਤਾਈਂ ਲੰਮਾ ਟੋਹਰਾ ਛੱਡ ਕੇ ਸੰਤਰੀ ਪੱਗ ਬੰਨ੍ਹੀ ਹੋਈ ਸੀ। ਵੱਡਾ ਸਾਰਾ ਲੰਮਾ ਲੂੰਗੀ ਅਰਗੇ ਕੱਪੜੇ ਦਾ ਬੰਦ ਗਲਮੇ ਦਾ ਕੋਟ ਅਤੇ ਮੋਟੀ ਮਲਮਲ ਦੀ ਹਰੀ ਕੰਨੀ ਵਾਲੀ ਧੋਤੀ ਬੰਨ੍ਹ ਕੇ ਪੈਰੀਂ ਕਾਲੀ ਕੁਰਮ ਦੀ ਘੋਨੀ ਜੁੱਤੀ ਪਾਈ ਸੀ। ਚਿੱਟੀ ਚਿੱਟੀ ਧੋਤੀ 'ਚੋਂ ਭਾਰੀਆਂ ਕਾਲੀਆਂ ਪਿੰਜੜੀਆਂ ਗਿੱਟਿਆਂ ਦੇ ਪੈਰਾਂ ਦੇ ਬਾਹਰਲੇ ਪਾਸੇ ਪਏ ਹੋਏ ਵੱਡੇ ਵੱਡੇ ਕਾਲੇ ਸ਼ਾਟਣਾਂ ਕਰਕੇ ਬਿਸ਼ਨੇ ਨੂੰ ਇਉਂ ਲੱਗਦਾ ਸੀ ਜਿਵੇਂ ਇਹ ਦਾਖੀ ਕੋਟ ਅਤੇ ਸੰਤਰੀ ਪੱਗ ਵਾਲੇ ਉਸ ਤੋਤੀ ਦੀਆਂ ਲੱਤਾਂ ਹੀ ਨਹੀਂ ਸੀ ਜੋ ਉਹਨੂੰ ਲੰਮੇ ਕੋਟ ਤੋਂ ਤਾਂ ਦਿਸਦਾ ਸੀ। ਉਹਦੇ ਕਾਲੇ ਚੁਰੜਾਏ ਹੱਥ ਕੋਟ ਦੀਆਂ ਬਾਹਾਂ ਦੇ ਨਾਲ ਦੇ ਹੀ ਲੱਗਦੇ ਸੀ, ਪਰ ਸੰਤਰੀ ਪੱਗ 'ਚੋਂ ਪੱਕਾ ਚਿਹਰਾ ਹੋਰ ਉਗੜਵਾਂ ਦਿਸਦਾ ਸੀ। ਵੱਡੀਆਂ ਵੱਡੀਆਂ ਪਾਸਿਆਂ ਤੋਂ ਝੁਰੜੀਆਂ ਨਾਲ ਭਰੀਆਂ ਲਾਲ ਸੂਈਆਂ ਅੱਖਾਂ, ਡੱਡੂ ਵਰਗਾ ਖਿੰਡਿਆ ਨੱਕ, ਭਾਰੀਆਂ ਗੱਲਾਂ, ਪੰਜਾਂ 'ਚੋਂ ਤਿੰਨ ਹਿੱਸੇ ਚਿੱਟੀਆਂ ਲੰਮੀਆਂ ਮੁੱਛਾਂ, ਬਿਸ਼ਨੇ ਨੂੰ ਜਿਵੇਂ ਭੁਲੇਖਾ ਪੈਣ ਲੱਗ ਪਿਆ ਸੀ ਵੀ ਇਹ ਉਹ ਤੋਤਾ ਨਹੀਂ ਸੀ ਜਿਹੜਾ 21-22 ਵਰੇ ਪਹਿਲਾਂ ਉਹਨਾਂ ਦੇ ਘਰ ਆਉਂਦਾ ਹੁੰਦਾ ਸੀ। ਹੋਰ ਤਾਂ ਮਹਿਣ ਤਕੜਾ ਮਿਸਤਰੀਆ, ਆਪਣੇ ਅੱਧ ਟੁੱਟੇ ਦੰਦਾਂ ਦੀ ਲੱਪ ਚੌੜੇ ਮੂੰਹ 'ਚੋਂ ਜਿਵੇਂ ਖੰਡਾਉਂਦਿਆਂ ਤੋਤੀ ਨੇ ਕਿਹਾ ਅਤੇ ਆਸੇ ਪਾਸੇ ਇਉਂ ਝਾਕਿਆ ਜਿਵੇਂ ਬੈਠਣ ਲਈ ਕੋਈ ਉੱਚੀ ਥਾਂ ਲੱਭਦਾ ਹੋਵੇ। ਤਕੜਾ ਹੈ, ਬਿਸ਼ਨੇ ਨੇ ਉਸੇ ਬੇਧਿਆਨੇ ਬੋਲ ਨਾਲ ਉਹਦੇ ਮੂੰਹ ਵੱਲ ਝਾਕਦਿਆਂ ਆਖਿਆ ਅਤੇ ਤਿੰਨ ਲੱਤਾਂ ਵਾਲੀ ਟਿਕਟਿਕੀ ਵੱਲ ਸੈਨਤ ਕਰਦਿਆਂ ਬੋਲਿਆ, ਆ ਬਹਿ ਜਾ, ਅੱਜ ਸਾਡਾ ਘਰ ਕਿਵੇਂ ਪਵਿੱਤਰ ਕੀਤਾ। ਤੋਤੀ ਉੱਚੀ ਸਰੀ ਹੀ 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 ਕਰਕੇ ਹੱਸਿਆ, ਕੁੱਚੇ ਜਿਕਦਿਆਂ ਟਿਕਟਿਕੀ 'ਤੇ ਬੋਝ ਕੇ ਬਹਿ ਗਿਆ ਅਤੇ ਬੋਲਿਆ, ਮੈਂ ਕਿਹਾ ਅੱਜ ਮਿਸਤਰੀ ਦੇ ਦਰਸ਼ਨ ਕਰੇ ਆਈਏ। ਧੰਨ ਭਾਗ, ਬਿਸ਼ਨੇ ਨੇ ਤੇਸਾ ਪੱਥਰੀ 'ਤੇ ਧਰ ਕੇ ਗੋਡਿਆਂ ਦੁਆਲੇ ਬਾਹਾਂ ਵਲਾ ਕੇ ਬਹਿੰਦਿਆਂ ਕਿਹਾ। ਤੋਤੀ ਖਿੜ ਕੇ ਫਿਰ ਹੱਸਿਆ, ਉਹਨੇ ਬਿਸ਼ਨੇ ਦੀਆਂ ਅੱਖਾਂ ਦਾ ਰੰਗ, ਬੋਲ ਦਾ ਵਿਅੰਗ ਨਾ ਵੇਖਿਆ ਸੀ ਨਾ ਸਮਝਿਆ ਸੀ। ਸੇਠ ਜੀ, ਰਾਮ ਰਾਮ, ਦਿਆਕੁਰ ਨੇ ਕੋਠੜੀ ਵੱਲੋਂ ਆਉਂਦਿਆਂ ਮੁਸਕਰਾ ਕੇ ਆਖਿਆ ਅਤੇ ਬਿਸ਼ਨੇ ਦੇ ਬਰਾਬਰ ਤੋਤੀ ਨੂੰ ਸਾਹਮਣੇ ਹੋ ਕੇ ਇੱਕ ਫੱਟੀ 'ਤੇ ਬਹਿ ਗਈ। ਹੱਸਦਿਆਂ ਹੱਸਦਿਆਂ ਕੁਝ ਗੰਭੀਰ ਹੋ ਕੇ ਮੁਸਕਰਾਉਂਦਿਆਂ ਦੋਵੇਂ ਹੱਥ ਜੋੜ ਕੇ ਸਲੀਕੇ ਨਾਲ ਉਹਨੇ ਦਿਆਕੁਰ ਨੂੰ ਜੈ ਰਾਮ ਜੀ ਕੀ ਆਖਿਆ, ਫਿਰ ਸੱਜਾ ਹੱਥ ਤਾਂ ਲਾਉਂਦਿਆਂ ਬੋਲਿਆ ਜਿਵੇਂ ਕਿਸੇ ਨੂੰ ਧੀ ਨੂੰ ਅਸੀਸ ਦਿੰਦਾ ਹੋਵੇ,
ਹੋਰ ਸਭ ਲਾਣਾ ਬਾਣਾ ਤਕੜਾ ਹੈ, ਭਗਤੇ ਦੇ ਨਿਆਣੇ ਨਿੱਕੇ ਤਾਂ ਰਾਜੀ ਬਾਜੀ ਆ, ਸਭ ਮਿਹਰ ਹੈ ਬਾਬੇ ਦੀ, ਦਿਆਕੁਰ ਨੇ ਜਵਾਬ ਦਿੱਤਾ, ਅਤੇ ਤੁਹਾਡੇ ਅਰਗੇ ਸੇਠਾਂ ਦੀ, ਉਸ ਲੀਲੀ ਛੱਤ ਵਾਲੇ ਦੀ। ਦੇਖੋ ਹੱਥ ਜੋੜ ਕੇ ਤਾਂ ਕਰਦਿਆਂ ਤੋਤੀ ਨੇ ਕਿਹਾ, ਬੰਦਾ ਕੌਣ ਵਿਚਾਰਾ ਹੈ। ਫਿਰ ਕਿੰਨਾ ਚਿਰ ਤੋਤੀ ਉੱਲੀਆਂ ਪਰਲੀਆਂ ਮਾਰਦਾ ਰਿਹਾ। ਬਿਸ਼ਨੇ ਨੇ ਦਿਆਕੁਰ ਨੇ ਉਹਨੂੰ ਜਿਵੇਂ ਨਿਆਣਿਆਂ ਵਾਂਗ ਖੇਡ ਲਾਈ ਰੱਖਿਆ, ਇਹ ਵੇਖਣ ਲਈ ਵੀ ਤੋਤੀ ਅਸਲੀ ਗੱਲ 'ਤੇ ਕਿੱਧਰੋਂ ਦੀ ਕਿਵੇਂ ਵਲ ਫੇਰ ਪਾ ਕੇ ਆਏਗਾ। ਉਹਨੂੰ ਕਿੰਨਾ ਚਿਰ ਗੱਲਾਂ ਨਾਲ ਬੰਦਲਾਈ ਰੱਖਿਆ, ਅਖੀਰ ਕੁਝ ਖਸਿਆਨਾ ਜਿਹਾ ਹੋ ਕੇ ਜਿਵੇਂ ਉਹਨਾਂ ਦੋਹਾਂ ਤੋਂ ਵੇਰ ਕੇ ਉਹ ਸਿੱਧਾ ਮਤਲਬ ਦੀ ਗੱਲ 'ਤੇ ਆ ਗਿਆ। ਆਪਾਂ ਫਿਰ ਕਾਰੀਗਰ ਹਾਤੇ ਦਾ ਕੋਈ ਫੈਸਲਾ ਕਰ ਲੈਂਦੇ ਹੈਂ, ਉਹਨੇ ਮੀਸਣੀ ਜਿਹੀ ਆਵਾਜ਼ ਨਾਲ ਆਖਿਆ। ਫੈਸਲਾ ਕਿਹਾ, ਬਿਸ਼ਨੇ ਨੇ ਹੈਰਾਨੀ ਜ਼ਾਹਰ ਕਰਦਿਆਂ ਪੁੱਛਿਆ, ਇਹੋ ਕਿਰਾਏ ਕਰੂਏ ਦਾ ਜਾਂ ਹਾਤਾ ਖਾਲੀ ਕਰਨ ਦਾ। ਕੀ? ਬਿਸ਼ਨੇ ਨੇ ਘੂਰ ਕੇ ਤੋਤੀ ਵੱਲ ਵਿਹਨੇ ਆਖਿਆ, ਅਤੇ ਤੋਤੀ ਦੀਆਂ ਲਾਲ ਅੱਖਾਂ ਤਾੜੇ ਲੱਗ ਗਈਆਂ। ਤੈਨੂੰ ਕਿਰਾਇਆ ਕਰੂਆ ਅਤੇ ਹਾਤਾ ਖਾਲੀ ਕਰਾਉਣਾ ਹੁਣੇ ਯਾਦ ਆਇਆ? ਉਹਦੇ ਸੰਭਲਣ ਤੋਂ ਪਹਿਲਾਂ ਹੀ ਦਿਆਕੁਰ ਚਿਣਕਵੀਂ ਆਵਾਜ਼ 'ਚ ਜਿਵੇਂ ਉਹਦੇ ਗਲ ਪੈ ਗਈ, ਮੈਂ ਤਾਂ ਗੱਲ ਕੀਤੀ ਹੈ। ਕਾਵਾਂ ਦੇ ਘੇਰੇ ਉੱਲੂ ਵਾਂਗ ਭਵਤਰਿਆ ਤੋਤੀ ਕਦੇ ਬਿਸ਼ਨੇ ਵੱਲ, ਕਦੇ ਦਿਆਕੁਰ ਵੱਲ, ਫਿਰ ਬਾਹਰ ਗਲੀ ਵੱਲ ਝਾਕਦਿਆਂ ਥਿੜਕਵੀਂ ਆਵਾਜ਼ 'ਚ ਬੋਲਿਆ, ਨਾਲੇ ਫਿਰ ਤੁਸੀਂ ਸਿਆਣੇ ਹੋ, ਫੈਸਲਾ ਤਾਂ ਕਰਨਾ ਹੀ ਹੋਇਆ ਨਾ। ਉਹਨੇ ਥਿੜਕਵੀਂ ਆਵਾਜ਼ 'ਚ ਕਰਨਾ ਹੀ ਹੋਇਆ ਨਾ ਟਿਕਵਾਂ ਅਤੇ ਕੁਝ ਉੱਚੀ ਬੋਲਿਆ। ਪਰ ਇਹ ਸੁਣ ਕੇ ਬਿਸ਼ਨੇ ਦਾ ਸਾਰਾ ਸਰੀਰ ਤਪਣ ਲੱਗ ਪਿਆ, ਆਪਣੇ ਆਪ 'ਚ ਕਾਬੂ ਨਾ ਰਿਹਾ। ਟਿਕਵੀਂ ਇੱਕ ਸਾਰ ਮੱਚਦੀ ਅੱਗ ਦੀਆਂ ਲਾਟਾਂ ਵਾਂਗ ਉਹਦੇ ਮੂੰਹੋਂ ਇਹ ਸ਼ਬਦ ਨਿਕਲੇ, ਜੇ ਤਾਂ ਸ਼ਾਹ ਆਇਆ ਕਿਰਾਇਆ ਲੈਣ ਤਾਂ ਜੀ ਸਦਕੇ, 8 ਰੁਪਈਏ 10 ਰੁਪਈਏ ਜਿੰਨੇ ਲੋੜ ਹੋਵੇ ਆਥਣੇ ਲੈ ਜੀ, ਅਤੇ ਜੇ ਆਇਆ ਹਾਤਾ ਖਾਲੀ ਕਰਾਉਣ ਦੀ ਨੀਤ ਨਾਲ ਤਾਂ ਉਹ ਬਾਹਰ ਖੁੱਲ੍ਹਾ, ਪਛਾਂਹ ਮੁੜ ਕੇ ਨਾ ਝਾਕੀ। ਸੁਣਿਆ? ਕਿਉਂ, ਕਿਵੇਂ ਸਲਾਹ? ਦਿਆਕੁਰ ਨੇ ਇੱਕ ਇੱਕ ਅੱਖਰ ਚੁਭੋ ਕੇ ਬਿਸ਼ਨੇ ਦੀ ਗੱਲ ਪੂਰੀ ਕੀਤੀ। ਸਲਾਹ ਤਾਂ ਬਸ ਹਾਤਾ ਖਾਲੀ ਕਰਾਉਣਾ। ਆਪਣੀਆਂ ਡੱਡੂ ਵਰਗੀਆਂ ਅੱਖਾਂ ਘੁਮਾਉਂਦਿਆਂ ਘਾਬਰੀ ਆਵਾਜ਼ 'ਚ ਤੋਤਾ ਇੰਨਾ ਹੀ ਕਹਿ ਸਕਿਆ, ਫਿਰ ਉਹਦੀ ਬੋਲਣ ਦੀ ਹਿੰਮਤ ਨਾ ਪਈ। ਚੰਗਾ, ਫਿਰ ਉੱਠ ਕੇ ਖੜ੍ਹਾ ਹੋ ਜਾ ਇੱਥੋਂ। ਬਿਸ਼ਨੇ ਨੇ ਉਸੇ ਤਰ੍ਹਾਂ ਨਿੱਗਰ ਸਥਿਰ ਅਤੇ ਭਰਵੇਂ ਬੋਲ ਨਾਲ ਆਖਿਆ, ਜੇ ਸਾਡੇ 'ਚ ਤੰਤ ਹੋਊ ਤਾਂ ਅਸੀਂ ਬੈਠਾਂਗੇ, ਕੋਈ ਸਾਲਾ ਸਾਡੀ ਵਾਹ ਬੰਨੀ ਨਹੀਂ ਝਾਕ ਸਕਦਾ, ਅਤੇ ਜੇ ਤੇਰੇ 'ਚ ਹਿੰਮਤ ਹੋਊ ਤਾਂ ਖਾਲੀ ਕਰਾ ਲਈ। ਹਲਾ ਇਹ ਗੱਲ ਆ ਉਸੇ ਤਰ੍ਹਾਂ ਘਬਰਾਈ ਆਵਾਜ਼ ਨਾਲ ਮੂੰਹ 'ਚ ਕੁੜਕੁੜ ਕਰ ਜਿਹਾ ਕਰਦਾ ਤੋਤੀ ਉੱਠਿਆ, ਕੰਬਦਾ ਪਛਾਂਹ ਮੁੜ ਝਾਕਦਿਆਂ ਬਾਹਰ ਨੂੰ ਤੁਰ ਚੱਲਿਆ। ਕੁੱਤਿਆ ਕਰਿਆੜਾ, ਜਦੋਂ ਇਸ ਹਾਤੇ ਨੂੰ ਸਾਂਭਣ ਪਿੱਛੇ ਸਾਡੇ ਪੈਰੀਂ ਹੱਥ ਲਾਉਂਦਾ ਫਿਰਦਾ ਸੀ ਉਦੋਂ ਇਹ ਮਿੱਟੀ ਸੀ ਜਿਹੜੀ ਹੁਣ ਸਿਉਣਾ ਬਣ ਗਈ। ਦਿਆਕੁਰ ਨੇ ਉਹ ਭਬਕ ਮਾਰੀ। ਤੋਤੀ ਨੇ ਤਰਬ ਕੇ ਫਿਰ ਪਿਛਾਂਹ ਵੇਖਿਆ, ਪਰ ਛੇਤੀ ਦੇਣੇ ਗਲੀ 'ਚ ਜਾ ਕੇ ਗੁੱਸੇ ਨਾਲ ਕੰਬਦਾ ਖੱਬੇ ਸਜੇ ਝਾਕਦਾ ਆਉਂਦੇ ਜਾਂਦੇ ਲੋਕਾਂ ਸਾਹਮਣੇ ਜਿਵੇਂ ਹਾਲ ਦੁਹਾਈ ਪਾਉਣ ਲੱਗ ਪਿਆ, ਲੋੜਾ ਆ ਗਿਆ, ਆਹ ਵੀ ਕਦੇ ਹੋਈ ਹੈ, ਐਂ ਵੀ ਕਦੇ ਹੋਈ ਆ। ਪਰ ਅਜੇ ਤਾਈਂ ਕਿਸੇ ਆਉਂਦੇ ਜਾਂਦੇ ਨੇ ਉਹਦੇ ਵੱਲ ਧਿਆਨ ਵੀ ਨਹੀਂ ਸੀ ਦਿੱਤਾ ਕਿ ਉਹਨੂੰ ਇੱਕ ਵੱਡਾ ਸਾਰਾ ਅਣਘੜ ਯਾਤਰੂ ਚੁੱਕੀ ਬੂਹੇ ਵੱਲ ਆਉਂਦੀ ਦਿਆਕੁਰ ਦਿਸੀ। ਘਬਰਾ ਕੇ ਚੀਕਿਆ, ਲੋੜਾ ਹੋਏ ਲੋਕੋ, ਲੋੜਾ, ਐਂ ਵੀ ਕਦੇ ਸੁਣਿਆ? ਜਾਨਾ ਕਿ ਨਹੀਂ ਮੇਰੇ ਪਿਓ ਦਿਆ ਸਾਲਿਆ, ਦਿਆਕੁਰ ਨੇ ਚੀਕ ਕੇ ਕਹਿੰਦਿਆਂ ਯਾਤਰੂ ਉੱਗਰਿਆ, ਅਤੇ ਫਿਰ ਨਾ ਉੱਥੇ ਤੋਤੀ ਖੜੋ ਸਕਿਆ ਅਤੇ ਨਾ ਕਿਸੇ ਆਉਂਦੇ ਜਾਂਦੇ ਨੇ ਦਿਆਕੁਰ ਵੱਲ ਭਰਮੀ ਨਿਗਾਹ ਝਾਕਣ ਦੀ ਹਿੰਮਤ ਕੀਤੀ। ਦਿਆਕੁਰ ਗਾਲਾਂ ਦਿੰਦੀ ਮੁੜੀ ਅਤੇ ਯਾਤਰੂ ਸੁੱਟ ਕੇ ਬੋਲਦੀ ਚੁੰਨੀ ਸੂਤ ਕਰਨ ਲੱਗ ਪਈ। ਬਿਸ਼ਨਾ ਸੱਜੇ ਹੱਥ 'ਚ ਤੇਸੇ ਦੀ ਪੀਨ ਫੜੀ ਖੱਬੇ ਹੱਥ ਦੀਆਂ ਉਂਗਲਾਂ ਦੇ ਪੋਟਿਆਂ ਨਾਲ ਤੇਸੇ ਦੀ ਧਾਰ ਵੇਖ ਰਿਹਾ ਸੀ। ਉਹਦਾ ਧਿਆਨ ਨਾ ਦਿਆਕੁਰ ਵੱਲ ਸੀ ਅਤੇ ਨਾ ਗਲੀ 'ਚ ਗੁੱਝੇ ਜਿਹੇ ਪੈ ਰਹੇ ਰੌਲੇ ਵੱਲ। ਅੰਗ 12 ਕਈ ਦਿਨ ਹੋ ਗਏ ਸਨ ਬਿਸ਼ਨੇ ਨੇ ਭਗਤੇ ਦੀ ਸ਼ਕਲ ਨਹੀਂ ਸੀ ਵੇਖੀ। ਜਦੋਂ ਬਾਜ਼ਾਰੋਂ ਸੌਦਾ ਖਰੀਦਣ ਜਾਂਦਾ ਉਹਦੇ ਘਰ ਅੱਗੋਂ ਲੰਘਦਾ ਤਾਂ ਵੱਡਾ ਬੂਹਾ ਬੰਦ ਹੁੰਦਾ, ਅੰਦਰੋਂ ਸੰਦਾਂ ਦੀ ਆਵਾਜ਼ ਹੀ ਆਉਂਦੀ ਹੁੰਦੀ, ਪਰ ਸਾਹਮਣੇ ਕੁਛ ਨਹੀਂ ਸੀ ਦਿਸਦਾ। ਬੁੱਧੇ ਨੇ ਕੰਮ ਕਰਨ ਲਈ ਛੱਪਰ ਉਰਲੇ ਪਾਸੇ ਬੂਹੇ ਦੇ ਨਾਲ ਲਗਵਾਂ ਪਾਇਆ ਸੀ। ਹੁਣ 2 ਕੁ ਦਿਨਾਂ ਤੋਂ ਜਦੋਂ ਬਿਸ਼ਨਾ ਬੂਹੇ ਅੱਗੋਂ ਲੰਘਦਾ ਤਾਂ ਉਹਦਾ ਚਿੱਤ ਕਾਲਾ ਪੈਣ ਲੱਗ ਪੈਂਦਾ। ਮੱਲੋ ਮੱਲੇ ਉਹਦਾ ਜੀ ਭਗਤੇ ਕੋਲ ਜਾਣ ਨੂੰ ਕਰਦਾ, ਪਰ ਬਾਹਰ ਅੰਦਰ ਫਿਰਦੀ ਜਾਂ ਵਿਹੜੇ 'ਚ ਬੈਠੀ ਕਰਤਾਰੀ ਦਾ ਝੋਲਾ ਵੀ ਜਦੋਂ ਉਹਨੂੰ ਪੈ ਜਾਂਦਾ ਤਾਂ ਮਨ ਕਾਬੂ 'ਚ ਨਾ ਰਹਿੰਦਾ। ਬਾਜ਼ਾਰੋਂ ਰੋਜ਼ ਬਿਸ਼ਨਾ ਭਗਤੇ ਦੇ ਨਿਆਣਿਆਂ ਲਈ ਕੁਛ ਨਾ ਕੁਛ ਖਾਣ ਨੂੰ ਲਿਆਉਂਦਾ ਸੀ। ਕਾਲਾ ਅਤੇ ਮਾਘੀ ਰੋਟੀ ਵੇਲੇ ਤੋਂ ਪਹਿਲਾਂ ਗਲੀ 'ਚ ਉਹਦੀ ਉਡੀਕ ਕਰਦੇ ਰਹਿੰਦੇ, ਮੋੜ ਕੋਲੋਂ ਹੀ ਉਹਦੇ ਵੱਲ ਭੱਜ ਪੈਂਦੇ ਅਤੇ ਦੋਵੇਂ ਉਹਦੀਆਂ ਲੱਤਾਂ ਨੂੰ ਚਿੰਬੜ ਕੇ ਖਾਣ ਲਈ ਲਿਆਂਦੀ ਚੀਜ਼ ਖੋਣ ਲਈ ਟਪੂਸੀਆਂ ਮਾਰਦੇ। ਬਿਸ਼ਨਾ ਭੱਠ ਵਾਲੇ ਮੋੜ ਤੋਂ ਲੈ ਕੇ ਘਰ ਤਾਂ ਹੀ ਉਹਨਾਂ ਨਾਲ ਚੌੜ ਕਰਦਾ ਹੁੰਦਾ,
ਬਰਫੀ ਵਧਾਉਣੇ ਵਾਲਾ ਕਾਗਜ਼ ਕਦੇ ਆਪਣੇ ਖੱਦਰ ਦੇ ਕੁੜਤੇ ਦੀ ਅੰਦਰਲੀ ਖੀਸੇ ਵਰਗੀ ਵੱਡੀ ਸਾਰੀ ਜੇਬ 'ਚ ਲੁਕੋ ਲੈਂਦਾ, ਕਦੇ ਪੱਗ 'ਚ ਟੰਗ ਲੈਂਦਾ। ਇੰਝ ਚੌੜ ਕਰਦਿਆਂ ਜਿਹੜਾ ਉਹਨੂੰ ਵੇਖ ਲੈਂਦਾ, ਉਹਨੂੰ ਸੱਚ ਨਹੀਂ ਸੀ ਆਉਂਦਾ ਵੀ ਇਹ ਉਹ ਬਿਸ਼ਨਾ ਸੀ ਜਿਹਦੇ ਨਾਂ ਨਾਲ ਕੱਬਾ ਸ਼ਬਦ ਇੰਝ ਜੁੜਿਆ ਸੀ ਵੀ ਇਕੱਲਾ ਬਿਸ਼ਨਾ ਆਖਿਆ ਲੋਕ ਕਿਸੇ ਹੋਰ ਬਿਸ਼ਨੇ ਦਾ ਖਿਆਲ ਕਰ ਲੈਂਦੇ ਸੀ। ਪਰ ਹੁਣ ਕਿੰਨੇ ਹੀ ਦਿਨ ਹੋ ਗਏ, ਭਗਤੇ ਦੇ ਦੋਵੇਂ ਮੁੰਡੇ ਨਾ ਉਹਨੂੰ ਗਲੀ 'ਚ ਮਿਲੇ ਨਾ ਹਾਤੇ ਵਿੱਚ ਹੀ ਆਏ ਸੀ। ਉਹ ਬਾਜ਼ਾਰੋਂ ਨੇਮ ਨਾਲ ਰੋਜ਼ ਕੁਛ ਨਾ ਕੁਛ ਲੈ ਆਉਂਦਾ ਅਤੇ ਕੋਠੜੀ 'ਚ ਟਾਂਡ ਉੱਤੇ ਛਿੱਕੂ 'ਚ ਸਾਂਭ ਕੇ ਰੱਖ ਦਿੰਦਾ। ਇਸ ਗੱਲ ਦਾ ਅਜੇ ਤਾਈਂ ਦਿਆਕਰ ਨੂੰ ਵੀ ਪਤਾ ਨਹੀਂ ਸੀ ਲੱਗਿਆ। ਦੋ ਤਿੰਨ ਵਾਰੀ ਉਹਨੇ ਆਪ ਉਹਨੂੰ ਪੁੱਛਣ ਲਈ ਜਿਵੇਂ ਪੁੱਛਿਆ ਸੀ, ਸਰਵਣ ਦਾ ਪਿਓ ਕਈ ਦਿਨਾਂ ਤੋਂ ਕਾਲਾ ਅਤੇ ਮਾਘੀ ਨਹੀਂ ਕਿਤੇ ਦੇਖੇ, ਨਾਨਕੀ ਤਾਂ ਨਹੀਂ ਉੱਠ ਗਏ? ਪਰ ਹੂੰ ਹਾਂ ਤੋਂ ਬਿਨਾਂ ਬਿਸ਼ਨਾ ਕੋਈ ਜਵਾਬ ਨਹੀਂ ਸੀ ਦੇ ਸਕਿਆ। ਬੁੱਧਾ ਪਿੰਡੋਂ ਆਉਂਦਾ ਜਾਂਦਾ ਹਾਤੇ ਵਿੱਚੋਂ ਹੋ ਜਾਂਦਾ ਸੀ। ਭਗਤੇ ਬਾਰੇ ਹੁਣ ਬਿਸ਼ਨੇ ਨੇ ਕਦੇ ਕੁਛ ਨਹੀਂ ਸੀ ਪੁੱਛਿਆ, ਬੁੱਧਾ ਆਪ ਹੀ ਸਭ ਕੁਝ ਦੱਸ ਜਾਂਦਾ। ਉਹਨੂੰ ਇਸੇ ਗੱਲ ਦੀ ਬੜੀ ਤਸੱਲੀ ਸੀ ਵੀ ਭਗਤੇ ਨੇ ਅੱਡ ਹੋ ਕੇ ਕੰਮ ਚਲਾ ਲਿਆ ਸੀ। ਕਦੇ ਕਦੇ ਉਹਦੇ ਚਿੱਤ 'ਚ ਹਉ ਬੜਿੱਕੇ ਉੱਠਣ ਲੱਗ ਪੈਂਦੇ ਵੀ ਭਗਤਾ ਬੁੱਧਾ ਅਤੇ ਉਹ ਫਿਰ ਕੰਮ ਇਕੱਠਾ ਕਰਨ, ਹਾਤਾ ਲੱਕੜਾਂ ਨਾਲ ਭਰਿਆ ਹੋਵੇ, ਪਰ ਆਪ ਹੀ ਇਹ ਸਾਰੀਆਂ ਗੱਲਾਂ ਨਿਆਣਿਆਂ ਵਰਗੀਆਂ ਜਾਪਦੀਆਂ। ਉਹਦੇ 'ਤੇ ਭਗਤੇ ਦੇ ਰਾਹ ਨਿਖੜ ਚੁੱਕੇ ਸੀ ਅਤੇ ਹੁਣ ਸ਼ਾਇਦ ਅਗਾਂਹ ਕਿਸੇ ਵੀ ਪੜਾਅ 'ਤੇ ਜਾ ਕੇ ਨਹੀਂ ਸੀ ਮਿਲ ਸਕਣੇ। ਫਿਰ ਵੀ ਉਹ ਚਾਹੁੰਦਾ ਸੀ ਵੀ ਨਿਖੜੇ ਰਾਹ ਭਾਵੇਂ ਕਿੰਨੀ ਵਿੱਥ ਉੱਤੇ ਰਹਿਣ, ਬਸ ਭਗਤਾ ਤੁਰਿਆ ਜਾਂਦਾ ਦਿਸਦਾ ਰਹੇ। ਉਹ ਜਿਵੇਂ ਭਗਤੇ ਦੀ ਰਾਖੀ ਕਰਨਾ ਚਾਹੁੰਦਾ ਸੀ, ਵੱਡਿਆਂ ਵਾਂਗ ਉਹਦੇ ਸਿਰ 'ਤੇ ਹੱਥ ਰੱਖਣਾ ਲੋਚਦਾ ਸੀ। ਪਿਛਲੇ ਦਿਨਾਂ ਤੋਂ ਕੁੱਲ 200 ਕੁ ਸੌ ਹੱਟੀਆਂ ਦੀ ਇਸ ਮੰਡੀ 'ਚ ਬਿਸ਼ਨੇ ਬਾਰੇ ਥਾਂ ਥਾਂ ਗੱਲਾਂ ਹੁੰਦੀਆਂ ਰਹਿੰਦੀਆਂ। ਜਿੱਧਰੋਂ ਵੀ ਉਹ ਲੰਘਦਾ ਲੋਕ ਉਹਦੇ ਵੱਲੇ ਉਹ ਝਾਕਦੇ ਜਿਵੇਂ ਉਹ ਕਿਸੇ ਓਪਰੇ ਦੇਸ਼ ਦਾ ਬੰਦਾ ਹੋਵੇ। ਉਹਦੀ ਪਿੱਠ ਪਿੱਛੇ ਉਹਨੂੰ ਲੋਕ ਕੱਬਾ, ਅੜਬ, ਕੋਰਾ, ਸਿਰ ਕੱਟਿਆ ਅਤੇ ਹੋਰ ਪਤਾ ਨਹੀਂ ਕੀ ਆਖਦੇ ਸੀ। ਪਰ ਜਦੋਂ ਕਿਸੇ ਹੱਟੀ 'ਤੇ ਜਾ ਖੜਾਉਂਦਾ ਤਾਂ ਹਟਵਾਣੀਏ ਉਹ ਦੰਦੀਆਂ ਕੱਢ ਕੱਢ ਹੱਸਦੇ ਅਤੇ ਉਹਦਾ ਹਾਲ ਚਾਲ ਪੁੱਛਦੇ ਜਿਵੇਂ ਉਹ ਮੁੱਢੋਂ ਹੀ ਉਹਦੇ ਦਰਦੀ ਹੋਣ। ਉਹ ਚੀਜ਼ ਦਾ ਭਾਅ ਪੁੱਛਦਾ ਤਾਂ ਭਾਅ ਦੱਸਣ ਦੀ ਥਾਂ ਤੂੰ ਲੈ ਜਾ ਕਾਰੀਗਰਾ, ਭਾਅ ਤੇਰੇ ਨਾਲ ਹੀ ਕਰਨਾ, ਕਹਿ ਕੇ ਹੀ 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 ਕਰਨ ਲੱਗ ਪੈਂਦੇ ਜਿਵੇਂ ਦੰਦੀਆਂ ਚੜਾਉਂਦੇ ਹੋਣ। ਬਿਸ਼ਨੇ ਨੂੰ ਸਭ ਦਾ ਪਤਾ ਸੀ, ਉਹਦੀਆਂ ਤਿੱਖੀਆਂ ਅੱਖਾਂ ਕੋਲੋਂ ਸਹਿਜੇ ਕੋਈ ਕੁਛ ਨਹੀਂ ਸੀ ਲੁਕਾ ਸਕਦਾ। ਇਹਨਾਂ ਲੋਕਾਂ ਦੇ ਲੇਲੇ ਪੇਪੇ ਉਹਨੂੰ ਐਡੇ ਭੈੜੇ ਲੱਗਦੇ ਵੀ ਕਈ ਕਈ ਦਿਨ ਬਾਜ਼ਾਰ ਜਾਣ ਨੂੰ ਜੀ ਨਹੀਂ ਸੀ ਕਰਦਾ। ਜੇ ਕੋਈ ਇੰਝ ਬਹੁਤਾ ਹੀ ਲਿਪ ਲਿਪ ਕਰਨ ਲੱਗਦਾ ਤਾਂ ਉਹ ਤੋਂ ਬਿਨਾਂ ਸੌਦਾ ਲਿਆ ਮੁੜ ਆਉਂਦਾ। ਅਜਿਹੇ ਲੋਕਾਂ ਤੋਂ ਅਤੇ ਖਾਸ ਕਰਕੇ ਹਟਵਾਣੀਆਂ ਤੋਂ ਉਹਨੂੰ ਪਹਿਲੇ ਦਿਨੋਂ ਘਿਰਨਾ ਸੀ। ਪਿਛਲੇ ਕੁਛ ਦਿਨਾਂ ਤੋਂ ਕਦੇ ਕਦੇ ਉਹਨੂੰ ਇਉਂ ਜਾਪਦਾ ਵੀ ਉਹ ਇਕੱਲਾ ਰਹਿ ਗਿਆ ਸੀ। ਪਰ ਫਿਰ ਦਿਆਕੁਰ ਦਾ ਖਿਆਲ ਆਉਂਦਾ, ਦਿਆਕੁਰ ਸੋਚਦਾ ਪਰ ਹੈ ਤਾਂ ਤੀਵੀਂ ਹੈ ਨਾ। ਫਿਰ ਉਹ ਗਾਹ ਨਾਲ ਦਿਆਕੁਰ ਵੱਲ ਝਾਕਦਾ, ਸਿਰ ਤੋਂ ਪੈਰਾਂ ਤਾਈਂ ਉਹਨੂੰ ਇਉਂ ਜਾਚਣ ਲੱਗ ਪੈਂਦਾ ਜਿਵੇਂ ਪਛਾਣ ਕੱਢਦਾ ਹੋਵੇ। ਉਹਦੇ ਮਧਰੇ ਕੱਦ, ਪੀੜੇ ਸਰੀਰ, ਗੋਰੇ ਰੰਗ, ਭਰਵੇਂ ਚਿਹਰੇ ਅਤੇ ਉਹਦੀਆਂ ਆਪਣੀਆਂ ਅੱਖਾਂ ਵਰਗੀਆਂ ਹਰ ਸ਼ੈ ਨੂੰ ਵਿੰਨ ਦੇਣ ਵਾਲੀਆਂ ਤੇਜ਼ ਅੱਖਾਂ ਵਾਲੀ ਦਿਆਕੁਰ ਨੂੰ, ਜਿਸ ਨਾਲ 30 ਵਰੇ ਉਹ ਜ਼ਿੰਦਗੀ ਦੇ ਗੁਜ਼ਾਰ ਚੁੱਕਿਆ ਸੀ, ਜਿਹੜੀ ਹਰ ਥਾਂ ਉਹਦੇ ਨਾਲ ਬੰਦਿਆਂ ਵਾਂਗ ਮੋਢਾ ਡਾਹ ਕੇ ਖੜੋਤੀ ਸੀ, ਅਸਲ 'ਚ ਹੁਣ ਬਿਸ਼ਨੇ ਨੂੰ ਆਪਣੇ ਹੀ ਪੈਰ ਕੰਬਦੇ ਲੱਗਦੇ ਸੀ ਅਤੇ ਇਹੋ ਗੱਲ ਕਿਤੇ ਕਿਤੇ ਉਹਨੂੰ ਛਿੱਥਾ ਪਾ ਦਿੰਦੀ ਸੀ। ਦਿਲ ਰੱਖੀਏ ਪਹਾੜਾਂ ਵਰਗੇ ਮਸਤੀ ਸ਼ੇਰਾਂ ਦੀ, ਅਤੇ ਉਦੋਂ ਹੀ ਉਹ ਰਾਗੀਆਂ ਦੀ ਧਾਰਨਾ ਨਾਲ ਸ਼ਬਦ ਗਾਉਣ ਲੱਗ ਪੈਂਦਾ। ਹੋਰ 2 ਪਲਾਂ ਮਗਰੋਂ ਉੱਡਾ ਹੀ ਤਕੜਾ ਅਨੁਭਵ ਕਰਨ ਲੱਗ ਪੈਂਦਾ ਜਿੱਡਾ ਹੁਣ ਤਾਂ ਹੀ ਰਿਹਾ ਸੀ, ਅਤੇ ਦਿਆਕੁਰ ਉਹਨੂੰ ਬੰਦਿਆਂ ਵਾਂਗ ਆਪਣੇ ਬਰਾਬਰ ਖੜੋਤੀ ਦਿਸਦੀ। ਮਲਬੇ ਨੂੰ ਲੱਗੀ ਅੱਗ ਬਾਰੇ ਦੱਸਣ ਮਗਰੋਂ ਹੇਤੀਆ ਨਹੀਂ ਸੀ ਆਇਆ। ਬਿਸ਼ਨੇ ਨੂੰ ਕਦੇ ਕਦੇ ਉਹਦਾ ਖਿਆਲ ਵੀ ਆਉਂਦਾ, ਜਦੋਂ ਉਹਦੀ ਰਸਾਇਣ ਵਾਲੀ ਗੱਲ ਚੇਤੇ ਆ ਜਾਂਦੀ ਤਾਂ ਮੁਸਕਰਾ ਕੇ ਸੋਚਦਾ ਸਾਰਾ ਦਿਨ ਉਸੇ ਕੁੱਪੀ ਦੇ ਆਹਰ ਲੱਗਿਆ ਰਹਿੰਦਾ ਹੋਣਾ ਥਲੀ ਵਾਲਾ। ਬਿਸ਼ਨੇ ਦਾ ਜੀ ਕਰਦਾ ਉਹ ਆਪ ਜਾ ਕੇ ਉਹਦਾ ਪਤਾ ਲੈ ਆਏ, ਪਰ ਫਿਰ ਉਹਨੂੰ ਨਵਾਂ ਵਿੱਢਿਆ ਕੰਮ ਨਿਬੇੜਨ ਦੀ ਕਾਹਲ 'ਚ ਚੇਤਾ ਹੀ ਭੁੱਲ ਜਾਂਦਾ। ਉਹਨੇ ਰੇਹੜੀ ਦਾ ਕਰੰਗਾ 4 ਕੁ ਦਿਨਾਂ ਵਿੱਚ ਹੀ ਬਣਾ ਲਿਆ ਸੀ ਅਤੇ ਇਸ ਪਿੱਛੋਂ ਉਹਦੀ ਜੋੜੀ ਵਿੱਢ ਲਈ ਸੀ। ਗਜ ਅਤੇ ਪੁੱਠੀਆਂ ਮੱਸਾਂ ਪੂਰੇ ਕੀਤੇ ਸੀ, ਚੰਗਾ ਕਾਠ ਬਹੁਤਾ ਭਗਤੇ ਨੂੰ ਚੁਕਵਾ ਦਿੱਤਾ ਸੀ, ਪਰ ਔਖਿਆਂ ਸੌਖਿਆਂ ਉਹਨੇ ਇੱਕ ਰੇਹੜੀ ਦਾ ਸਾਰਾ ਸਾਜ ਪੁਰਾਣੇ ਕਾਠ 'ਚੋਂ ਕੱਢ ਲਿਆ ਸੀ। ਇਹ ਰੇਹੜੀ ਉਹ ਕਾਲ ਕਰਕੇ ਸਿਰੇ ਚੜ੍ਹਾ ਲੈਣਾ ਚਾਹੁੰਦਾ ਸੀ, ਉਹਨੂੰ ਖਿਆਲ ਸੀ ਸ਼ਾਇਦ ਪਹਿਲੀ ਪੇਸ਼ੀ ਉੱਤੇ ਹੀ ਉਹਨਾਂ ਦਾ ਕੋਈ ਫੈਸਲਾ ਹੋ ਜਾਏ, ਅਤੇ ਪਿੱਛੋਂ ਦਿਆਕੁਰ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਸੀ ਹੋਣ ਦੇਣਾ ਚਾਹੁੰਦਾ। ਰੇਹੜੀ ਦੇ ਕਿਰਾਏ ਨਾਲ ਦਿਆਕੁਰ ਆਪਣਾ ਗੁਜ਼ਾਰਾ ਕਰ ਸਕਦੀ ਸੀ, ਅਤੇ ਬਿਸ਼ਨੇ ਦੇ ਹੱਥ ਦੀਆਂ ਬਣੀਆਂ ਰੇਹੜੀਆਂ ਬਾਗੜੀ ਪੱਲੇਦਾਰ ਬੜੇ ਖੁਸ਼ ਹੋ ਕੇ ਲਿਜਾਂਦੇ ਸੀ। ਉਹ ਰੇਹੜੀਆਂ ਦਾ ਬੜਾ ਚੰਗਾ ਕਾਰੀਗਰ ਮੰਨਿਆ ਜਾਂਦਾ ਸੀ, ਅਤੇ ਇਹ ਮੰਡੀ 'ਚ ਬੰਦਿਆਂ ਦੇ ਖਿੱਚਣ ਵਾਲੀਆਂ ਦੇ 15-20 ਮਣ ਭਾਰ ਢੋਣ ਵਾਲੀਆਂ ਰੇਹੜੀਆਂ ਦਾ ਰਿਵਾਜ ਉਸੇ ਨੇ ਪਾਇਆ ਸੀ।
ਪੇਸ਼ੀ ਤੋਂ 2 ਕੁ ਦਿਨ ਪਹਿਲਾਂ ਉਹਨੇ ਰੇੜੀ ਸਿਰੇ ਚੜ੍ਹਾ ਲਈ। ਜਦੋਂ ਤਿਆਰ ਕਰਕੇ ਵਿਹੜੇ 'ਚ ਖੜਾਈ, ਉਸੇ ਦਿਨ ਅੱਥ ਨੇ ਕਾਨੀਆਂ ਪੱਲੇਦਾਰ ਆ ਗਿਆ। ਉਹਨੇ ਪਹਿਲਾਂ 2-3 ਗੇੜੇ ਰੇੜੀ ਦੇ ਉੱਤੋਂ ਦੀ ਇਉਂ ਦਿੱਤੇ ਜਿਵੇਂ ਪਰਿਕਰਮਾ ਕਰਦਾ ਹੋਵੇ, ਅਤੇ ਅੱਗੋਂ ਹੱਥ ਜੂਲਾ ਫੜ ਕੇ ਰੇੜੀ ਨੂੰ ਉਲਾਰ ਕੇ ਵੇਖਿਆ ਤਾਂ ਇਹ ਫੁੱਲ ਵਰਗੀ ਹੌਲੀ ਲੱਗੀ। ਤਾਓ ਬੇਰਾ ਨਹੀਂ ਤੈਂ ਰੇੜੀ, ਮੈਂ ਕਿ ਪਾਉਂਦਾ ਮੋਟਰ ਕਾਰ ਜਿਸੀ ਬਣਾ ਦਿੰਦਾ, ਕਾਰੀਗਰ ਹੋਏ ਅਤੇ ਤੇਰੇ ਜਿੱਸਾ ਨਹੀਂ, ਕਣਕਸ਼ ਜਾਟ ਖਾਤੀ ਤੋਂ ਬਥੇਰੇ ਤੁਰੇ ਫਿਰਦੇ ਆ। ਕਾਨੀਆਂ ਕਿੰਨਾ ਚਿਰ ਉਹਦੀਆਂ ਸਿਫਤਾਂ ਕਰਦਾ ਰਿਹਾ ਸੀ। ਬਿਸ਼ਨੇ ਨੂੰ ਪਤਾ ਸੀ ਕਾਨੀਆਂ ਨੂੰ ਵਡਿਆਉਣ ਲਈ ਇਹ ਸਭ ਸਾਰੀ ਭਕਾਈ ਕਰ ਰਿਹਾ ਸੀ। ਜਦੋਂ ਮੂੰਹ 'ਤੇ ਕੋਈ ਉਹਦੀਆਂ ਇੰਝ ਸਿਫਤਾਂ ਕਰਨ ਲੱਗ ਪੈਂਦਾ ਉਹਨੂੰ ਬੜਾ ਬੁਰਾ ਲੱਗਦਾ। ਤੈਂ ਲਿਜਾਣੀ ਆ? ਖਰਵੇ ਬੋਲ ਨਾਲ ਬਿਸ਼ਨੇ ਨੇ ਉਹਦੇ ਵੱਲ ਤਾੜ ਕੇ ਪੁੱਛਿਆ। ਜੇ ਤਾਂ ਲਿਜਾਣੀ ਹੈ 7 ਰੁਪਈਏ ਅਤੇ 2 ਮਹੀਨਿਆਂ ਦਾ ਕਿਰਾਇਆ ਪਹਿਲਾਂ, ਨਹੀਂ ਤਾਂ ਚੁੱਪ ਕਰਕੇ ਡੰਡੀ ਪੈ। ਕਾਨੀਆਂ ਰਤਾ ਕੋ ਘਬਰਾ ਗਿਆ, ਪਰ ਉਹਦੇ ਸੁਭਾਅ ਤੋਂ ਵਰਿਆਂ ਦਾ ਜਾਣੂ ਸੀ, ਇਸ ਕਰਕੇ ਉਹ ਲੈਣੀ ਤੋਂ ਸੈਂ ਕਹਿੰਦਿਆਂ ਸਿਰ ਮਾਰਦਿਆਂ ਢਿੱਲਾ ਜਿਹਾ ਹੋ ਕੇ ਬਾਹਰ ਵੇਖਿਆ ਤਾਂ ਬਿੰਦ ਦਾ ਬਿੰਦ ਉਹਨੂੰ ਕਾਨੀਏ ਦੇ ਮਖਿਆਲ ਵਰਗੇ ਸਾਰੇ ਟੱਬਰ ਦਾ ਖਿਆਲ ਆਇਆ ਅਤੇ ਉਹਦਾ ਚਿੱਤ ਇੱਕਦਮ ਹੋਰ ਵਹਿਣਾ 'ਚ ਵਹਿ ਤੁਰਿਆ। ਕਾਨੀਏ ਦੀ ਉਮਰ ਅਜੇ ਮਸਾਂ 30 ਸਾਲਾਂ ਦੀ ਸੀ। ਆਮ ਪੱਲੇਦਾਰਾਂ ਵਾਂਗ ਉਹ ਹੱਡਲ ਬੰਦਾ ਨਹੀਂ ਸੀ। ਕਈ ਵਾਰ ਬਿਸ਼ਨੇ ਨੂੰ ਲੱਗਦਾ ਜਿਵੇਂ ਬਾਂਗਰ ਦੇ ਅੱਖਾਂ ਦਾ ਟਿੱਡਾ ਪੰਜਾਬ 'ਚ ਆ ਵੜਿਆ ਹੋਵੇ। ਉਹਨੇ ਦੇਸ਼ ਦੇ ਲੋਕ ਊਠਾਂ ਵਰਗੇ ਸੀ, ਪਰ ਉਹ ਜਿਵੇਂ ਛਿਲਕਾਂ ਦਾ ਊਠ ਸੀ। ਉਹਦੇ 5-6 ਨਿਆਣੇ ਵੀ ਉਸੇ ਵਰਗੇ ਹੀ ਸੀ, ਪਲਪੀਆਂ ਜਿਹੀਆਂ, ਤੀਵੀਂ ਕਾਨੀਏ ਨਾਲੋਂ ਵੀ ਚੰਦ ਸੀ। ਪਤਾ ਨਹੀਂ ਸੋਰੀ ਦੇ ਜਾਨ ਕਿੱਥੇ ਅੜਕੀ ਫਿਰਦੀ ਹੈ। ਕਦੇ ਕਦੇ ਬਿਸ਼ਨਾ ਸੋਚਦਾ ਹੈ ਸਾਰੇ ਜੀ ਠੁੱਲੇ ਸ਼ਾਹ ਦੇ ਪਸ਼ੂਆਂ ਵਾਲੇ ਹਾਤੇ 'ਚ ਮੰਡੀਓਂ ਬਾਹਰ ਬਾਹਰ ਰਹਿੰਦੇ ਸੀ, ਜਿੱਥੇ ਅਜੇ ਤਾਈਂ ਕੋਈ ਆਬਾਦੀ ਨਹੀਂ ਸੀ। ਵਾੜੇ ਦੇ ਖੁੰਜੇ ਉਹਨਾਂ ਆਪੇ ਇੱਕ ਟੱਪ ਪਾ ਲਿਆ ਅਤੇ ਸਿਆਲ 'ਚ ਉਸੇ ਦੇ ਪਾਸੇ ਸਰਕਾਨਿਆਂ ਦੇ ਫਿੜਕੇ ਲਾ ਕੇ ਵਾਵਲਾ ਕਰ ਲੈਂਦੇ ਸੀ। ਕੁਝ ਚਿਰ ਸੋਚੀ ਪਿਆ ਬਿਸ਼ਨਾ ਰੇੜੀ ਵੱਲ ਵਹਿੰਦਾ ਰਿਹਾ। ਘੜੀ ਕੁ ਮਗਰੋਂ ਉਹਨੂੰ ਧੂ ਕੇ ਹਾਤਿਓਂ ਬਾਹਰ ਲੈ ਤੁਰਿਆ। ਦਿਆਕੁਰ ਨੇ ਉੱਕੜ ਕੇ ਵੇਖਿਆ, ਪਰ ਮਗਰੋਂ ਆਵਾਜ਼ ਉਹਨੇ ਨਾ ਮਾਰੀ। ਬਿਸ਼ਨਾ ਨੀਵੀਂ ਪਾ ਕੇ ਰੇੜੀ ਖਿੱਚੀ, ਠੁੱਲੇ ਕੇ ਪਸ਼ੂਆਂ ਵਾਲੇ ਉਸੇ ਹਾਤੇ ਵੱਲ ਲੈ ਗਿਆ ਅਤੇ ਬਾਹਰ ਖੜਾ ਕੇ ਆਪ ਅੰਦਰ ਲੰਘ ਗਿਆ। ਕਾਨੀਆਂ ਪਰਲੇ ਖੂੰਜੇ ਮੂੰਹ ਤੋਂ ਹੱਥ ਧੋਂਦਾ ਆਪਣੇ ਘੋਨੇ ਸਿਰ 'ਚ ਤੱਤਾ ਪਾਣੀ ਪਾ ਪਾਓ ਅਤੇ ਦਬਾ ਦਬ ਹੱਥ ਫੇਰਦਾ ਜੈ ਗੰਗਾ ਕਰੀ ਜਾਂਦਾ, ਬੜਾ ਹਸਾਉਣਾ ਜਿਹਾ ਲੱਗਦਾ ਸੀ। ਨਿੱਕੀਆਂ 2 ਕੁੜੀਆਂ ਇੱਕੋ ਇੱਕ ਪਾਟਿਆ ਝੱਗਾ ਪਾਈ ਵਿਹੜੇ ਦੇ ਵਿਚਾਲੇ ਖੇਡੀ ਜਾਂਦੀਆਂ ਸੀ, ਤਾਂ ਉਹਨਾਂ ਦੀਆਂ ਮਿੱਟੀ ਨਾਲ ਅੱਟੀਆਂ ਗੁੱਤਣੀਆਂ ਪੂਛਾਂ ਵਾਂਗ ਕਰੜੀਆਂ ਹੋ ਕੇ ਤਾਂ ਨੂੰ ਹੋਈਆਂ ਹੋਈਆਂ ਸੀ। ਬਿਸ਼ਨੇ ਨੂੰ ਹੋਰ ਵੀ ਹਸਾਉਣੀਆਂ ਲੱਗੀਆਂ। ਆਹਾ ਕਿੜੇ ਵਾਲੇ ਸਿਰ ਤੁਹਾਡੀ ਮਾਂ ਨੇ ਕੀਤੇ ਆ ਕੁੜੇ ਭੂਤਨੀ ਹੋ। ਉਹਨੇ ਕੁੜੀਆਂ ਦੇ ਕੋਲ ਹੌਲੀ ਦੇਣੇ ਚੋਰਾਂ ਵਾਂਗ ਬਹਿ ਕੇ ਦੋਹਾਂ ਦੀਆਂ ਗੁੱਤਾਂ ਫੜਦਿਆਂ ਗਿਆ। ਕੁੜੀਆਂ ਨੇ ਨਗੌਰੀ ਵਛਰੂਆਂ ਵਰਗੀਆਂ ਮੋਟੀਆਂ ਮੋਟੀਆਂ ਅੱਖਾਂ ਨਾਲ ਬਿਸ਼ਨੇ ਵੱਲ ਵੇਖਿਆ ਅਤੇ ਗੁੱਤਾਂ 'ਚ ਡਾਉਣ ਲਈ ਡੋਰੂ ਵਾਂਗ ਸਿਰ ਮਾਰਦੀਆਂ ਉੱਚੀ ਉੱਚੀ ਇਉਂ ਹੱਸਣ ਲੱਗ ਪਈਆਂ ਜਿਵੇਂ ਕਿਸ਼ਨੋ ਝਿਉਰੀ ਦੀ ਕੜਾਹੀ 'ਚੋਂ ਮੱਕੀ ਦੀਆਂ ਖਿੱਲਾਂ ਤਿੜਕਦੀਆਂ ਹੋਣ। ਬਿਸ਼ਨੇ ਨੇ ਕਿੰਨਾ ਚਿਰ ਉਹਨਾਂ ਦੀਆਂ ਗੁੱਤਾਂ ਨਾ ਛੱਡੀਆਂ, ਉਹ ਇੰਝ ਹੱਸਦੀਆਂ ਉਹਨੂੰ ਚੰਗੀਆਂ ਲੱਗਦੀਆਂ ਸੀ। ਕੁੜੀਆਂ ਵੀ ਗੁੱਤਾਂ 'ਚ ਡਾਉਣ ਲਈ ਸਿਰ ਮਾਰਦੀਆਂ ਹੱਸਦੀਆਂ ਰਹੀਆਂ। ਕਾਨੀਆਂ ਬਿਸ਼ਨੇ ਨੂੰ ਬੈਠਾ ਵੇਖ ਕੇ ਛੇਤੀ ਛੇਤੀ ਧੋਤੀ ਨਾਲ ਮੂੰਹ ਸਿਰ ਪੂੰਝਦਿਆਂ ਕੌਲੇ ਨਾਲ ਖੜੋਤਾ ਮੰਜਾ ਡਾਉਣ ਲੱਗ ਪਿਆ। ਉਹਨੂੰ ਹੱਤੇ ਵਾਲਾ ਬਿਸ਼ਨੇ ਦਾ ਖਰਵਾ ਬੋਲ ਜਿਹੜਾ ਆਪਣੇ ਵਾੜੇ ਵੱਲ ਉਹਨੇ ਉਹਦੇ ਕੰਨਾਂ 'ਚ ਗੂੰਜਦਾ ਆਇਆ ਸੀ, ਹੁਣ ਇੱਕਦਮ ਉੱਕਾ ਵਿਸਰ ਚੁੱਕਿਆ ਸੀ। ਤਾਊ ਅੱਠੇ ਅੱਠੇ ਆ ਜਾ, ਉਹਨੇ ਮੰਜਾ ਡਾਹ ਕੇ ਉੱਚੀ ਸਾਰੀ ਆਖਿਆ। ਬਿਸ਼ਨਾ ਉੱਠ ਖੜੋਤਾ ਮੁਸਕਰਾਉਂਦਿਆਂ ਪਹਿਲਾਂ ਉਹਨੇ ਕਾਨੀਆਂ ਵੱਲ ਵੇਖਿਆ, ਫਿਰ ਕਾਨੀਆਂ ਦੇ ਛੱਪਰ ਕੋਠੇ ਵੱਲ ਝਾਤ ਮਾਰ ਕੇ ਹੱਸਦਿਆਂ ਬੋਲਿਆ, ਕਾਨਿਆਂ ਦੀ ਮੇਰੀ ਝੌਂਪੜੀ ਗੁੜ ਨਾਲ ਲਿੱਪੀ ਚੌਲਾਂ ਚਿੱਤੀ, ਖੋਲੋ ਪੁੱਤ ਬਲੂੰਗੜਿਓ। ਅੰਦਰ ਬਾਜਰੇ ਦੇ ਮੋਟੇ ਟੁੱਕ ਤੇ ਦੰਦੀਆਂ ਵੱਢਦੇ ਅਤੇ ਲੱਸੀ ਦੇ ਘੁੱਟਾਂ ਨਾਲ ਟੁੱਕ ਨਿਘਾਰਦੇ ਕਾਨੀਏ ਦੇ ਨਿੱਕੇ ਨਿਆਣੇ ਡੋਰੇ ਭੋਰੇ ਜੇ ਝਾਕਣ ਲੱਗ ਪਏ ਅਤੇ 2 ਕੁ ਉੱਚੀ ਉੱਚੀ ਹੱਸਣ ਲੱਗ ਪਏ। ਇੱਕ ਨੂੰ ਹੱਸਦਿਆਂ ਹੱਥੂ ਆ ਗਿਆ, ਉਹਦੀ ਲੱਸੀ ਡੁੱਲ ਗਈ। ਕਾਨੀਏ ਦੀ ਤੀਵੀਂ ਨੇ ਆਪਣਾ ਪੌਮਚਾ ਖਿੱਚ ਕੇ ਐਡਾ ਲੰਮਾ ਘੁੰਡ ਕੱਢ ਲਿਆ ਵੀ ਉਹਦਾ ਪੱਲਾ ਰੋਟੀਆਂ ਵਾਲੇ ਥੱਪਣੇ ਦੇ ਨਾਲ ਆ ਲੱਗਿਆ। ਬਿਸ਼ਨੇ ਨੂੰ ਇਹ ਸਾਰਾ ਕੁਝ ਪਤਾ ਨਹੀਂ ਕਿਉਂ ਇੰਨਾ ਚੰਗਾ ਲੱਗਿਆ, ਪਰ ਉਹ ਬਿਨਾਂ ਬਿੰਦ ਵੀ ਹੋਰ ਰੁਕਿਆ ਰੇਤੇ ਮਿੱਟੀ ਨਾਲ ਖੇਡਦੀਆਂ ਕੁੜੀਆਂ ਦੀਆਂ ਗੁੱਤਾਂ ਫੇਰ ਖਿੱਚ ਕੇ ਬਾਹਰ ਨੂੰ ਤੁਰ ਪਿਆ ਅਤੇ ਤੁਰਿਆ ਆਉਂਦਾ ਹੀ ਉੱਚੀ ਸਾਰੀ ਬੋਲਿਆ, ਆ ਰੇੜੀ ਸਾਂਭ ਲਈ ਓਏ ਥਲੀ ਵਾਲਿਆ, ਰਾਤ ਨੂੰ ਕੋਈ ਬਾਹਰ ਦੀ ਬਾਹਰ ਹੀ ਨਾ ਖਿੱਚ ਕੇ ਲੈ ਜੇ। ਤਾਂ ਬਾਤ ਤੋਂ ਸੁਣ, ਇੱਕ ਟਿੱਕਰ ਖਾਂਦਾ ਜਾਈਓ। ਕਾਨੀਏ ਦੇ ਬੋਲ ਦੇ ਨਾਲ ਹੀ ਛੱਪਰ ਅੰਦਰੋਂ ਉਹਦੀ ਤੀਵੀਂ ਦੀ ਦੱਬਵੀਂ ਆਵਾਜ਼ ਉਹਨੂੰ ਸੁਣੀ, ਤੈਂ ਭਾਗ ਕੇ ਬਾਂਹ ਪਕੜ ਕੇ ਬੋਲ ਨਾ ਜੀ, ਟਿੱਕਰ ਜੀਮ ਕੇ ਜਾਈਓ, ਜਾ ਨਾ
ਬਿਸ਼ਨਾ ਇੱਕ ਵਾਰ ਮੁੜ ਕੇ ਛੱਪਰ ਵੱਲ ਗੌਰ ਨਾਲ ਝਾਕਿਆ ਅਤੇ ਮੁਸਕਰਾਉਂਦਿਆਂ ਆਪਣੇ ਮਗਰ ਆਉਂਦੇ ਕਾਨੀਏ ਨੂੰ ਹੱਥ ਦੀ ਸਹਿਣਤ ਨਾਲ ਮੋੜਦਿਆਂ ਕਾਲਾ ਕਾਲਾ ਤੁਰ ਆਇਆ। ਘਰ ਪੜਨ ਤਾਈਂ ਉਹਨੂੰ ਆਪਣਾ ਸਰੀਰ ਹੌਲਾ ਫੁੱਲ ਵਰਗਾ ਹੋ ਗਿਆ ਲੱਗਿਆ, ਜਿਵੇਂ ਪਿਛਲੇ ਦਿਨਾਂ ਤੋਂ ਪਿਆ ਸਾਰਾ ਭਾਰ ਜਿਹਾ ਮਨ ਤੋਂ ਲੈ ਗਿਆ। ਅੰਗ 13 ਪੇਸ਼ੀ ਭੁਗਤਦਿਆਂ ਸਾਰ ਭਗਤਾ ਅਰਜੀ ਨਵੀਸ ਕੋਲ ਪਿਆ, ਸਾਈਕਲ ਚੁੱਕ ਕੇ ਉਹ ਭੱਜਿਆ ਜਿਵੇਂ ਕੋਈ ਉਹਦੇ ਮਗਰ ਲੱਗਿਆ ਹੋਵੇ। ਸੂਏ ਚੜ੍ਹਨ ਤਾਈਂ ਉਹਨੇ ਪਿਛਾਂਹ ਮੁੜ ਕੇ ਵੀ ਨਾ ਵੇਖਿਆ। ਪੁਲ ਦੀ ਢਾਲ ਚੜ੍ਹਦਿਆਂ ਸਾਈਕਲੋਂ ਉਤਰ ਕੇ ਜਦੋਂ ਸਿਰ ਪੁਆਇਆ, ਕਚਹਿਰੀਆਂ ਵਾਲਾ ਕਿਲਾ ਉਹਨੂੰ ਦਿਓ ਵਾਂਗ ਦਿਸਿਆ। ਨੀਵੀਂ ਪਾ ਕੇ ਗੱਡੇ ਅਰਗੇ ਭਾਰੇ ਸਾਈਕਲ ਨੂੰ ਧੋਂਦਿਆਂ ਇੱਕ ਵਾਰ ਫਿਰ ਪੁਲ ਉੱਤੇ ਆ ਕੇ ਉਹ ਪਿਛਾਂਹ ਝਾਕਿਆ ਅਤੇ ਉਸੇ ਪੁਲ ਉਹਨੂੰ ਮੁੱਢੋਂ ਲੈ ਕੇ ਵਾਪਰੀਆਂ ਗੱਲਾਂ ਚੇਤੇ ਆਉਣ ਲੱਗ ਪਈਆਂ। ਕੀ ਤਾਂ ਕੀ ਬਣ ਗਿਆ? ਸਾਈਕਲ ਪਟੜੀ ਪਾਉਂਦਿਆਂ ਉਹਨੂੰ ਸੋਚ ਆਈ ਅਤੇ ਅੱਖਾਂ ਡੂੰਘੀ ਉਦਾਸੀ ਨਾਲ ਗ੍ਰਹਿਣੀਆਂ ਗਈਆਂ। ਕੀ ਗੱਲ ਸੀ ਭਲਾ ਜਿਹਦੇ ਕਰਕੇ ਅੱਜ ਨਾਜ਼ਮ ਦੀ ਕਚਹਿਰੀ ਜਿਹੜੀ ਕਦੇ ਪਿਓ ਦਾਦੇ ਨੇ ਨਹੀਂ ਸੀ ਵੇਖੀ ਪੇਸ਼ ਹੋਣਾ ਪਿਆ? ਗੱਲ ਸੱਚੀ ਕੁਛ ਨਹੀਂ ਸੀ, ਭਗਤਾ ਸੋਚਦਾ ਬਿਸ਼ਨੇ ਨੇ ਸਾਰਾ ਕੰਮ ਆਪਣੇ ਹੱਥੀਂ ਵਿਗਾੜਿਆ ਸੀ। ਜਦੋਂ ਅਜੇ ਨਵੀਂ ਬਸਤੀ ਦੀਆਂ ਵਿਉਂਤਾਂ ਹੀ ਬਣ ਰਹੀਆਂ ਸੀ ਅਤੇ ਸਰਵੇ ਵਾਲੇ ਬਾਊ ਨੇ ਆਪਣੀ ਦੂਰਬੀਨ ਵਾਲੀ ਮਸ਼ੀਨ ਉਹਨਾਂ ਦੇ ਬਾਹਰਲੇ ਘਰ ਦੇ ਖੂੰਜੇ ਨੂੰ ਸਾਹਮਣੇ ਕਰਕੇ ਸਿੱਧੀ ਸੀ, ਗੱਲ ਸਾਰੀ ਉਸੇ ਦਿਨ ਤੋਂ ਹੀ ਵਿਗੜ ਗਈ ਸੀ। ਬਿਸ਼ਨੇ ਨੇ ਇੱਕੋ ਵਾਰੀ ਉਹਨੂੰ ਪੁੱਛਿਆ ਅਤੇ ਜਦੋਂ ਬਾਬੂ ਨੇ ਦੱਸਿਆ ਵੀ ਇੱਕ ਸੜਕ ਉਹਨਾਂ ਦੇ ਘਰ ਦਾ ਖੂੰਜਾ ਭੰਨ ਕੇ ਕੱਢਣੀ ਸੀ ਤਾਂ ਬਿਸ਼ਨਾ ਉਹਨੂੰ ਗਾਲਾਂ ਕੱਢਦਾ ਟੰਬਾ ਲੈ ਕੇ ਉਹਦੀ ਮਸ਼ੀਨ ਭੰਨਣ ਜਾ ਪਿਆ ਸੀ। ਬਾਬੂ ਡਰਦਾ ਆਪਣਾ ਛਿੱਛ ਪੱਤ ਤਾਂ ਚੁੱਕ ਕੇ ਲੈ ਗਿਆ, ਪਰ ਉਹ ਇਹਦੀ ਰਿਪੋਰਟ ਉਹਨੇ ਅਫਸਰੇ ਮੰਡੀ ਨੂੰ ਉਦੋਂ ਹੀ ਕਰਤੀ। ਉਸ ਪਿੱਛੋਂ ਅਫਸਰੇ ਮੰਡੀ ਨੇ ਸੱਦ ਕੇ ਬਿਸ਼ਨੇ ਨੂੰ ਜਦੋਂ ਸੜਕ ਕੱਢਣ ਲਈ ਘਰ ਖਾਲੀ ਕਰਨ ਬਾਰੇ ਆਖਿਆ ਤਾਂ ਉਹਦੇ ਗਾਲੀ ਪੈ ਗਿਆ। ਗੋਕੁਲ ਚੌਧਰੀ ਅਤੇ ਕਿੰਨੇ ਹੋਰ ਸਿਆਣੇ ਬੰਦਿਆਂ ਨੇ ਬਿਸ਼ਨੇ ਨੂੰ ਸਮਝਾਇਆ ਵੀ ਉਹਨੂੰ ਘਰ ਦੇ ਵੱਟੇ ਉਨਾ ਥਾਂ ਮਿਲ ਜਾਏਗਾ, ਉਹ ਇਹ ਘਰ ਖਾਲੀ ਕਰ ਦੇਵੇ, ਪਰ ਕਿਸੇ ਦੀ ਕੋਈ ਦਲੀਲ ਉਹਨੂੰ ਨਹੀਂ ਸੀ ਪੋਹੀ। ਉਹ ਇੱਕੋ ਗੱਲ 'ਤੇ ਅੜਿਆ ਰਿਹਾ ਵੀ ਜਦੋਂ ਸਰਕਾਰ ਨੇ ਆਪ ਘਰ ਦੀ ਰਜਿਸਟਰੀ ਕਰਕੇ ਉਹਨਾਂ ਦੇ ਨਾਂ ਲਾਇਆ ਸੀ, ਇਹ ਉਹਦਾ ਹੱਕ ਹੈ ਵੀ ਛੱਡੇ ਚਾਹੇ ਨਾ, ਇਹ ਵੀ ਕੋਈ ਜ਼ਿੱਦ ਕਰਨ ਵਾਲੀ ਗੱਲ ਸੀ? ਭਗਤਾ ਸੋਚ ਸੋਚ ਝੁਰੀ ਜਾਂਦਾ ਸੀ, ਪਰ ਬਿਸ਼ਨੇ ਨੂੰ ਬਾਸਰ ਕੇ ਕੁਛ ਨਹੀਂ ਸੀ ਕਹਿ ਸਕਦਾ। ਪਹਿਲਾਂ ਉਹਨੂੰ ਇਹ ਗੱਲ ਉਂਝੀ ਚੰਗੀ ਨਹੀਂ ਸੀ ਲੱਗਦੀ, ਪਰ ਜਦੋਂ ਸਿਆਣੇ ਬੰਦਿਆਂ ਨੇ ਉਹਨੂੰ ਇਹਦੇ ਪਿੱਛੋਂ ਵਾਪਰ ਸਕਣ ਵਾਲੀਆਂ ਗੱਲਾਂ ਦੱਸੀਆਂ ਤਾਂ ਉਹ ਡਰ ਗਿਆ। ਇੱਕ ਦੋ ਵਾਰੀ ਉਹਨੇ ਬੁੱਧੇ ਰਾਹੀਂ ਬਿਸ਼ਨੇ ਨੂੰ ਆਪਣਾ ਮਨ ਦੱਸਣ ਦਾ ਯਤਨ ਵੀ ਕੀਤਾ, ਪਰ ਕੋਈ ਗੱਲ ਨਾ ਬਣੀ ਅਤੇ ਅਖੀਰ ਨਿੱਕੀ ਜਿਹੀ ਗੱਲ ਵੱਧ ਕੇ ਐਵੇਂ ਰਾਈ ਦਾ ਪਹਾੜ ਬਣ ਗਈ ਅਤੇ ਘਰ ਘਾਟ ਖੁਆ ਕੇ ਜ਼ਮਾਨਤਾਂ ਕਰਵਾ ਕੇ ਅੱਜ ਕਚਹਿਰੀਆਂ ਵੀ ਵੇਖਣੀਆਂ ਪੈ ਗਈਆਂ ਸੀ। ਸੂਏ ਦੀ ਪਟੜੀ ਦੇ ਦੋਹੀ ਪਾਸੇ ਨਰੋਈਆਂ ਕਿੱਕਰਾਂ ਅਤੇ ਟਾਵੀਆਂ ਟਾਵੀਆਂ ਟਾਹਲੀਆਂ ਦੇ ਪਰਛਾਵੇਂ ਦੂਰ ਤਾਈਂ ਖਿਲਰ ਕੇ ਜਿਵੇਂ ਭਗਤੇ ਨੂੰ ਘੇਰਾ ਪਾਈ ਆਉਂਦੇ ਜਾਪੇ। ਉਹਨੂੰ ਕਾਂਬਾ ਲੱਗਣ ਲੱਗ ਪਿਆ। ਭੂਰੇ ਦੀ ਬੁੱਕਲ ਉਹਨੇ ਮਾਰੀ ਹੋਈ ਸੀ, ਪਰ ਬਾਹਾਂ ਹੇਠੋਂ ਹਵਾ ਪੈਣ ਕਰਕੇ ਹਿੱਕ ਠਰਦੀ ਸੀ। ਮੁੜ ਮੁੜ ਕੇ ਉਹਨੂੰ ਕਚਹਿਰੀ ਦਾ ਦਮ ਘੁੱਟੂ ਵਾਤਾਵਰਨ ਯਾਦ ਆ ਰਿਹਾ ਸੀ। ਜ਼ਿੰਦਗੀ 'ਚ ਪਹਿਲੀ ਵਾਰ ਉਹਨੇ ਇੰਨੀ ਜਿੱਚੀ ਜਿਹੀ ਮਹਿਸੂਸ ਕੀਤੀ ਸੀ ਜਿੱਦੇ ਉਹਨਾਂ ਦੇ ਘਰ ਦਾ ਕਬਜ਼ਾ ਲਿਆ ਸੀ ਅਤੇ ਉਹਨਾਂ ਨੂੰ ਥਾਣੇਦਾਰ ਹੱਥ ਕੜੀਆਂ ਲਾ ਕੇ ਇੰਨੀ ਖਲਕਤ ਵਿੱਚੋਂ ਦੀ ਲੈ ਕੇ ਗਿਆ ਸੀ। ਉਦੋਂ ਵੀ ਭਗਤੇ ਨੂੰ ਐਡੀ ਨਮੋਸ਼ੀ ਜਾਂ ਖਿੱਝ ਨਹੀਂ ਸੀ ਆਈ। ਸਾਡੇ ਤਾਂ ਹਜ਼ੂਰ ਪਿਓ ਦਾਦੇ ਨੇ ਕਦੇ ਕਚਹਿਰੀ ਨਹੀਂ ਸੀ ਵੇਖੀ, ਆਹ ਹਜ਼ੂਰ ਦੀ ਵੱਡੀ ਸਰਕਾਰ ਨੇ ਆ ਵਿਖਾਈ। ਅਤੇ ਜਦੋਂ ਖਚਰੇ ਢੰਗ ਨਾਲ ਮੁਸਕਰਾਉਂਦੀਆਂ ਅੱਖਾਂ ਨਾਲ ਬਿਸ਼ਨੇ ਨੇ ਨਾਜ਼ਮ ਅੱਗੇ ਹੋਰੋਂ ਜੇ ਹੱਥ ਜੋੜ ਕੇ ਇੱਕ ਵਿਅੰਗਮਈ ਲਿਲਕੜੀ ਕੱਢਦਿਆਂ ਆਖਿਆ ਸੀ ਤਾਂ ਭਗਤੇ ਦਾ ਸਿਰ ਚਕਰਾਉਣ ਲੱਗ ਪਿਆ ਸੀ। ਨਾਜ਼ਮ ਦੀ ਫੌਜੀਆਂ ਵਾਂਗ ਚੜ੍ਹਾਈ ਦਾੜ੍ਹੀ ਅਤੇ ਮੋਟੇ ਮੋਟੇ ਆਨਿਆਂ ਤੋਂ ਉਹਨੂੰ ਹੋਰ ਵੀ ਡਰ ਲੱਗਿਆ ਸੀ। ਜਿਵੇਂ ਜਿਵੇਂ ਬਿਸ਼ਨਾ ਥਾਣੇਦਾਰ ਅਤੇ ਨਾਜ਼ਮ ਦੀਆਂ ਗੱਲਾਂ ਦਾ ਉੱਤਰ ਦਿੰਦਾ ਰਿਹਾ, ਭਗਤੇ ਦਾ ਮੂੰਹ ਪੀਲਾ ਹੁੰਦਾ ਗਿਆ। ਉਹਨੂੰ ਬਿਸ਼ਨੇ ਉੱਤੇ ਕਈ ਵਾਰੀ ਇੰਨਾ ਗੁੱਸਾ ਆਇਆ ਵੀ ਤਰੇਲੀਆਂ ਆਉਣ ਲੱਗ ਪਈਆਂ। ਕਿਸੇ ਗੱਲ ਦਾ ਸਿੱਧਾ ਅਤੇ ਨਿਮਕੀ ਨਾਲ ਜਵਾਬ ਉਹ ਨਹੀਂ ਸੀ ਦਿੰਦਾ। ਜੋ ਵੀ ਪੁੱਛਿਆ ਜਾਂਦਾ ਉਹਦਾ ਪੁੱਠਾ ਅਤੇ ਚੁੱਭਵਾਂ ਜਵਾਬ ਦਿੰਦਾ ਅਤੇ ਆਪਣੀ ਗੱਲ ਤੋਰ ਪੈਂਦਾ। ਜਦੋਂ ਹਜ਼ੂਰ ਅਸੀਂ ਮਕਾਨ ਦੀ ਰਜਿਸਟਰੀ ਕਰਵਾਈ ਸੀ, ਰੁਪਈਆਂ ਦੀ ਪੰਡ ਅਦਾਲਤੀ ਸਾਹਿਬ ਦੇ ਸਾਹਮਣੇ ਤਾਰੀ ਸੀ ਤਾਂ ਸਾਡਾ ਆਪਦੀ ਥਾਂ 'ਤੇ ਕੋਈ ਹੱਕ ਹੀ ਨਹੀਂ। ਭਗਤਾ ਪਤਾ ਨਹੀਂ ਅੰਦਰੋਂ ਇਹ ਗੱਲ ਕਿਵੇਂ ਸਮਝਦਾ ਸੀ ਕਿ ਬਿਸ਼ਨਾ ਠੀਕ ਕਹਿੰਦਾ ਸੀ, ਪਰ ਉਦੋਂ ਹੀ ਉਹਨੂੰ ਗੋਕਲ ਚੌਧਰੀ ਦੀ ਆਖੀ ਗੱਲ ਵੀ ਚੇਤੇ ਆਉਂਦੀ ਸੀ। ਕਮਲਿਆ, ਸਰਕਾਰ ਮੂਹਰੇ ਕਾਹਦਾ ਜ਼ੋਰ? ਉਂਝ ਵੀ ਉਹ ਸਾਰੀ ਉਮਰ ਸਿਆਣਿਆਂ ਤੋਂ ਸੁਣਦਾ ਰਿਹਾ ਸੀ ਵੀ ਸਰਕਾਰ ਦੇ ਝਿੜਕੇ ਅਤੇ ਚਿੱਕੜ ਦੇ ਤਿਲਕੇ ਦਾ ਕੋਈ ਰੋਸ ਨਹੀਂ ਹੁੰਦਾ। ਇਸ ਕਰਕੇ ਇਹ ਗੱਲ ਉਹਨੂੰ ਰੱਬੀ ਹੁਕਮ ਵਰਗੀ ਲੱਗਦੀ ਸੀ। ਇਹੋ ਸੋਚ ਸੋਚ ਉਹਨੂੰ ਅਜੇ ਤਾਈਂ ਬਿਸ਼ਨੇ ਦੇ ਅੱਖੜ ਪੁਣੇ ਉੱਤੇ ਗੁੱਸਾ ਆਈ ਜਾਂਦਾ ਸੀ। ਕਰਤਾਰੀ ਦੀਆਂ ਸਮਝੌਤਾਂ ਵੀ ਉਹਨੂੰ ਮੁੜ ਮੁੜ ਚੇਤੇ ਆਉਂਦੀਆਂ ਰਹੀਆਂ। ਬਸ ਪੈਰੀਂ ਡਿੱਗ ਪਈ, ਆਖੀ ਮੇਰਾ ਕੁਛ ਕੋਈ ਕਸੂਰ ਨਹੀਂ, ਮਾਪਿਓ ਮੈਨੂੰ ਬਖਸ਼ੋ, ਖਹਿੜਾ ਤਾਂ ਛੁੱਟੂ, ਨਹੀਂ ਤਾਂ ਪਏ ਧੂੰਦੇ ਫਿਰਾਂਗੇ। ਕਿਸੇ ਨੇ ਬਾਤ ਨਹੀਂ ਪੁੱਛਣੀ, ਸਰਕਾਰ ਦੇ ਪੱਲਿਓਂ ਕੀ ਨੂਣ ਢਿਲਕਦਾ,
ਬਰਬਾਦ ਤਾਂ ਆਪਾਂ ਹੋਵਾਂਗੇ। ਪਰ ਹੁਣ ਭਗਤੇ ਨੂੰ ਉਦੋਂ ਵੀ ਵਧੇਰੇ ਗੁੱਸਾ ਆਪਣੇ ਆਪ 'ਤੇ ਆ ਰਿਹਾ ਸੀ ਵੀ ਕਚਹਿਰੀ 'ਚ ਮੂੰਹ ਵੀ ਨਹੀਂ ਸੀ ਖੋਲ੍ਹਿਆ ਗਿਆ। ਨਾਜ਼ਮ ਉਹਨੂੰ ਮੁੜ ਮੁੜ ਪੁੱਛਦਾ ਸੀ ਪਰ ਉਹ ਪਤਾ ਨਹੀਂ ਕਿਸ ਝੇਪ ਬੇਸੁਧੀ 'ਚ ਇਹ ਆਖਦੇ ਰਿਹਾ, ਜੋ ਮੇਰਾ ਬਾਈ ਕਹਿੰਦਾ ਹਜ਼ੂਰ ਉਹ ਠੀਕ ਹੈ। ਕਚਹਿਰੀ 'ਚ ਉਹਦੇ ਅਸਾਨ ਦੀ ਜਿਵੇਂ ਅਸਾਨ ਹੀ ਜਿਵੇਂ ਮਾਰੇ ਗਏ ਸੀ। ਇਹ ਵੀ ਪਤਾ ਨਹੀਂ ਸੀ ਲੱਗਿਆ ਕਿ ਮੁਕੱਦਮੇ ਦੀ ਕਾਰਵਾਈ ਕਿੱਥੋਂ ਸ਼ੁਰੂ ਹੋਈ ਅਤੇ ਕਿੱਥੇ ਮੁੱਕ ਗਈ ਸੀ। ਉਹਨੇ ਨਿਗਾਹ ਉੱਚੀ ਕਰਕੇ ਚਾਰ ਚੁਫੇਰੇ ਵੇਖਿਆ, ਕਿੱਕਰਾਂ ਦੇ ਪਰਛਾਵੇਂ ਹੋਰ ਕਾਲੇ ਅਤੇ ਸੰਘਣੇ ਹੋ ਗਏ ਸੀ। ਠੰਡ ਵੱਧ ਗਈ ਸੀ ਪਰ ਅਜੇ ਵਾਟ 7 ਕੋਹ ਰਹਿੰਦੀ ਸੀ। ਉਹ ਜ਼ੋਰ ਨਾਲ ਪੈਡਲ ਮਾਰਨ ਲੱਗ ਪਿਆ। ਸੱਜੇ ਪਾਸਿਓਂ ਕੁੱਤੇ ਭੌਂਕਦੇ ਸੁਣੇ, ਕਿਸੇ ਪਿੰਡ ਦੇ ਕੱਚੇ ਚੁਬਾਰੇ 'ਤੇ ਇੱਕ ਮਮਟੀ ਵੀ ਦਿਸੀ ਪਰ ਉਹਨੂੰ ਪਿੰਡ ਦੀ ਪਛਾਣ ਨਾ ਆਈ। ਦੂਰ ਤਾਂ ਹੀ ਅਗਲੇ ਪੁਲੋਂ ਉੱਤਰਦੇ ਰਾਹ ਵੱਲ ਅਤੇ ਫਿਰ ਪਿੰਡ ਵੱਲ ਝਾਕਦਾ ਰਿਹਾ, ਫਿਰ ਪਤਾ ਨਹੀਂ ਲੱਗਿਆ। ਪੁਲ ਦੇ ਹੋਰ ਨੇੜੇ ਆ ਕੇ ਉਹਨੇ ਝਾਲ ਦਾ ਸ਼ੋਰ ਸੁਣਿਆ ਪਰ ਪਿੰਡ ਦੇ ਨਾਂ ਦੇ ਖਿਆਲ ਦੀ ਥਾਂ ਉੱਚੀ ਸਰੀ ਕਵਾਜ਼ ਸੁਣੀ, ਚਲੋ ਬਿਸ਼ਨਾ ਭਗਤਾ ਹਰਨਾਮੇ ਦਾ ਬਈਓ। ਪਿਛਲੀ ਉਹ ਇਹ ਉਹਨੂੰ ਸੁੰਨੀ ਰਾਤ 'ਚ ਕਿਸੇ ਖੂਨੀ ਜਾਨਵਰ ਦੀ ਚੰਗਰ ਵਾਂਗ ਸੁਣਾਈ ਦਿੱਤੀ। ਫਿਰ ਉਹਦਾ ਸਿਰ ਭਾਰਾ ਭਾਰਾ ਹੋ ਗਿਆ, ਸੂਏ ਦੀ ਪਟੜੀ ਦਿਸ ਨੂੰ ਹਟ ਗਈ। ਉਹਨਿਆਂ ਵਾਂਗ ਧੁੱਸ ਦੇ ਕੇ ਭੂਰੇ ਦੇ ਪੱਲੇ 'ਚ ਮੂਲ ਕੋਈ ਸਾਰੇ ਜ਼ੋਰ ਦੀ ਪੈਡਲ ਮਾਰਨ ਲੱਗ ਪਿਆ। ਆਪਣਾ ਧਿਆਨ ਜ਼ੋਰ ਲਾ ਕੇ ਹੋਰ ਪਾਸੇ ਪਾਉਣ ਦਾ ਯਤਨ ਕੀਤਾ ਪਰ ਬਿਸ਼ਨਾ ਨਾਜ਼ਮ ਥਾਣੇਦਾਰ ਗਵਾਹੀ ਭਰਦਾ ਠੋਲਾ ਵਾਰੀ ਵਾਰੀ ਉਹਦੀਆਂ ਅੱਖਾਂ ਮੂਹਰੇ ਆਈ ਗਏ। ਜਦੋਂ ਘਰ ਅੱਪੜਿਆ ਕੁਵੇਲਾ ਹੋ ਚੁੱਕਿਆ ਸੀ। ਕਰਤਾਰੀ ਚੌਂਕੇ 'ਚ ਲਾਲਟਨ ਮਚਾਈ ਅਜੇ ਤਾਂ ਬੈਠੀ ਉਹਨੂੰ ਉਡੀਕੀ ਜਾਂਦੀ ਸੀ। ਸਾਈਕਲ ਕੌਲੇ ਨਾਲ ਲਾ ਕੇ ਭਗਤਾ ਚੁੱਲ੍ਹੇ ਅੱਗੇ ਖੱਜੀ ਦੇ ਮੂਹਰੇ 'ਤੇ ਬੈਠਣ ਲੱਗਿਆ ਤਾਂ ਉਹਦੇ ਗੋਡਿਆਂ 'ਚ ਇੱਕ ਅਜਿਹੀ ਚੀਜ਼ ਪਈ ਕਿ ਮੂੰਹ ਮੱਲੋ ਮੱਲੀ ਆਏ ਹਾਏ ਹਾਏ ਨਿਕਲਿਆ। ਕਰਤਾਰੀ ਨੇ ਉਹਦੇ ਲੱਥੇ ਮੂੰਹ ਵੱਲ ਵੇਖਿਆ ਅਤੇ ਉਸੇ ਪਲ ਹੱਡ 'ਤੇ ਮਾਰੀ, ਜਿਵੇਂ ਉਹ ਗੱਲ ਕਹਿਣ ਪਿੱਛੇ ਉਹਨੇ ਦਿਨ ਵੀ ਪਤਾ ਨਹੀਂ ਕਿਵੇਂ ਕੱਢਿਆ ਸੀ। ਅਜੇ ਕੀ ਹੈ, ਅਜੇ ਤਾਂ ਤੋਰਾ ਹੀ ਤੁਰਿਆ, ਵੇਖੀ ਜੇ ਸਾਰੀ ਉਮਰ ਦਾ ਆਰੀ ਨਾ ਹੋਇਆ ਤਾਂ ਤੂੰ ਕੀ ਜਾਣੇਗਾ। ਭਗਤਾ ਭਾਵੇਂ ਅੱਕਿਆ ਪਿਆ ਸੀ ਪਰ ਬੋਲਿਆ ਕੁਛ ਨਾ, ਉਹਨੂੰ ਪਤਾ ਸੀ ਬੋਲਣ ਨਾਲ ਅੱਗੇ ਗੱਲ ਹੋਰ ਵੱਧ ਜਾਣੀ ਸੀ। ਸੁੰਨ ਹੋਏ ਹੱਥ ਪੈਰ ਚੁੱਲ੍ਹੇ ਅੱਗੇ ਕਰਕੇ ਸੇਕਦਿਆਂ ਉਹ ਅੰਗਿਆਰਾਂ ਵੱਲ ਝਾਕਣ ਲੱਗ ਪਿਆ ਅਤੇ ਉਹਦੇ ਤਿੱਖੇ ਨੱਕ ਦੇ ਦੋਵੇਂ ਪਾਸੇ ਪਈਆਂ ਲਕੀਰਾਂ ਡੂੰਘੀਆਂ ਹੋ ਗਈਆਂ। ਸੁੰਨੀਆਂ ਅੱਖਾਂ ਮੁੜ ਮੁੜੇ ਉਹ ਫਰਕਾਈ ਗਿਆ ਜਿਵੇਂ ਦਿਸਣੋਂ ਹਟ ਗਿਆ ਹੋਵੇ। ਕਰਤਾਰੀ ਰੋਟੀ ਅਤੇ ਦਾਲ ਤੱਤੀ ਕਰਦਿਆਂ ਆਪਣੇ ਚਿੱਤ ਦਾ ਗੁੱਬ ਗੁਬਾਟ ਕੱਢਦੀ ਰਹੀ ਪਰ ਉਹਨੇ ਧਿਆਨ ਨਾ ਕੀਤਾ। ਉਹਦੀ ਬੇਧਿਆਨੀ ਕਰਤਾਰੀ ਨੂੰ ਵਧੇਰੇ ਚੁੱਭਣ ਲੱਗ ਪਈ। ਹੋਰ ਫਿਰ ਕੀ ਕੁਛ ਪੁੱਛਿਆ ਦੱਸਿਆ ਉਹਨਾਂ ਨੇ ਤਰੀਕ 'ਤੇ ਆਪਣੀ ਜਾਣੇ ਕੁਝ ਠਰਮੇ ਨਾਲ ਪਲਕੂ ਪਿੱਛੋਂ ਚੁੱਪ ਰਹਿਣ ਮਗਰੋਂ ਕਰਤਾਰੀ ਨੇ ਪੁੱਛਿਆ, ਤੂੰ ਰੋਟੀ ਦੀ ਬੁਰਕੀ ਦੇਣੀ ਆ ਤਾਂ ਬੜਾ ਪਕਾਈ ਫੇਰ ਕਰੀ ਜਾਈ। ਭਗਤੇ ਦੇ ਬੋਲ 'ਚ ਅਕੇਵਾਂ ਪ੍ਰਤੱਖ ਸੀ। ਲੈ ਰੋਟੀ ਤਾਂ ਖਾ ਲੈ। ਉਹਨੇ ਥਾਲੀ 'ਚ ਦਾਲ ਵਾਲੀ ਕੌਲੀ 'ਤੇ ਰੋਟੀਆਂ ਧਰਦਿਆਂ ਆਪਣੀ ਜਾਣੇ ਹੋਰ ਨਰਮ ਪੈ ਕੇ ਆਖਿਆ, ਮੈਂ ਤਾਂ ਉਹ ਪੁੱਛਦੀ ਸੀ ਵੀ ਭਰਾ ਨੇ ਕੋਈ ਹੋਰ ਚੰਦਾ ਨਹੀਂ ਚੜ੍ਹਾਤਾ। ਉਹਦੀਆਂ ਅਜਿਹੀਆਂ ਗੁੱਝੀਆਂ ਟੋਕਾਂ ਕਰਨ ਦੀ ਆਦਤ ਭਗਤੇ ਨੂੰ ਬਹੁਤ ਬੁਰੀ ਲੱਗਦੀ ਸੀ। ਕਰਤਾਰੀ ਨੂੰ ਵੀ ਇਹਦਾ ਪਤਾ ਸੀ ਪਰ ਪਸ਼ੂ ਦੇ ਰੱਸਾ ਚੱਬਣ ਵਾਲੀ ਆਦਤ ਵਾਂਗ ਇਹ ਉਹ ਤੋਂ ਛੱਡੀ ਨਹੀਂ ਸੀ ਜਾਂਦੀ। ਉਂਝ ਜਦੋਂ ਭਗਤੇ ਦੇ ਵਿਗੜਿਆ ਤੌਰਾਂ ਦਾ ਪਤਾ ਲੱਗ ਜਾਂਦਾ ਤਾਂ ਉਹ ਆਪ ਹੀ ਪੈਂਤਰਾ ਬਦਲ ਜਾਂਦੀ। ਕੀ ਆ ਉੱਥੇ ਜਾ ਕੇ ਥਾਣੇਦਾਰ ਨੇ ਚਪੇੜ ਉੱਗਰ ਖੜੋਤਾ ਹੋਵੇ, ਮੈਂ ਤਾਂ ਐਂ ਕਹਿੰਦੀ ਹਾਂ, ਕੁਝ ਹੱਸ ਕੇ ਕਰਤਾਰੀ ਨੇ ਆਪਣੇ ਵੱਲੋਂ ਗੱਲ ਹੋਰ ਪਾਸੇ ਮੋੜੀ। ਪਰ ਭਗਤੇ ਦੇ ਰੌਂ 'ਚ ਕੋਈ ਫਰਕ ਨਾ ਪਿਆ ਅਤੇ ਉਹ ਤੋਂ ਰੋਟੀ ਵੀ ਚੱਜ ਨਾਲ ਨਾ ਖਾਧੀ ਗਈ। ਇਸ ਪਿੱਛੋਂ ਕਰਤਾਰੀ ਨੇ ਅਜਿਹੀ ਕੋਈ ਗੱਲ ਭਾਵੇਂ ਸਿੱਧੀ ਨਾ ਛੇੜੀ ਪਰ ਚਕੁੰਦਰਾਂ ਛੱਡਣੋਂ ਉਹ ਤੋਂ ਰਿਹਾ ਵੀ ਨਾ ਗਿਆ। ਭਗਤਾ ਤਿੰਨਾਂ ਰੋਟੀਆਂ 'ਚੋਂ ਪਾਉਣੀ ਵਿੱਚੇ ਛੱਡ ਕੇ ਉੱਠ ਖੜੋਤਾ। ਕਰਤਾਰੀ ਨੇ ਬੱਠਲ 'ਚ ਤੱਤਾ ਪਾਣੀ ਲਿਆ ਕੇ ਉਹਦੇ ਮੰਜੇ ਕੋਲ ਧਰਿਆ ਪਰ ਬਿਨਾਂ ਪੈਰ ਧੋਤਿਆਂ ਰਜਾਈ 'ਚ ਮੂੰਹ ਸਿਰ ਵਲੇਟ ਕੇ ਪੈ ਗਿਆ। ਕਰਤਾਰੀ ਨੂੰ ਉਹਦੀ ਅੱਡੀ ਚੁੱਪ 'ਤੇ ਖਿੱਚ ਚੜ ਗਈ। ਲਾਲਟੈਨ ਨੀਵੀਂ ਕਰਕੇ ਜਦੋਂ ਮੰਜੇ 'ਤੇ ਪੈਣ ਲੱਗੀ ਮਾਘੀ ਦੀ ਬਾਂਹ ਮਿੱਧੀ ਗਈ, ਉੱਚੀ ਉੱਚੀ ਟਿਆਂਕਣ ਲੱਗ ਪਿਆ। ਉਹਨੇ ਬਿਨਾਂ ਸੋਚਿਆਂ ਉਹਦੇ 2-3 ਚਪੇੜਾਂ ਜੜਤੀਆਂ ਅਤੇ ਫਿਰ ਆਪਣਾ ਉਬਾਲ ਕੱਢਣ ਲੱਗ ਪਈ। ਔਂਤਰਿਆਂ ਦੇ ਔਂਤਰਿਓ, ਤੁਸੀਂ ਤਾਂ ਸਾਹ ਲੈਣ ਦਿਆ ਕਰੋ ਕਿਸੇ ਵੇਲੇ, ਇੱਕ ਜੱਗ ਨੇ ਲਹੂ ਪੀ ਛੱਡਿਆ, ਰਹਿੰਦਾ ਤੁਸੀਂ ਸੁਕਾਤਾ, ਸਾਰਾ ਦਿਨ ਤੁਹਾਡੇ ਮੂੰਹ 'ਚ ਹੱਥ ਰੱਖੀਦਾ ਪਰ ਅਜੇ ਚੰਦਰੀ ਔਲਾਦ ਰੋਂਦੀ ਦੀ ਰੋਂਦੀ, ਸਾਰੀ ਉਮਰ ਜਾਣਦਿਆਂ ਨੂੰ ਰੋਂਦਿਆਂ ਦੀ ਨਿਕਲ ਜਾਊ, ਨਾਲੇ ਮੈਨੂੰ ਰੋਲ ਕੇ ਮਾਰੋਂਗੇ। ਅੱਗੇ ਸਾਰੀ ਉਮਰ ਲੋਕਾਂ ਦਾ ਗੋਹਾ ਕੂੜਾ ਕਰਦੀ ਦੀ ਨਿਕਲ ਗਈ, ਹੁਣ ਤੁਸੀਂ ਕਰਾਓਗੇ। ਜੇ ਕਰਮਾਂ 'ਚ ਲਿਖਿਆ ਹੀ ਗੋਲ ਪੁਣਾ ਹੈ ਤਾਂ ਮੈਂ ਆਪੇ ਬੜੀਆਂ ਭੁਗਤੂੰ, ਪਰ ਪਲੰਘਾਂ ਦੇ ਤੁਸੀਂ ਵੀ ਨਹੀਂ ਢਾਸਣੇ ਲਾਉਣੇ, ਸਾਰੀ ਉਮਰ ਲੋਕਾਂ ਦਾ ਗਾਂਧੀ ਹੂੰਝਦੇ ਫਿਰੋਂਗੇ, ਇਹ ਯਾਦ ਰੱਖਿਓ। ਭਗਤੇ ਨੇ ਪਾਸਾ ਲਿਆ, ਰਜਾਈ ਸੂਤ ਕੀਤੀ ਪਰ ਉਹਦੀ ਅੱਚ ਵੀ ਨਾ ਘਟੀ। ਕਰਤਾਰੀ ਦੇ ਬੋਲ ਸੂਲਾਂ ਵਾਂਗ ਉਹਨੂੰ ਚੁੱਭ ਰਹੇ ਸੀ। ਜਦੋਂ ਦਿਆਕੁਰ ਦੀਆਂ ਕਰਤਾਰੀ ਬਾਰੇ ਆਖੀਆਂ ਖਰਵੀਆਂ ਗੱਲਾਂ ਯਾਦ ਆ ਜਾਂਦੀਆਂ ਤਾਂ ਕਰਤਾਰੀ ਦੇ ਮਿਹਣੇ ਕੁਛ ਕੁਛ ਠੀਕ ਵੀ ਲੱਗਣ ਲੱਗ ਪੈਂਦੇ।
ਉਹਨੂੰ ਆਪਣੀ ਹਾਲਤ ਇਹੋ ਜਿਹੀ ਜਾਪਦੀ ਜਿਵੇਂ ਉਹਦੀਆਂ ਦੋਏ ਬਾਹਾਂ ਦੋਏ ਪਾਸੇ ਫੜ ਕੇ ਕਈ ਬੰਦੇ ਖਿੱਚ ਰਹੇ ਹੋਣ। ਆਪਣਾ ਜ਼ੋਰ ਜੇ ਉਹ ਸੱਜੇ ਪਾਸੇ ਪਾਉਂਦਾ ਤਾਂ ਖੱਬਿਓਂ ਖਿੱਚ ਵੱਧ ਜਾਂਦੀ, ਜੇ ਖੱਬੇ ਪਾਉਂਦਾ ਖਿੱਚ ਸੱਜਿਓਂ ਵੱਧ ਜਾਂਦੀ। ਕਰਤਾਰੀ ਅਜੇ ਵੀ ਬੋਲੀ ਜਾਂਦੀ ਸੀ। ਭਗਤੇ ਨੇ ਘੁੱਟ ਕੇ ਅੱਖਾਂ ਮੀਟ ਲਈਆਂ ਅਤੇ ਮੂੰਹ ਵਿੱਚ ਹੀ ਕੀਰਤਨ ਸੋਲੇ ਦਾ ਪਾਠ ਕਰਨ ਲੱਗ ਗਿਆ। ਅੰਗ 14। ਬਿਸ਼ਨਾ ਰਾਤ ਦੀ ਗੱਡੀ ਚੜ੍ਹਿਆ ਸੀ ਜਿਹੜੀ ਅੱਧੀ ਰਾਤ ਮਗਰੋਂ ਕਿਸੇ ਵੇਲੇ ਮੰਡੀ ਪਹੁੰਚਦੀ ਸੀ। ਜਦੋਂ ਉਹਨੇ ਆ ਕੇ ਹਾਤੇ ਦੇ ਵੱਡੇ ਬਾਰ ਦਾ ਕੁੰਡਾ ਖੜਕਾਇਆ ਉਦੋਂ ਦਿਆਕੁਰ ਜਾਗਦੀ ਪਈ ਸੀ। ਉਹ ਆਉਣੀ ਆ ਕਹਿ ਕੇ ਉੱਠੀ ਅਤੇ ਦੀਵਾ ਜਗਾ ਕੇ ਬੂਹੇ ਵੱਲ ਔਲੀ। ਬਿਸ਼ਨਾ ਕੋਠੜੀ ਤਾਂ ਹੀ ਆਉਂਦਾ ਤਾਂ ਕੁਛ ਨਾ ਬੋਲਿਆ, ਪਰ ਦੀਵੇ ਦੇ ਚਾਨਣੇ ਮੰਜੀ 'ਤੇ ਬਹਿਣ ਸਾਰ ਪੱਗ ਲਾ ਕੇ ਸਿਰਹਾਣੇ ਤਰਦਿਆਂ ਪਹਿਲਾਂ ਮੁਸਕਰਾਇਆ ਫਿਰ ਮੂੰਹ 'ਚ ਹੱਸਿਆ। ਕਿਉਂ ਰੁਪਨਾ, ਸੁੱਖ ਸਾਂਦ ਨਾਲ ਪੈ ਗਈ? ਕੋਈ ਵਿਘਨ ਤਾਂ ਨਹੀਂ ਪਿਆ ਕਾਰਜ 'ਚ? ਦਿਆਕੁਰ ਨੇ ਵੀ ਰਤਾ ਹੱਸ ਕੇ ਕੋਠੜੀ ਦਾ ਬੂਹਾ ਉਡਾਉਂਦਿਆਂ ਕਿਹਾ। ਬਿੰਦਕ ਤਾਂ ਬਿਸ਼ਨਾ ਵਾਲਾਂ ਨੂੰ ਕੰਘਾ ਕਰਦਾ, ਦਾੜੀ 'ਤੇ ਹੱਥ ਫੇਰਦਾ, ਮੁੱਛਾਂ ਸੂਤ ਕਰਦਾ ਰਿਹਾ। ਫਿਰ ਆਪਣੇ ਚੜ੍ਹਦੀ ਕਲਾ ਵਾਲੇ ਰੌਂ 'ਚ ਉੱਚੀ ਸਾਰੀ ਹਰੇਕ ਅੱਖਰ 'ਤੇ ਜ਼ੋਰ ਦੇ ਕੇ, ਹਾਂ ਸਭ ਸੁੱਖ ਸੰਦ ਨਾਲ ਨਿਬੜ ਗਿਆ, ਚੁਹਾਰਾ ਧਰਤਾ ਉਹਨਾਂ ਨੇ। ਕੀ ਕੁਛ ਦਿੱਤਾ? ਲਿਆ ਧੀ ਵਾਲਿਆਂ ਨੇ, ਦਿਆਕੁਰ ਨੇ ਉਹਦੇ ਸਾਹਮਣੇ ਮੰਜੀ 'ਤੇ ਬਹਿੰਦਿਆਂ ਕਿਹਾ। ਬਥੇਰਾ ਦਿੱਤਾ, ਜਿੰਨ ਕੁ ਵਿਚਾਰਿਆਂ ਦੀ ਪਹੁੰਚ ਸੀ। ਇਹ ਗੱਲ ਬਿਸ਼ਨੇ ਨੇ ਇੰਝ ਗੰਭੀਰਤਾ ਜਿਹੀ ਨਾਲ ਆਖੀ ਜਿਵੇਂ ਸੱਚੀ ਕਬੀਲਦਾਰੀ ਦੀਆਂ ਗੱਲਾਂ ਕਰਦਾ ਹੋਵੇ। ਦਿਆਕੁਰ ਨੇ ਵੇਖਿਆ ਬਿਸ਼ਨੇ ਦੀਆਂ ਅੱਖਾਂ ਲਾਲਾਂ ਵਾਂਗ ਦਗ ਰਹੀਆਂ ਸਨ। ਉਹਨੂੰ ਵੀ ਚਾਅ ਚੜ੍ਹ ਗਿਆ। ਉਦੋਂ ਹੀ ਕਿਸੇ ਹੋਰ ਦਾ ਹੋਰ ਗੱਲ ਦਾ ਖਿਆਲ ਆਇਆ ਤਾਂ ਉੱਠ ਕੇ ਖੜੀ ਹੋ ਗਈ। ਮੈਂ ਕਿਹਾ, ਓਏ ਤੂੰ ਰੋਟੀ ਰਾਟੀ ਕਿਤੇ ਖਾਧੀ ਹੈ ਕਿ ਨਹੀਂ? ਰੋਟੀ ਦਾ ਘਾਟਾ ਸੀ, ਮੁੜ ਹਾਸੇ ਦੇ ਰੌਣ 'ਚ ਆਉਂਦਿਆਂ ਬਿਸ਼ਨਾ ਬੋਲਿਆ। ਸੁੱਖ ਨਾਲ ਐਡੇ ਵੱਡੇ ਘਰੋਂ ਸਾਖ ਹੋਇਆ, ਅਸੀਂ ਖਾਧੀਆਂ ਉੱਥੇ ਲੱਡੂ ਜਲੇਬੀਆਂ, ਤੇਰੇ ਬਾਜਰੇ ਦੇ ਟਿੱਕਰਾਂ ਨੂੰ ਕੌਣ ਸਿਆਣਦਾ ਸੀ? ਦਿਆਕੁਰ ਰੋਟੀ ਵਾਲੀ ਗੱਲ ਹਾਸੇ 'ਚ ਨਹੀਂ ਸੀ ਗੁਆਉਣਾ ਚਾਹੁੰਦੀ, ਪਰ ਬਿਸ਼ਨਾ 'ਤੇ ਉਹ ਅਜਿਹੀਆਂ ਗੱਲਾਂ 'ਚੋਂ ਜਿਹੜਾ ਸਵਾਦ ਸੀ ਉਹਨੂੰ ਵੀ ਛੱਡਣ ਨੂੰ ਜੀ ਨਹੀਂ ਸੀ ਕਰਦਾ। ਇਸ ਲਈ ਉਹਨੇ ਹਾਸੇ ਤੋਂ ਗੰਭੀਰਤਾ ਨੂੰ ਇੰਜ ਰਲਾ ਲਿਆ ਵੀ ਦੋਏ ਕੰਮ ਸਰ ਜਾਣ 'ਤੇ ਰਤਾ ਕੋ ਹੈਰਾਨੀ ਨਾਲ ਬੋਲੀ, ਸੱਚੀ ਅਤੇ ਹੋਰ ਐਵੇਂ? ਬਿਸ਼ਨੇ ਨੇ ਵੀ ਦੋਏ ਗੱਲਾਂ ਕਾਇਮ ਰੱਖ ਕੇ ਡੰਗ ਸਾਰੂ ਜਵਾਬ ਦੇ ਦਿੱਤਾ। ਦਿਆਕੁਰ ਹਾਰੇ 'ਚ ਗੱਡੇ ਤੌੜੇ 'ਚ ਨਿੱਘਾ ਪਾਣੀ ਮਿੱਟੀ ਦੀ ਵੱਡੀ ਬੱਠਲੀ ਵਿੱਚ ਪਾ ਲਿਆਈ ਅਤੇ ਬਿਸ਼ਨੇ ਦੇ ਮੰਜੇ ਕੋਲ ਧਰਤਾ। ਉਹਨੇ ਨਿੱਘੇ ਪਾਣੀ 'ਚ ਪੈਰ ਡਬੋਲੇ ਅਤੇ ਸਿੱਧਾ ਦਿਆਕੁਰ ਵੱਲ ਝਾਕਣ ਲੱਗ ਪਿਆ। ਉਹਨਾਂ ਨੇ ਦਿਆਕੁਰੇ 7 ਚਾਂਦੀ ਦੀਆਂ ਅਤੇ 1 ਸਿਓਨੇ ਦੀ ਮੋਹਰ ਧਰੀ ਮੁੰਡੇ ਦੇ ਹੱਥ। ਹਲਾ, ਤਾਂ ਸੁੱਖ ਨਾਲ ਬੰਦੇ ਘਰੋਂ ਤਕੜੇ ਲੱਗਦੇ ਆ। ਦਿਆਕੁਰ ਕਿੱਲੀ ਤੋਂ ਪੈਰ ਪੂੰਝਣ ਲਈ ਮੂਕਾ ਫੜਾਉਂਦਿਆਂ ਨਿੱਕਾ ਜਿਹਾ ਠਾਕਾ ਮਾਰ ਕੇ ਹੱਸੀ। ਲੈ, ਉਹਦਾ ਸੈਕੂ ਤਾਂ ਹੀ ਮਸ਼ਹੂਰ ਹੈ, ਸਰਦਾਰ ਹੈ, ਕਈ ਪਿੰਡਾਂ ਦੇ ਮਾਲਕ। ਪਰ ਇਹਦੇ ਨਾਲ ਹੀ ਬਿਸ਼ਨੇ ਦੇ ਚਿਹਰੇ ਦਾ ਰੰਗ ਚਾਨਚੱਕ ਹੀ ਇੰਨਾ ਬਦਲ ਗਿਆ ਵੀ ਮੂਕਾ ਫੜਾਉਂਦਿਆਂ ਦਿਆਕੁਰ ਰਤਾ ਕੋ ਠਟੰਬਰ ਗਈ। ਉਸੇ ਪਲ ਅਗਲੀ ਗੱਲ ਸੁਣਨ ਲਈ ਗੰਭੀਰ ਹੋ ਕੇ ਮੁੜ ਮੰਜੀ 'ਤੇ ਆ ਬੈਠੇ। ਪੈਰ ਮੁੱਕੇ ਨਾਲ ਪੂੰਝਦਿਆਂ ਪਹਿਲਾਂ ਬਿਸ਼ਨੇ ਨੇ ਬਿਨਾਂ ਕਿਸੇ ਦਾ ਨਾਂ ਲਿਆ ਇੱਕ ਗਾਲ ਕੱਢੀ, ਫਿਰ ਗੁੱਸੇ ਦੇ ਰੌਂ 'ਚ ਘਗਿਆਈ ਆਵਾਜ਼ 'ਚ ਬੋਲਿਆ, ਮੈਂ ਵੀ ਪੁੱਤਾਂ ਮੇਰਿਆਂ ਤੋਂ ਗਿਣ ਗਿਣ ਜੇ ਬਦਲੇ ਨਾ ਲਏ ਤਾਂ ਬਿਸ਼ਨਾ ਕੌਣ ਆਖੋ? ਅਤੇ ਕਿੰਨਾ ਚਿਰ ਉਹ ਚੁੱਪ ਕੀਤਾ, ਆਪਣੇ ਥਾਪਿਆਂ ਵਰਗੇ ਚੌੜੇ ਮਧਰੇ ਅਤੇ ਨਰੋਏ ਪੈਰਾਂ ਨੂੰ ਖੱਦਰ ਦੇ ਮੂਕੇ ਨਾਲ ਜ਼ੋਰ ਜ਼ੋਰ ਦੀ ਰਗੜਦਾ ਰਿਹਾ। ਵਿੱਚ ਵਿੱਚ ਦਿਆਕਰ ਨੂੰ ਉਹਦੇ ਦੰਦ ਕਰੀਚਣ ਦੀ ਆਵਾਜ਼ ਵੀ ਸੁਣਦੀ ਰਹੀ। ਕੁੱਤਿਆ ਘਰਿਆੜਾ, ਸਾਡੇ 'ਤੇ ਭੁਗਤ ਕੇ ਫਿਰ ਸੁੱਕਾ ਨਿਕਲੇਗਾ, ਵੇਖੀ ਤਾਂ ਸਹੀ ਮੈਂ ਤੇਰਾ ਚੂਲੀਏ ਲਹੂ ਕਿਵੇਂ ਪੀਨਾ। ਦਿਆਕਰ ਨੂੰ ਬਿਸ਼ਨੇ ਦੀ ਰਮਜ਼ ਸਮਝ ਪੈ ਗਈ ਲੱਗਦੀ ਸੀ। ਉਹਨੇ ਵੀ ਆਪਣੀ ਆਵਾਜ਼ 'ਚ ਬਿਸ਼ਨੇ ਵਾਲਾ ਗੜਕਾ ਲਿਆ ਕੇ ਪੁੱਛਿਆ, ਉਹੀ ਜੀ ਚੌਰ ਦਾੜੀਏ ਨਗਾਈਏ ਕਾ? ਆਹੋ, ਬਿਸ਼ਨਾ ਹੋਰ ਉੱਚੀ ਹਿਰਖ ਨਾਲ ਬੋਲਿਆ, ਲੰਡਾ ਲੁੱਚਾ ਚੌਧਰੀ ਅਤੇ ਗੁੰਡੀ ਰਨ ਪ੍ਰਧਾਨ, ਅਖੇ ਤੂੰ ਕੌਣ? ਹਮ ਸੇਠ ਭਗਤ ਸਾਲੇ, ਉਹ ਭਗਤ ਝੂਠੀਆਂ ਗਵਾਈਆਂ ਭਰਦੇ ਹੁੰਦੇ ਆ, ਚੋਪੜ ਕੇ ਦਾੜਾ ਪਾ ਕੇ ਮੁੱਠ ਆਟੇ ਦੀ ਰੇਸ਼ਮੀ ਰੁਮਾਲ 'ਚ ਲਿਜਾ ਕੇ ਮੱਥਾ ਰਗੜਨਗੇ ਗੁਰਦੁਆਰੇ ਵੱਡੇ ਗੁਰਮੁਖ, ਇਹੋ ਜਿਹੇ ਗੁਰਸਿੱਖਾਂ ਦੇ ਗੁਰੂ ਕੀੜੇ ਨਹੀਂ ਚਲਾਉਂਦਾ। ਅਖੇ ਜੀ, ਹਮਨੇ ਬਿਸ਼ਨੇ ਕੋ ਠਾਣੇਦਾਰ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਦਿੰਦੇ ਅਤੇ ਕੁਹਾੜਾ ਲੈ ਕੇ ਮਾਰਨ ਆਤੇ ਕੋ ਦੇਖਿਆ, ਯਾਰ ਤੇਰੀ ਜੀਭ ਸੜੇ ਕਮੂਤਾ, ਇੰਨਾ ਕੁਫਰ, ਇੰਨਾ ਝੂਠ। ਬਿਸ਼ਨੇ ਨੇ ਖੱਦਰ ਦੇ ਮੁੱਕੇ ਨਾਲ ਪੈਰ ਰਗੜ ਰਗੜ ਕੇ ਉਚੇੜਨ ਵਾਲੇ ਕਰ ਲਏ, ਪਰ ਅਜੇ ਵੀ ਰਗੜੀ ਜਾਂਦਾ ਸੀ। ਵਾਹ ਗੁਰੂ, ਦਿਆਕੁਰ ਨੇ ਹੈਰਾਨੀ ਅਤੇ ਗੁੱਸੇ ਨਾਲ ਕਿਹਾ, ਐਡਾ ਪਾਪੀ ਬੰਦਾ, ਪੁੱਤਾਂ ਪਿੱਟਿਆ, ਤੇਰਾ ਕਿੱਥੇ ਭਲਾ ਹੋ, ਐਂ ਬੋਲਿਆ। ਪਰ ਬਿਸ਼ਨੇ ਨੇ ਦਿਆਕੁਰ ਦੀ ਗੱਲ ਕੋਈ ਨਹੀਂ ਸੁਣੀ। ਉਹ ਪੈਰ ਰਗੜ ਰਗੜ ਕੇ ਹੁਣ ਆਪ ਮੁਹਾਰਾ ਹੀ ਠੋਲੇ ਸਿੰਘੜੇ ਨੂੰ ਗਾਲਾਂ ਕੱਢ ਰਿਹਾ ਸੀ। ਠੋਲਾ ਉਂਝ ਬਾਣੀਆਂ ਸੀ, ਪਰ ਉਹਦੇ ਵੱਡ ਵਡੇਰੇ ਸਹਿਜਧਾਰੀ ਸਿੱਖ ਹੋਣ ਕਰਕੇ ਲੋਕ ਉਹਨਾਂ ਦੇ ਖਾਨਦਾਨ ਨੂੰ ਸਿੰਘੜੇ ਜਾਂ ਭਗਤ ਆਖਦੇ ਸੀ।
ਉਹ ਮੰਡੀ 'ਚ ਵੀ ਬੜਾ ਧਰਮੀ ਬੰਦਾ ਸਮਝਿਆ ਜਾਂਦਾ ਸੀ। ਭਾਵੇਂ ਅੰਮ੍ਰਿਤ ਉਹਨੇ ਨਹੀਂ ਸੀ ਛਕਿਆ ਹੋਇਆ, ਪਰ ਉਹਨਾਂ ਦੇ ਖਾਨਦਾਨ 'ਚ ਕੇਸ ਦਾੜ੍ਹੀ ਰੱਖਣ ਅਤੇ ਗੁਰਦੁਆਰੇ ਨੂੰ ਮੰਨਣ ਦਾ ਰਿਵਾਜ਼ ਸੀ। ਉਂਝ ਵੀ ਉਹ ਮੰਡੀ ਦੇ ਪਤਵੰਤਿਆਂ ਸੇਠਾਂ 'ਚੋਂ ਸੀ। ਉਹਦੀ ਬੀਬੀ ਦਾੜ੍ਹੀ ਮਹਾਜਨਾਂ ਵਾਲੇ ਲੰਮੇ ਟੌਹਰੇ ਵਾਲੀ ਪੱਗ ਅਤੇ ਮਲਮਲ ਦੀ ਟੰਗਵੀਂ ਧੋਤੀ ਨਾਲੋਂ ਬਹੁਤਾ ਹੀ ਸਾਊ ਬੰਦਾ ਜਾਪਦਾ ਸੀ। ਹੱਥ ਚਾਟੇ ਵਾਲਾ ਰੇਸ਼ਮੀ ਰੁਮਾਲ ਫੜਿਆ ਹੁੰਦਾ, ਜਿੱਥੇ ਕਿਤੇ ਕੀੜਿਆਂ ਦਾ ਭੌਣ ਦਿਸਦਾ ਉਸ 'ਚੋਂ ਦੋ ਚੂੰਡੀਆਂ ਭਰ ਕੇ ਖੰਡਾ ਦਿੰਦਾ। ਗੁਰਦੁਆਰੇ ਨੂੰ ਜਾਂਦਿਆਂ ਅਤੇ ਉੱਥੋਂ ਮੁੜਦਿਆਂ ਉੱਚੀ ਉੱਚੀ ਸਤਨਾਮ ਵਾਹਿਗੁਰੂ ਦਾ ਜਾਪ ਬੜੇ ਰਿਹਾਅ ਨਾਲ ਕਰਦਾ, ਅਤੇ ਕਈ ਵਾਰ ਗੁਰਦੁਆਰਿਓਂ ਮੁੜਦਾ ਬਿਸ਼ਨੇ ਦਾ ਹਾਲ ਚਾਲ ਵੀ ਪੁੱਛ ਜਾਂਦਾ। ਸ਼ਾਇਦ ਇਸੇ ਕਰਕੇ ਬਿਸ਼ਨੇ ਨੂੰ ਕਦੇ ਸੁਪਨੇ 'ਚ ਵੀ ਖਿਆਲ ਨਹੀਂ ਸੀ ਆਇਆ ਵੀ ਇਹ ਬੰਦਾ ਜਿਹੀ ਕਦੇ ਝੂਠੀ ਗਵਾਹੀ ਵੀ ਦੇ ਸਕਦਾ। ਸੱਪ ਕੋਲੋਂ ਭਲਾ ਕਿੱਥੇ, ਕੁਝ ਚਿਰ ਚੁੱਪ ਰਹਿਣ ਮਗਰੋਂ ਘਿਰਨਾ ਭਰੀ ਨਿੱਗਰ ਆਵਾਜ਼ 'ਚ ਬਿਸ਼ਨੇ ਨੇ ਕਿਹਾ ਅਤੇ ਬਿਨਾਂ ਰਜਾਈ ਲਿਆਂ ਲੰਮਾ ਪੈ ਗਿਆ। ਦਿਆਕੁਰ ਨੇ ਉਹਦੀਆਂ ਛੱਤ ਦੀਆਂ ਕੜੀਆਂ ਨੂੰ, ਬਿੰਨ ਦੀਆਂ ਅੱਖਾਂ ਨੂੰ ਧਿਆਨ ਨਾਲ ਵੇਖਿਆ ਅਤੇ ਬੱਠਲੀ ਦਾ ਪਾਣੀ ਡੋਲਣ ਲਈ ਉੱਠ ਖੜੋਤੀ। ਪਾਣੀ ਡੋਲ ਕੇ ਉਹਨੇ ਬੂਹਾ ਅੜਾਇਆ ਮੰਜੀ ਤੋਂ। ਪੈਣੋਂ ਪਹਿਲਾਂ ਪੁੱਛਿਆ, ਦੀਵਾ ਵੱਡਾ ਕਰਦੇ ਆ ਸਰਵਣ ਦੇ ਪਿਓ? ਪਰ ਬਿਸ਼ਨੇ ਨੂੰ ਜਿਵੇਂ ਸੁਣਿਆ ਨਹੀਂ ਸੀ। ਉਹਨੇ ਉਵੇਂ ਝਾਕਦਿਆਂ ਇੱਕ ਗਾਲ ਹੋਰ ਕੱਢੀ ਅਤੇ ਉਵੇਂ ਆਪ ਮੁਹਾਰਾ ਬੋਲਣ ਲੱਗ ਪਿਆ, ਸਾਲੇ ਸਰਕਾਰਾਂ ਦੇ, ਸਰਕਾਰਾਂ ਇਹੋ ਜਿਹੀਆਂ ਹੁੰਦੀਆਂ, ਇਨਸਾਫ ਆਹ ਹੁੰਦਾ, ਆਪੇ ਕਾਨੂੰਨ ਬਣਾਉਣਾ, ਆਪੇ ਉਹਨਾਂ ਦੀ ਹੁਕਮ ਵਦੂਲੀ ਕਰਨੀ, ਆਖਣਾ ਸਾਡੇ ਅਰਗਿਆਂ ਨੂੰ ਤੁਸੀਂ ਹੁਕਮ ਵਦੂਲੀ ਕੀਤੀ ਹੈ, ਤੁਮਨੇ ਪੁਲਿਸ ਮੁਕਾਬਲਾ ਕੀਤਾ ਹੈ, ਪੁਲਿਸ ਮੁਕਾਬਲਾ ਜਿਵੇਂ ਅਸੀਂ ਕੋਰਟ ਉਸਾਰ ਕੇ ਤੋਪਾਂ ਬੀੜੀਆਂ ਹੁੰਦੀਆਂ, ਮੁਕਾਬਲਾ ਤਾਂ ਜਿੱਦੇ ਕੀਤਾ ਉਦੋਂ ਦੱਸਾਂਗੇ, ਉਦੋਂ ਫਿਰ ਆਹ ਤੁਹਾਡੇ ਝੂਠੇ ਗਵਾਹਾਂ ਦੀਆਂ ਦਾੜੀਆਂ ਦੇ ਵਾਲ ਨਹੀਂ ਕਿਤੇ ਥਿਆਉਣੇ। ਦਿਆਕੁਰ ਨੂੰ ਪਤਾ ਸੀ ਵੀ ਬਿਸ਼ਨੇ ਦਾ ਗੁੱਸਾ ਹੁਣ ਕਿਵੇਂ ਨਹੀਂ ਸੀ ਲੈਣਾ। ਉਹਨੇ ਚੁੱਪ ਕਰਕੇ ਚੁੰਨੀ ਦੇ ਪੱਲੇ ਨਾਲ ਦੀਵਾ ਬੁਝਾ ਦਿੱਤਾ, ਪੈ ਗਈ। ਬਿਸ਼ਨਾ ਅਜੇ ਵੀ ਬੋਲੀ ਜਾਂਦਾ ਸੀ, ਉਹਦਾ ਧਿਆਨ ਛੱਡ ਕੇ ਉਹ ਠੋਲੇ ਦੀ ਨਵੀਂ ਕਰਤੂਤ ਬਾਰੇ ਸੋਚਣ ਲੱਗ ਪਈ ਸੀ। ਅਗਲੀ ਸਵੇਰ ਬਿਸ਼ਨਾ ਅਜੇ ਕੰਮ 'ਤੇ ਨਹੀਂ ਸੀ ਬੈਠਾ, ਬੂਟਾ ਤੇਲੀ ਪਹਿਲਾਂ ਹੀ ਆ ਗਿਆ। ਉਹਨੇ ਚਿੱਟੇ ਖੱਦਰ ਦੇ ਭੀੜੇ ਪਹੁੰਚੇ ਵਾਲਾ ਪਜਾਮਾ ਅਤੇ ਖੱਦਰ ਦਾ ਖੁੱਲ੍ਹਾ ਕੁੜਤਾ ਪਾਇਆ ਸੀ, ਦਾੜ੍ਹੀ ਦੇ ਸਿਰ ਘਰੋੜ ਕੇ ਮਨਾਇਆ ਹੋਇਆ ਸੀ ਅਤੇ ਹੱਥ 'ਚ ਉਰਦੂ ਦਾ ਅਖਬਾਰ ਸੀ। ਆ ਬਈ ਬੂਟਿਆ, ਬੜੇ ਨਿੱਘ ਨਾਲ ਉਹਨੇ ਉੱਚੀ ਸਾਰੀ ਬਿਸ਼ਨੇ ਨੇ ਕਿਹਾ, ਫਿਰ ਪਿੱਠ ਪਿੱਛੇ ਬਾਹਾਂ ਕਰਕੇ ਉਹਨੂੰ ਸਿਰ ਤੋਂ ਪੈਰਾਂ ਤਾਈਂ ਦੋ ਤਿੰਨ ਵਾਰੀ ਹੈਰਾਨੀ ਨਾਲ ਇਉਂ ਵੇਖਿਆ ਜਿਵੇਂ ਉਹਦੀ ਪਛਾਣ ਕੱਢਦਾ ਹੋਵੇ। ਗੁੱਜੀ ਹੱਸੀ ਹੱਸਿਆ, ਬਿੰਦ ਕੁ ਹੋਰ ਚੁੱਪ ਰਹਿ ਕੇ ਬੋਲਿਆ, ਅੱਜ ਤਾਂ ਟੋਡਿਆ ਚੀਨਾ ਕਬੂਤਰ ਬਣਿਆ ਫਿਰਦਾ, ਕੀ ਗੱਲ, ਕਿਤੇ ਕੋਈ ਅੰਨੀ ਕਾਣੀ ਕਬੂਲ ਕਰਨ ਦੀ ਸਲਾਹ ਤਾਂ ਨਹੀਂ ਬਣਾਈ ਫਿਰਦਾ? ਜਦੋਂ ਤਾਈ ਬਿਸ਼ਨਾ ਬੂਟੇ ਵੱਲ ਵਹਿੰਦਾ ਰਿਹਾ, ਬੂਟਾ ਫੌਜੀਆਂ ਵਾਂਗ ਸਿੱਧਾ ਆਕੜ ਕੇ ਖੜੋਤਾ, ਬਿਸ਼ਨੇ ਦੇ ਸਿਰ ਉੱਤੋਂ ਦੀ ਸਾਹਮਣੀ ਥੰਮੀ ਵੱਲ ਝਾਕੀ ਗਿਆ। ਪਰ ਬਿਸ਼ਨੇ ਦੀ ਗੱਲ ਸੁਣ ਕੇ ਉਹਦੀ ਮੱਲੋ ਮੱਲੀ ਹਾਸੇ ਨਿਕਲ ਗਈ ਅਤੇ ਵੱਡਾ ਸਾਰਾ ਠਾਕਾ ਮਾਰ ਕੇ ਉਹਨੇ ਹੱਥ 'ਚ ਫੜਿਆ ਅਖਬਾਰ ਖੱਬੇ ਹੱਥ ਦੀ ਤਲੀ 'ਤੇ ਮਾਰਿਆ ਅਤੇ ਖੁੱਲ੍ਹ ਕੇ ਹੱਸਣ ਲੱਗ ਪਿਆ। ਦਿਆਕੁਰ ਐਡਾ ਉੱਚਾ ਹਾਸਾ ਸੁਣ ਕੇ ਛੇਤੀ ਦੇਣੇ ਕੋਠੜੀਓਂ ਬਾਹਰ ਨਿਕਲੀ, ਬੂਟੇ ਨੂੰ ਵੇਖ ਕੇ ਖੁਸ਼ ਹੁੰਦੀ ਬੋਲੀ, ਵੇ ਮਤੀਰੇ ਸਿਰਿਆ, ਤੈਨੂੰ ਕਾਹਦਾ ਚਾਅ ਚੜਿਆ ਅੱਜ ਪੈਰੀ ਪੈਨਾ ਭਰਜਾਈ? ਬੂਟੇ ਨੇ ਹੱਸਦਿਆਂ ਹੱਸਦਿਆਂ ਬਿੰਦ ਕੁ ਰੁੱਕ ਕੇ ਕਿਹਾ ਅਤੇ ਫਿਰ ਹੱਸਣ ਲੱਗ ਪਿਆ। ਹੋਰ ਪਲ ਕੁ ਮਗਰੋਂ ਉਹਨੂੰ ਖੰਘ ਛਿੜ ਪਈ ਅਤੇ ਖੰਘਣ ਪਿੱਛੋਂ ਉਹ ਦਿਆਕੁਰ ਵੱਲ ਝਾਕਦਿਆਂ ਬਿਸ਼ਨੇ ਵੱਲ ਅਖਬਾਰ ਦੀ ਸੈਣਤ ਕਰਕੇ ਬੋਲਿਆ, ਆਹ ਵੇਖ ਬਾਈ, ਮੇਰੇ ਫਿਰ ਕੰਗਣਾ ਬੰਨਣ ਲੱਗਿਆ। ਕਹਿੰਦੇ ਕਿਤੇ ਫੇਰ ਤਾਂ ਨਹੀਂ ਗਲ 'ਚ ਚੱਕੀ ਦਾ ਪੁੜ ਪਾਉਣ ਲੱਗਿਆ? ਇਹ ਕਹਿ ਕੇ ਉਹ ਫੇਰ ਹੱਸ ਪਿਆ। ਬਿਸ਼ਨਾ ਉਹਨੂੰ ਇਉਂ ਕਮਲਿਆਂਗ ਹੱਸਦਿਆਂ ਵੇਖ ਕੇ ਤਾੜ ਗਿਆ ਵੀ ਉਹ ਅੱਜ ਚੰਗੇ ਰੌਂ 'ਚ ਸੀ। ਉਹਨੇ ਕੰਧ ਨਾਲ ਖੜੋਤੀ ਮੰਜੀ ਡਾਹ ਕੇ ਛੇਤੀ ਦੇਣੇ ਬੂਟੇ ਵੱਲ ਮੂੰਹ ਕਰਕੇ ਹੱਥ ਜੋੜਦਿਆਂ ਕਿਹਾ, ਹਜ਼ੂਰ ਦਾ ਆਲਾ ਪਹਿਲਾਂ ਤਖ਼ਤ ਪੋਸ਼ 'ਤੇ ਬਰਾਜੋ, ਤੁਹਾਡੀ ਪੁਸ਼ਾਕ ਨਾ ਲਿਪੜ ਜੇ। ਵੇ ਬੂਟਿਆ, ਤੂੰ ਤਾਂ ਸੱਚੀ ਅੱਜ ਹੋਰ ਹੀ ਕੁਛ ਬਣਿਆ ਫਿਰਦਾ। ਦਿਆਕੁਰ ਨੇ ਬਿਸ਼ਨੇ ਦੀ ਗੱਲ ਨਾਲ ਆਪਣੀ ਸੁਰ ਲਾਈ। ਬੂਟਾ ਹੱਸਣੋਂ ਰੁੱਕ ਗਿਆ। ਉਹਨੇ ਬਿੰਦ ਦੀ ਬਿੰਦ ਆਪਣੀ ਧੌੜੀ ਦੀ ਘੋਨੀ ਜੁੱਤੀ ਅਤੇ ਚਿੱਟੇ ਕੱਪੜਿਆਂ ਵੱਲ ਵੇਖਿਆ, ਫਿਰ ਨਰੋਈ ਹਿੱਕ ਉੱਤੇ ਦੋਏ ਹੱਥ ਫੇਰਦਾ ਢਿੱਡ ਉੱਤੋਂ ਦੀ ਕੁੜਤੇ ਦੀਆਂ ਕੰਨੀਆਂ ਤਾਂ ਹੀ ਲੈ ਗਿਆ, ਬੋਲਿਆ, ਹੁਣ ਸਾਡਾ ਰਾਜ ਆਉਣਾ ਭਰਜਾਈ, ਜੇ ਅੱਜ ਬਾਣੇ ਨਾ ਬਦਲਾਂਗੇ ਤਾਂ ਫਿਰ ਹੋਰ ਦੋਜਕ 'ਚ ਜਾ ਕੇ ਬਦਲਾਂਗੇ। ਅੱਛਾ, ਬਿਸ਼ਨੇ ਨੇ ਗੰਭੀਰ ਮੂੰਹ ਬਣਾ ਕੇ ਕੋਲ ਪਏ ਇੱਕ ਮੁੱਚਰ ਉੱਤੇ ਬਹਿੰਦਿਆਂ ਬੂਟੇ ਦੇ ਮੂੰਹ ਵੱਲ ਧਿਆਨ ਨਾਲ ਵੇਖ ਕੇ ਕਿਹਾ, ਕਿੱਥੇ ਕੁ ਜੇ ਤੁਰਿਆ ਆਉਂਦਾ ਤੁਹਾਡਾ ਰਾਜ ਬਈ? ਬੂਟਾ ਆਪਣੇ ਮਗਰ ਪਏ ਬੋਰੇ ਉੱਤੇ ਕੁੜਤਾ ਬੋਝ ਕੇ ਪੰਥੀ ਮਾਰਦਿਆਂ ਅਤੇ ਗੋਡਿਆਂ ਉੱਤੇ ਬਾਹਾਂ ਸਿੱਧੀਆਂ ਰੱਖ ਕੇ ਸਮਾਧੀ ਲਾਉਣ ਵਾਲੇ ਸਾਧਾਂ ਵਾਂਗ ਇਉਂ ਬਹਿ ਗਿਆ ਜਿਵੇਂ ਸੱਚੀ ਕੋਈ ਵੱਡਾ ਬੰਦਾ ਹੋ। ਐਂ ਬੈਠਾ ਤਾਂ ਬੂਟਿਆ ਤੂੰ ਹੋਰ ਵੀ ਸੋਹਣਾ ਲੱਗਦਾ, ਜਿਵੇਂ ਕੋਈ ਮੋਢਾ ਸਾਧ ਨਵਾਂ ਨਵਾਂ ਮੁੰਡਲੀਆ ਬਣਿਆ ਹੁੰਦਾ। ਦਿਆਕੁਰ ਨੇ ਉਹਦੇ ਵੱਲ ਤਾੜਦਿਆਂ ਹੱਸ ਕੇ ਆਖਿਆ, ਅਜੇ ਤਾਂ ਤੁਸੀਂ ਵੇਖਿਓ ਆਪਾਂ ਵੱਡੇ ਵਜ਼ੀਰ ਬਣਨਾ ਹੈ, ਆਪਣਾ ਰਾਜ ਆਉਣ ਦਿਓ ਕੇਰਾ। ਬਿਸ਼ਨਾ ਖਾਸੇ ਚਿਰ ਦਾ ਬੂਟੇ ਦੇ ਚਿਹਰੇ 'ਤੇ ਅੱਖਾਂ ਕੱਢ ਕੇ ਝਾਕੀ ਜਾਂਦਾ ਸੀ ਅਤੇ ਉਹਦੇ ਸਾਰੇ ਮੁਹਾਂਦਰੇ ਨੂੰ ਚੰਗੀ ਤਰ੍ਹਾਂ ਤਾੜ ਰਿਹਾ ਸੀ।
ਬੂਟੇ ਦੀਆਂ ਤਿੱਖੀਆਂ ਅੱਖਾਂ, ਸੰਘਣੀਆਂ ਸਹੇਲੀਆਂ, ਲੰਮਾ ਪਰ ਅੱਗੋਂ ਮੋਟਾ ਜਿਹਾ ਨੱਕ ਅਤੇ ਤੇਲ ਵਾਲੇ ਕੁੱਪੇ ਵਾਂਗ ਲਿਸ਼ਕਦੀਆਂ ਉੱਭਰਵੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਸੀ। 15-20 ਵਰ੍ਹੇ ਉਹਨਾਂ ਦੀ ਲਿਹਾਜ਼ ਪਿਆ ਹੋ ਗਏ ਸੀ। ਬਿਸ਼ਨੇ ਨੇ ਬੂਟੇ ਦਾ ਚਿਹਰਾ ਕਦੇ ਝਵਿਆ ਨਹੀਂ ਸੀ ਵੇਖਿਆ। ਜਦੋਂ ਉਹਦੀ ਮੂਰਤ ਅਰਗੀ ਵਹੁਟੀ ਦੋ ਨਿਆਣੇ ਛੱਡ ਕੇ ਮਰ ਗਈ ਸੀ, ਬਸ ਉਦੋਂ ਇੱਕ ਵਾਰੀ ਬਿਸ਼ਨੇ ਨੇ ਉਹਨੂੰ ਹੌਕੇ ਭਰਦੇ ਵੇਖਿਆ ਸੀ। ਹੋਰ ਕਦੇ ਉਹਦੀ ਅੱਖ 'ਚ ਹੰਝੂ ਨਹੀਂ ਸੀ ਆਇਆ। ਬਿਸ਼ਨੇ ਨੇ ਉਹਨੂੰ ਸਦਾ ਫੁੱਲ ਵਾਂਗ ਖਿੜਿਆ ਹੀ ਵੇਖਿਆ ਸੀ। ਬੂਟਾ ਤੇਲੀ ਅਸਲ 'ਚ ਪਰਜਾ ਮੰਡਲੀਆਂ ਕਰਕੇ ਮਸ਼ਹੂਰ ਸੀ। ਉਹ ਕਿੰਨੀ ਵਾਰੀ ਜੇਲ੍ਹ ਜਾ ਆਇਆ ਸੀ, ਕਈ ਵਾਰੀ ਪੁਲਿਸ ਵਾਲਿਆਂ ਨੇ ਉਹਦੇ ਹੱਡ ਬੁਰੀ ਤਰ੍ਹਾਂ ਭੰਨੇ ਸੀ। ਜਦੋਂ ਜੇਲ੍ਹ ਜਾਂਦਾ ਉਹਦੇ ਦੋਏ ਨਿਆਣੇ ਕਈ ਕਈ ਮਹੀਨੇ ਘੁੱਲੇ ਤੇਲੀ ਦੇ ਘਰ ਰੁਲਦੇ ਰਹਿੰਦੇ। ਉਹਦਾ ਨਰੋਆ ਬਲਦ ਕਰੰਗ ਬਣ ਜਾਂਦਾ ਅਤੇ ਘਰ ਉਜਾੜ ਹੋ ਜਾਂਦਾ, ਪਰ ਜਦੋਂ ਮੁੜ ਕੇ ਆਉਂਦਾ ਤਾਂ ਬਿਸ਼ਨਾ ਵੇਖਦਾ ਉਹ 2-4 ਦਿਨਾਂ 'ਚ ਹੀ ਸਭ ਕੁਛ ਮੁੱਢੋਂ ਸੁੱਢੋਂ ਸ਼ੁਰੂ ਕਰ ਦਿੰਦਾ। ਇੰਝ ਉਹ ਦੋਵੇਂ ਇੱਕ ਤਰ੍ਹਾਂ ਦਾ ਨਾਟਕ ਜਿਹਾ ਹੀ ਕਰਦੇ ਹੁੰਦੇ ਸੀ। ਦਿਆ ਕੁਰ ਉਹਨਾਂ ਨੂੰ ਇਉਂ ਕਰਦਿਆਂ ਵੇਖ ਕੇ ਹੱਸਦੀ ਰਹਿੰਦੀ, ਫਿਰ ਵੀ ਉਹਨਾਂ ਦੋਹਾਂ ਦੇ ਅੰਦਰ ਇੱਕ ਉੱਪਰੀ ਸੱਚੀ ਗੰਭੀਰਤਾ ਹੁੰਦੀ ਸੀ ਜਿਹਨੂੰ ਉਹ ਦੋਵੇਂ ਹਾਸੇ ਵਿੱਚ ਹੀ ਸਮਝਦੇ ਸੀ, ਅਤੇ ਬੂਟਾ ਜਿਹੀਆਂ ਗੱਲਾਂ ਕਰਕੇ ਬਿਸ਼ਨੇ ਨੂੰ ਚੰਗਾ ਲੱਗਦਾ ਸੀ। ਅੱਛਾ ਫਿਰ ਹੁਣ ਇਹ ਤੇਰਾ ਅਖਬਾਰ ਕੀ ਕਹਿੰਦਾ, ਕੋਈ ਹੋਈ ਹੇਠਲੀ ਉੱਤੇ ਕਿ ਐਵੇਂ ਗੱਡੀ ਚੱਲੂ ਰਿਚਕ ਰਿਚਕ ਕਰਦੀ? ਬਿਸ਼ਨੇ ਨੇ ਕੁਝ ਗੰਭੀਰ ਹੋ ਕੇ ਪੁੱਛਿਆ। ਆਪਣੀ ਤਾਂ ਹੇਠਲੀ ਉੱਤੇ ਹੋ ਗਈ, ਹੁਣ ਤਾਂ ਬੂਟੇ ਦੀ ਹੋਣ ਵਾਲੀ ਰਹਿੰਦੀ ਆ, ਉਹ ਹੋਰ 4 ਦਿਨਾਂ ਤਾਂ ਹੀ ਹੋ ਜੂ। ਦਿਆਕੁਰ ਨੇ ਰਤਾ ਕੁ ਹਾਸੇ ਦੇ ਰੌਣ 'ਚੋਂ ਵਿੱਚੋਂ ਹੀ ਗੱਲ ਆਪਣੇ ਪਾਸੇ ਮੋੜ ਲਈ। ਬੂਟਾ ਦਿਆਕੁਰ ਦੀ ਗੱਲ ਸੁਣ ਕੇ ਇੱਕਦਮ ਇਉਂ ਉਦਾਸ ਹੋ ਗਿਆ ਜਿਵੇਂ ਉਹ ਤੋਂ ਕੋਈ ਬਹੁਤ ਵੱਡੀ ਖੁਨਾਮੀ ਹੋ ਗਈ ਹੋਵੇ। ਉਹ ਕਈ ਮਹੀਨਿਆਂ ਪਿੱਛੋਂ ਰਾਤ ਬਾਹਰੋਂ ਮੁੜਿਆ ਸੀ, ਪਤਾ ਨਹੀਂ ਜੇਲ੍ਹੋਂ ਕਿ ਕਿੱਧਰੋਂ ਹੋਰ। ਨਿਆਣੇ ਆਪਣੇ ਪਿਛਲੇ ਪਿੰਡ ਉਹਨੇ ਆਪਣੀ ਭਰਜਾਈ ਕੋਲ ਛੱਡੇ ਸੀ। ਕੋਲੂ ਦੇ ਬਲਦ ਘੁੱਲੇ ਨੇ ਸੰਭਾਲਿਆ ਹੋਇਆ ਸੀ। ਅਜੇ ਤੜਕੇ ਉਹਨੇ ਘੁੱਲੇ ਨੇ ਬਾਹਰਲੇ ਘਰ ਬਾਰੇ ਬਿਸ਼ਨੇ ਨਾਲ ਹੋਈ ਬੀਤੀ ਦੱਸੀ ਸੀ, ਪਰ ਬੂਟਾ ਬਿਸ਼ਨੇ ਕੋਲ ਆਉਂਦਿਆਂ ਹੀ ਜਿਵੇਂ ਸਾਰੀ ਗੱਲ ਭੁੱਲ ਗਿਆ। ਉਹਨੂੰ ਬਸ ਮਿਲਣ ਦਾ ਹੀ ਚਾਅ ਚੜਿਆ ਲੱਗਦਾ ਸੀ। ਹੁਣ ਦਿਆਕੁਰ ਦੇ ਗੱਲ ਤੁਰਨ ਨਾਲ ਉਹਨੂੰ ਆਪਣੀ ਐਡੀ ਅਣਗਹਿਲੀ ਦਾ ਖਿਆਲ ਆਉਂਦਿਆਂ ਉਹਦਾ ਸਿਰ ਸ਼ਰਮ ਨਾਲ ਝੁੱਕ ਗਿਆ। ਮੈਂ ਬਾਈ ਹੋਰ ਹੀ ਗੱਲਾਂ 'ਚ ਲੱਗ ਗਿਆ, ਆਹ ਮੇਰੇ ਪਿੱਛੋਂ ਹੋਰ ਹੀ ਕਹਿੰਦੇ ਭਾਣਾ ਵਰਤ ਗਿਆ, ਉਹਨੇ ਢਿੱਲੇ ਬੋਲ ਨਾਲ ਕਿਹਾ ਅਤੇ ਬਿਸ਼ਨੇ ਨੂੰ ਉਹ ਸੱਚੀ ਵਿਚਾਰਾ ਜਿਹਾ ਲੱਗਿਆ। ਬਿਸ਼ਨੇ ਨੇ ਬੂਟੇ ਦੇ ਨਰੋਏ ਮੂੰਹ ਵੱਲ ਚੰਗੀ ਤਰ੍ਹਾਂ ਨਿਰਖਵੀਂ ਨਿਗਾਹ ਨਾਲ ਵੇਖਿਆ ਅਤੇ ਉਹਦੇ ਬੁੱਲਾਂ 'ਤੇ ਵਿਅੰਗਮਈ ਮੁਸਕਰਾਹਟ ਆ ਗਈ। ਬਿਸ਼ਨਾ ਘੜੀਸਵੀਂ ਜੀ ਹਾਸੀ ਹੱਸਿਆ, ਫਿਰ ਸੱਜੇ ਖੱਬੇ ਸਿਰ ਹਿਲਾ ਕੇ ਬੋਲਿਆ, ਵਾਹ ਓਏ ਵੱਡਿਆ ਲੀਡਰਾ, ਤੂੰ ਹੀ ਤਾਂ ਇਹੋ ਜਿਹੀ ਗੱਲ ਦੀ ਸਾਨੂੰ ਵਧਾਈ ਦੇਣੀ ਸੀ, ਤੂੰ ਹੀ ਉੱਠ ਬੁੱਲ ਸਿੱਟ ਲੈ। ਤੂੰ ਜੇ ਗੱਲ ਸੁਣ ਕੇ ਆਕੜ ਬਾਕੜ ਹੋ ਗਿਆ ਤਾਂ ਆਪਣੀ ਪਾਲਟੀ 'ਚ ਕੀ ਪੂਰੀਆਂ ਪਾਏਗਾ? ਜ਼ਰੂਰ ਤੇਰੇ ਵਰਗੇ ਅੰਗਰੇਜ਼ਾਂ ਨੂੰ ਸੱਤ ਸਮੁੰਦਰੋਂ ਪਾਰ ਕੱਢ ਕੇ ਆਉਣਗੇ। ਬੂਟੇ ਨੇ ਜਦੋਂ ਹੈਰਾਨੀ ਨਾਲ ਬਿਸ਼ਨੇ ਵੱਲ ਤੱਕਿਆ ਤਾਂ ਉਹਦੇ ਮੂੰਹ 'ਤੇ ਉਹ ਸ਼ਾਹੀ ਜਲਾਲ ਦਿਸਿਆ ਜੀ ਤੋਂ ਵਰ੍ਹਿਆਂ ਬੰਦੀ ਉਹ ਰਹਿਬਰੀ ਲੈਂਦਾ ਸੀ। ਬੂਟੇ ਨੂੰ ਪਤਾ ਸੀ ਬਿਸ਼ਨੇ ਨੂੰ ਉਹਦੀਆਂ ਦੇਸ਼ ਦੀ ਹਾਲਤ ਅਤੇ ਪਾਰਟੀ ਆਦਿ ਬਾਰੇ ਦੱਸੀਆਂ ਗੱਲਾਂ ਸਮਝ ਨਹੀਂ ਸੀ ਪੈਂਦੀਆਂ, ਨਾ ਹੀ ਉਹਨੂੰ ਇਹਨਾਂ ਗੱਲਾਂ 'ਚ ਕੋਈ ਦਿਲਚਸਪੀ ਸੀ। ਤਦ ਵੀ ਉਹਨੇ ਬਿਸ਼ਨੇ ਨੂੰ ਆਪਣੇ ਰਹਿਬਰਾਂ ਵਾਂਗ ਸਮਝਿਆ ਸੀ। ਉਹਦੀਆਂ ਗੱਲਾਂ 'ਚੋਂ ਬੜਾ ਕੁਝ ਲੱਭਦਾ ਸੀ, ਖਾਸ ਕਰਕੇ ਉਹਦਾ ਇਹ ਰੂਪ ਜਿਹਨੂੰ ਬੂਟਾ ਸ਼ਾਹੀ ਜਲਾਲ ਕਹਿੰਦਾ ਸੀ, ਇਹਦੀ ਤਾਂ ਉਹ ਜਿਵੇਂ ਇਬਾਦਤ ਕਰਦਾ ਸੀ। ਬਿਸ਼ਨੇ ਦਾ ਇਹੋ ਜਲਾਲ ਵੇਖ ਕੇ ਕਈ ਕਈ ਦਿਨ ਬੂਟਾ ਨਸ਼ਿਆਇਆ ਰਹਿੰਦਾ। ਜਦੋਂ ਕਦੇ ਬਿਸ਼ਨੇ ਦੀ ਸੁਣਾਈ ਸਾਖੀ ਵਿਚਲੀ ਉਸ ਬੰਦੇ ਦੀ ਗੱਲ ਉਹਨੂੰ ਚੇਤੇ ਆਉਂਦੀ ਜਿਹਨੇ ਗੁਰੂ ਤੇਗ ਬਹਾਦਰ ਦਾ ਜੂਠਾ ਛਿਲਕ ਚੂਪ ਕੇ ਉਹਨਾਂ ਨੂੰ ਆਖਿਆ ਸੀ, ਸੱਚਿਆ ਪਾਤਸ਼ਾਹ ਜੇ ਹੁਕਮ ਹੋਵੇ ਤਾਂ ਇੱਕ ਹੱਥ ਉੱਤੇ ਦਿੱਲੀ ਅਤੇ ਦੂਜੇ 'ਤੇ ਲਾਹੌਰ ਧਰ ਕੇ ਅਤੇ ਆਪੋ ਵਿੱਚ ਪੜ੍ਹਾ ਕੇ ਇੱਟ ਨਾਲ ਇੱਟ ਵਜਾ ਦਿਆਂ। ਉਦੋਂ ਬੂਟੇ ਨੂੰ ਵੀ ਇੰਝ ਲੱਗਦਾ ਕਿ ਬਿਸ਼ਨੇ ਤੋਂ ਹੌਸਲਾ ਲੈ ਕੇ ਉਹ ਆਪਣੇ ਦੇਸ਼ ਉੱਤੇ ਰਾਜ ਕਰਦੇ ਸਾਰੇ ਗੋਰਿਆਂ ਨੂੰ ਫੂਕ ਮਾਰ ਕੇ ਉਡਾ ਸਕਦਾ ਸੀ। ਉਹ ਤਾਂ ਠੀਕ ਹੈ ਬਾਈ, ਪਰ ਬੂਟੇ ਦੀ ਝਿਜਕ ਦੂਰ ਹੋ ਗਈ। ਫਿਰ ਵੀ ਦਿਆਕੁਰ ਦਾ ਮੂੰਹ ਰੱਖਣ ਲਈ ਉਹ ਕੁਝ ਆਖਣਾ ਚਾਹੁੰਦਾ ਸੀ। ਫਿਰ ਦਿਆਕੁਰ ਅਤੇ ਬਿਸ਼ਨੇ ਦੀ ਨਬਜ਼ ਜਿਵੇਂ ਇੱਕੋ ਸੀ, ਉਹ ਝੱਟ ਬੂਟੇ ਦੀ ਹਾਲਤ ਅਤੇ ਬਿਸ਼ਨੇ ਦੀ ਗੱਲ ਨੂੰ ਤਾੜ ਕੇ ਹੱਸ ਪਈ। ਤੂੰ ਤਾਂ ਬੂਟਾ ਮਾਮੂਲੀ ਗੱਲ ਦਾ ਐਂ ਮਹਿਸੂਸ ਕਰਨ ਬਹਿ ਗਿਆ ਜਿਵੇਂ ਕਿਤੇ ਆਪਣਾ ਰਾਜ ਖੁੱਸਿਆ ਹੁੰਦਾ। ਤੂੰ ਕਹਿੰਦਾ ਅਸੀਂ ਐਂ ਕਰਾਂਗੇ, ਅਸੀਂ ਜਿਉਂ ਕਰਾਂਗੇ, ਰੱਖ ਕੇ ਮੋਢੇ 'ਤੇ ਚਰਖੇ ਵਾਲਾ ਝੰਡਾ ਐਵੇਂ ਗਲੀਆਂ 'ਚ ਗੇੜੇ ਦਿੰਦਾ ਫਿਰਦਾ ਰਹਿੰਦਾ ਅਤੇ ਦਿਲ ਚਿੜੀ ਦੇ ਬੋਟ ਜਿੰਨਾ ਵੀ ਨਹੀਂ। ਬੂਟੇ ਦੀ ਹਾਸੀ ਨਿਕਲ ਗਈ, ਉਹ ਦਿਆਕੁਰ ਦੇ ਪੈਂਤਰੇ ਨੂੰ ਸਮਝ ਰਿਹਾ ਸੀ। ਅੱਛਾ ਕੋਈ ਨਹੀਂ, ਉਹਨੇ ਆਪਣੇ ਰੌਂ ਪੂਰੀ ਤਰ੍ਹਾਂ ਬਦਲ ਕੇ ਕਿਹਾ, ਸਾਡਾ ਰਾਜ ਆ ਲੈਣ ਦੇ, ਆਪਾਂ 2 ਕਨਾਲਾਂ ਦੀ ਥਾਂ 2 ਘੁਮਾ ਲੈ ਕੇ ਦਿਖਾਵਾਂਗੇ, ਨਾਲੇ ਵੇਖਿਓ ਇਹ ਰੜੇ ਰਾਜ ਨੜੇ ਜਾ ਨਾਜ਼ਮ ਅਤੇ ਵੱਡੇ ਟੌਹਰਾਂ ਵਾਲੇ ਚੌਧਰੀ ਮੁਨਸ਼ੀ ਮੁਸੱਦੀ ਜੀ ਹਜ਼ੂਰੀਏ ਅਤੇ ਅਹਿਲਕਾਰ ਕਿਵੇਂ ਆਪਣੇ, ਮੇਰਾ ਮਤਲਬ ਜਨਤਾ ਲੋਕ ਮੂਹਰੇ ਪਾਣੀ ਭਰਦੇ ਫਿਰਨਗੇ। ਇਹ ਤਾਂ ਬਾਈ ਆਪਣੇ ਗੋਲੇ ਲੱਗਣਗੇ, ਗੋਲੇ ਆਪਾਂ ਇਹਨਾਂ ਤੋਂ ਟਕੇ ਮਨ ਪਿਹਾਇਆ ਕਰਾਂਗੇ, ਬਸ ਆਪਣਾ ਰਾਜ ਆਉਣ ਦਿਓ ਕੇਰਾਂ। ਹਾਂ ਤਾਂ ਹੋਈ ਨਾ ਗੱਲ, ਬਿਸ਼ਨੇ ਨੇ ਖਿੜ ਕੇ ਆਖਿਆ ਅਤੇ ਉਹਦੇ ਚਿਹਰੇ ਦਾ ਸ਼ਾਹੀ ਜਲਾਲ ਹੋਰ ਵੱਧ ਗਿਆ।
ਬਸ ਐਵੇਂ ਹੋਊ ਐਵੇਂ ਹੋਊ। ਆਹ ਵੇਖ ਆਪਣੇ ਲੀਡਰਾਂ ਨੇ ਆਖਿਆ, ਹੁਣ ਸਾਤੋਂ ਹੋਰ ਗੁਲਾਮੀ ਨਹੀਂ ਝੱਲੀ ਜਾਂਦੀ, ਇਹਨਾਂ ਬਾਂਦਰਾਂ ਮੂਹਿਆਂ ਨੂੰ ਕੱਢ ਕੇ ਛੱਡਣਾ। ਬੁੱਟਿਆ, ਗੁਲਾਮੀ ਗੁਲੂਮੀ ਹੈ ਕੀ? ਬਿਸ਼ਨੇ ਨੇ ਗੱਲ ਵਿੱਚੋਂ ਟੋਕ ਕੇ ਹੈਰਾਨੀ ਨਾਲ ਅਖਬਾਰ ਵੱਲ ਅਤੇ ਫਿਰ ਬੂਟੇ ਵੱਲ ਝਾਕਦਿਆਂ ਆਖਿਆ, ਕਦੇ ਚੱਜ ਨਾਲ ਸਮਝਾ ਤਾਂ ਸਹੀ। ਧੰਨਵਾਦ।